ਵਾਹਿਗੁਰੂ ਧੰਨ ਵਾਹਿਗੁਰੂ ਜਪੋ ਧੰਨ ਵਾਹਿਗੁਰੂ ਧੰਨ ਵਾਹਿਗੁਰੂ 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 ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟੇਲਤਾ ਜਨਮ ਕੋ ਪਾਤੀ ਮੇਰਾ ਕਰਮ ਜਨਮ ਪਾਤੀ ਰਾਮ ਗੁਸਈਆ ਜੀ ਕੇ ਜੀਵਣਾ ਰਾਮ ਗੋਸਈਆ ਜੀ ਕੇ ਜੀਵਣਾ ਰਾਮ ਗੋਸਈਆ ਜੀ ਕੇ ਜੀਵਣਾ ਮੋਹਿ ਨਾ ਬਿਸਾਰੋ
Vaheguru, Vaheguru, Vaheguru.
ਲਓ ਹਾਜ਼ਰੀਆਂ ਵਾਹਿਗੁਰੂ ਕਿਰਪਾ ਕਰੋ ਵਾਹਿਗੁਰੂ 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 ਵਾਹਿਗੁਰੂ
प्यारे
मेरे प्यारे मेरी उड़ा प्यारिया मेरी उड़ा प्यारिया मेरे प्यारे Like every day, sitting in the presence of Guru Granth Sahib Ji Maharaj. Aj vi sama kadh ke kama karan chon busy schedule hunde ne lokan de par chalo fir vi tusi time kadh ke apne jeevan diyan ghadiyan nu safla bana rahe ha because you're sitting in the presence of Guru Granth Sahib Ji Maharaj. Before we start off doing katha vichar, let's start off coming under the blessing of Guru Gobind Singh Ji Maharaj. Kalgi tar paatshah ji di bakhshish dwara aaiye. ਕਿਸੇ ਦੀ ਰਸਨਾ ਵਾਂਝੀ ਨਾ ਰਵੇ ਇੱਕੋ ਵਾਰ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਿਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੋ ਸਭ ਨੂੰ ਪਤਾ ਕਿ ਚੌਥਾ ਦਿਨ ਨਰੋਬੀ ਜੋ ਵਿਖੇ ਪਹੁੰਚੇ ਹੋਏ ਹਾਂ ਆਪਾਂ ਇਨ ਅਫਰੀਕਾ ਅੱਜ ਚੌਥਾ ਦੀਵਾਨ ਜੋ ਹੋ ਰਿਹਾ ਮੈਂ ਬੇਨਤੀ ਕਰਾਂ ਪਿਆਰਿਓ ਇੱਦਾਂ ਨਾ ਹੋਵੇ ਕਿ ਗਏ ਹਾਜ਼ਰ 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 ਗਏ ਹਾਜ਼ਰ ਸਮਝਿਓ ਮੈਂ ਕੀ ਗੱਲ ਕਹਿ ਰਿਹਾ ਗਏ ਹਾਜ਼ਰ 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 ਗਏ ਹਾਜ਼ਰ ਲੈਟ ਮੀ ਜਸਟ ਸੇ ਅ ਸਟ੍ਰੇਟ ਫੋਰਵਰਡ ਐਗਜ਼ਾਮਪਲ ਦੈਟਸ ਪ੍ਰੋਬਬਲੀ ਸਮ ਆਫ ਅਸ ਸੇਇੰਗ ਹੇ ਥੋੜ੍ਹੇ ਇੱਥੇ ਬਜ਼ੁਰਗ ਬੈਠੇ ਹੋਣਗੇ ਥੋੜ੍ਹੇ ਭਰਾ ਨਹੀਂ ਤਾਂ ਭੈਣਾਂ ਬੈਠੀਆਂ ਹੋਣਗੀਆਂ ਜਿਨ੍ਹਾਂ ਨੂੰ ਕੋਈ ਛੱਡ ਕੇ ਘਰਾਂ ਨੂੰ ਮੁੜ ਗਿਆ ਸਮਵਨ ਡ੍ਰੌਪਡ ਅਸ ਆਫ ਇੱਥੇ ਕੋਈ ਬਜ਼ੁਰਗ ਮਾਤਾ ਬੈਠੀ ਹੋਊਗੀ ਪੁੱਤ ਛੱਡ ਗਿਆ ਕਹਿੰਦਾ ਕਿ ਮਾਤਾ ਕੋਈ ਨਾ ਮੈਂ ਤੈਨੂੰ 2 ਘੰਟੇ ਬਾਅਦ ਚੱਕਣ ਆ ਜਾਊਂ ਛੱਡ ਕੇ ਤੁਰ ਗਿਆ ਹੀ ਇਜ਼ ਲੈਫਟ ਇਜ਼ ਮਮ ਹੇਅਰ ਐਂਡ ਆਪ ਚਲ ਗਿਆ ਅੱਛਾ ਆਪਾਂ ਇੱਥੇ ਬੈਠੇ ਹਾਂ ਉਹ ਘਰ ਨੂੰ ਤੁਰ ਗਿਆ ਆਪਾਂ ਸਰੀਰ ਕਰਕੇ ਤਾਂ ਇੱਥੇ ਬਹਿ ਗਏ ਪਰ ਇੱਦਾਂ ਨਾ ਹੋਵੇ ਕਿ ਸਰੀਰ ਇੱਥੇ ਹਾਜ਼ਰੀ ਭਰ ਰਿਹਾ ਪਰ ਮਨ ਸਾਡਾ ਕਿਤੇ ਹੋਰ ਗਿਆ ਹਾਜ਼ਰ ਹੋ ਰਿਹਾ ਆਮ ਕਰਕੇ ਤਾਂ ਇੱਦਾਂ ਹੀ ਹੁੰਦਾ ਆਪਾਂ ਸਰੀਰ ਨੂੰ ਹੁਣ ਮਾਂ ਕਹਿੰਦੀ ਆ ਮੈਨੂੰ ਪੁੱਤ ਇੱਥੇ ਬਿਠਾਲ ਗਿਆ ਆਪ ਘਰ ਨੂੰ ਤੁਰ ਗਿਆ ਪਰ ਆਪਾਂ ਕਿਹੜੇ ਘੱਟ ਹਾਂ ਆਪਾਂ ਸਰੀਰ ਨੂੰ ਇੱਥੇ ਬਿਠਾਲ ਦਿੰਦੇ ਹਾਂ ਮਨ ਕਿਤੇ ਹੋਰ ਭੱਜ ਜਾਂਦਾ ਆਪਣੇ ਨਾਲ ਵੀ ਇੱਦਾਂ ਹੀ ਹਾਲ ਹੁੰਦੇ ਨੇ ਵੇ ਸਿਟਿੰਗ ਹੇਅਰ ਫਿਜ਼ੀਕਲੀ ਵੇ ਸਿਟਿੰਗ ਹੇਅਰ ਪਰ ਮਨ ਕਰਕੇ ਆਪਾਂ ਗੁਰੂ ਤੋਂ ਦੂਰ ਹਾਂ ਤਾਂ ਮੈਂ ਪਰਸੋਂ ਚੌਥੇ ਦੀਵਾਨ 'ਚ ਵੀ ਆਖਿਆ ਸੀਗਾ ਵੰ ਵੀ ਖੇਮ ਹੇ ਦਾ ਫਸਟ ਡੇ ਔਨ ਸੈਟਰਡੇ ਕਿ ਸੋਹਣੇ ਉਦੋਂ ਬਣਾਂਗੇ ਜਦੋਂ ਆਪਾਂ ਗੁਰੂ ਦੇ ਪਾਸ ਬੈਠਾਂਗੇ ਸਰੀਰ ਤਾਂ ਗੁਰੂ ਦੇ ਅੱਗੇ ਬਹਿੰਦਾ ਹੀ ਆ ਸਰੀਰ ਤਾਂ ਰੋਜ਼ ਮਿਲਦਾ ਗੁਰੂ ਨੂੰ ਸਰੀਰ ਮਿਲਦਾ ਪਰ ਮਨ ਵੀ ਮਿਲੇ ਮਿਲਣਾ ਉਹਨੂੰ ਕਹਿੰਦੇ ਆ ਜਿਹਦਾ ਮਨ ਮਿਲ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਂਡ ਮਿਲਣਾ ਅੱਜ ਕੱਲ ਵੀ ਮੇਕ ਫਰੈਂਡਸ ਵਟ ਡਸ ਦੋਸਤ ਮੀਨ ਦੋਸਤ ਮੀਨਸ ਫਰੈਂਡ ਡਸਨਟ ਇਟ ਬਟ ਸਪਲਿਟ ਦ ਵਰਡ ਓਪਨ ਟੂ ਟੂ ਸਪਲਿਟ ਦ ਵਰਡ ਓਪਨ ਟੂ ਟੂ
ਦੋ ਸੱਤ ਦੋ ਮਤਲਬ ਦੋ ਸੱਤ ਮਤਲਬ ਟਰੂ ਦੋਸਤ ਦੋ ਸੱਤ ਜਿੱਥੇ ਦੋ ਸੱਤ ਰੂਹਾਂ ਇਕੱਠੀਆਂ ਹੋ ਜਾਣ ਉਹ ਅਸਲੀ ਦੋਸਤ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ Wherever there's two souls come together that are truthful upon each other, are loyal to each other, oh mitr ne, oh dost ne, ajkal pyareo apan dost bahut banaunde haan, par sukh vele bahut ne, dukh vele saath chhad jande ne, idda hi hunda. And even in Gurbani, Maharaj says, in happy times, everybody wants to be your friend. Balle balle ho rahi hai, business bahut aa, jaidad bahut aa, plot bahut aa. ਸਾਰੇ ਸਾਰੇ ਜੀ ਜੀ ਕਹਿੰਦੇ ਨੇ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਅੱਛਾ ਇੰਡੀਆ ਅੱਗੇ ਰਹਿੰਦੇ ਸੀਗੇ ਕੋਈ ਨਹੀਂ ਬਾਤ ਪੁੱਛਦਾ ਸੀਗਾ ਇੰਡੀਆ ਰਹਿੰਦੇ ਸੀ ਨੋ ਵਨ ਕੇਅਰਡ ਕਿ ਪਿੰਡ ਵਿੱਚ ਰਹਿੰਦਾ ਆ ਬੰਦਾ ਅੱਛਾ ਆ ਗਿਆ ਅਫਰੀਕਾ ਯੂ ਕਮ ਅਫਰੀਕਾ ਮਿਹਨਤ ਕਰਕੇ ਕੰਮ ਕੁਛ ਬਣ ਗਿਆ ਸਾਡਾ ਟਰਾਇੰਗ ਯੂ 110% ਮਿਹਨਤ ਕਰਦੇ ਹਾਂ ਕੁਛ ਬਣ ਗਿਆ ਅੱਛਾ ਹੁਣ ਜਦੋਂ ਤੂੰ ਜਾਊਂਗਾ ਇੰਡੀਆ ਸਾਰੇ ਕਹਿਣਗੇ ਸੇਠ ਜੀ ਆ ਜਾਓ ਜੀ ਜੀ ਆਇਆਂ ਨੂੰ ਆਓ ਜੀ ਅੱਗੇ ਕੋਈ ਓਏ ਓਏ ਕਰਦਾ ਸੀਗਾ ਹੁਣ ਜੀ ਜੀ ਕਰਦੇ ਫਿਰਦੇ ਨੇ ਆਖੋ ਸਤਨਾਮ ਇਹਦਾ ਮਤਲਬ ਇਹ ਹੋਇਆ ਸਾਡੀ ਕੋਈ ਕਦਰ ਨਹੀਂ ਮਾਇਆ ਦੀ ਕਦਰ ਹੋ ਰਹੀ ਆ ਇਸ ਜੁਗ ਮੈਂ ਸੋਭਾ ਨਾਮ ਕੀ ਇਹ ਯਾਦ ਰੱਖਿਓ ਆਪਾਂ ਸੋਚਦੇ ਹਾਂ ਕਿ ਮਾਇਆ ਦੀ ਸੋਭਾ ਲੋਕੀ ਕਰਦੇ ਪਰ ਇਹ ਝੂਠੀਆਂ ਸੋਭਾ ਨੇ ਦੀਸ ਪ੍ਰਾਈਜ਼ਿਸ ਆਰ ਹੇਅਰ ਨਾਓ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਆਪਾਂ ਕਹਿੰਦੇ ਹਾਂ ਮੇਰੀ ਸੋਭਾ ਹੁੰਦੀ ਆ ਪਰ ਭਾਈ ਤੇਰੀ ਨਹੀਂ ਸੋਭਾ ਹੋ ਰਹੀ ਜਿਹੜੀ ਤੇਰੀ ਜੇਬ 'ਚ ਮਾਇਆ ਪਈ ਆ ਉਹਦੀ ਸੋਭਾ ਹੋ ਰਹੀ ਆ ਜਿਹੜੇ ਤੇਰੇ ਅਕਾਊਂਟ 'ਚ ਪੈਸੇ ਪਏ ਨੇ ਉਹਦੀ ਸੋਭਾ ਹੋ ਰਹੀ ਆ ਪੀਪਲ ਆਰ ਪ੍ਰੇਜ਼ਿੰਗ ਦ ਮਨੀ ਪੀਪਲ ਆਰ ਪ੍ਰੇਜ਼ਿੰਗ ਦ ਵੈਲਥ ਯੂ ਹੈਵ ਦ ਪ੍ਰੋਪਰਟੀਜ਼ ਯੂ ਹੈਵ ਅਦਰਵਾਈਜ਼ ਨੋ ਵਨ ਕੇਅਰਜ਼ ਹੂ ਯੂ ਆਰ ਮੈਂ ਬੜੀ ਵਾਰ ਆਖਦਾ ਹੁੰਦਾ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਉਦੋਂ ਪਤਾ ਲੱਗੇਗਾ ਕਿ ਕੌਣ ਮਿੱਤਰ ਆ ਕੌਣ ਦੋਸਤ ਆ ਜਦੋਂ ਬਿਪਤਾ ਛਿੜ ਜੇ ਘਰ ਵਿੱਚ ਕੋਈ ਇਫ ਅ ਬੈਡ ਟਾਈਮ ਕਮਸ ਇਨ ਲਾਈਫ ਜਦੋਂ ਅੱਗੇ ਉਹ ਤਲਵਾਰਾਂ ਪੈਂਦੀਆਂ ਹੋਣ ਮਾਰਾਂ ਪੈਂਦੀਆਂ ਹੋਣ ਉਦੋਂ ਪਤਾ ਲੱਗੇਗਾ ਕੌਣ ਸੱਚਾ ਕੌਣ ਝੂਠਾ ਮਾਇਆ ਦੇ ਨਾਲ ਸਾਰੇ ਖੜਦੇ ਨੇ ਸੁੱਖ ਵੇਲੇ ਸਾਰੇ ਖੜਦੇ ਆ ਪਰ ਦੁੱਖ ਆਵੇ ਬਿਪਤਾ ਆਵੇ ਉਦੋਂ ਪਤਾ ਲੱਗੇਗਾ ਕੌਣ ਖੜਦਾ ਨਾਲ ਅੱਜ ਆਪਾਂ ਕਹਿੰਦੇ ਹਾਂ ਮੇਰਾ ਦੋਸਤ ਮਾਈ ਫਰੈਂਡ ਦਿਸ ਇਜ਼ ਮਾਈ ਬੈਸਟ ਫਰੈਂਡ ਆਈ ਵਿਲ ਡਾਈ ਫੋਰ ਦਿਸ ਪਰਸਨ ਹੀ ਵਿਲ ਟੇਕ ਅ ਬੁਲੇਟ ਫੋਰ ਮੀ ਇੱਦਾਂ ਗੱਲਾਂ ਕਰਦੇ ਆਮ ਕਰਕੇ ਇਹ ਮੇਰੇ ਵਾਸਤੇ ਮਰ ਵੀ ਜਾਊਗਾ ਇਹ ਮੇਰੇ ਵਾਸਤੇ ਜਾਨ ਵੀ ਆਪਣੀ ਦੇ ਦੂਗਾ ਦਿਸ ਇਜ਼ ਹਾਊ ਟਰੂ ਮਾਈ ਫਰੈਂਡ ਇਜ਼ ਪਰ ਅੱਜ ਸਾਡੇ ਮੂੰਹ ਤੇ ਕੋਸ਼ਾ ਪਿੱਠ ਪਿੱਛੇ ਕੁਛ ਹੋਰ ਨੇ ਇਨ ਫਰੰਟ ਆਫ ਆਰ ਫੇਸ ਦੇਰ ਸਮਥਿੰਗ ਐਂਡ ਬਿਹਾਈਂਡ ਆਰ ਬੈਕ ਦੇ ਆਰ ਦ ਵਨਸ ਦੈਟ ਸਟੈਬਸ ਆਪਣੇ ਹੀ ਆ ਜਿਹੜੇ ਛੁਰੇ ਮਾਰਦੇ ਆ ਪਿੱਠਾਂ ਪਿੱਛੋਂ ਜਿਨ੍ਹਾਂ ਨੂੰ ਆਪਣਾ ਕਹਿੰਦੇ ਆ ਦੋਸ ਦੈਟ ਵੀ ਕਾਲ ਆਸ ਆਰ ਦ ਵਨਸ ਦੈਟ ਸਟੈਬਸ ਫਰੋਮ ਦ ਬੈਕ ਐਂਡ ਮੈਂ ਦੱਸਾਂ ਗੁਰੂ ਕੀ ਕਹਿ ਰਹੇ ਆ ਗੁਰੂ ਕਹਿੰਦਾ ਕਿ ਮਿੱਤਰ ਬਣਾਉਣ ਵਾਲੇ ਆ ਅਸਲੀ ਮਿੱਤਰ ਬਣਾ ਲੈ You're going around and making friends. Nursery vich sega odo hor friend sige. Year 1, year 2, year 3, you had different friends. You went into college, you had different friends. University aan ch gaya, different friend hoye, kam kar lag gaya, different dost ban gaye. Achha, fir tu ghar kithe hor ja ke lay liya, udhar hor dost ban gaye. Eh ta dost badalde rahe. ਕੋਈ ਕੋਈ ਹੋਊਗਾ ਜਿਹੜਾ ਬਚਪਨ ਦਾ ਦੋਸਤ ਬਣਾ ਕੇ ਰੱਖਿਆ ਹੋਵੇ ਜਿਹੜਾ ਲੋਇਲ ਹੋਵੇ ਪਰ ਗੁਰੂ ਦੱਸਾਂ ਕੀ ਕਹਿ ਰਿਹਾ ਮਿੱਤਰ ਕਨੇਰੇ ਘਰ ਥੱਕੀ ਮੇਰਾ ਦੁੱਖ ਕਾਟੈ ਕੋਏ ਕਹਿੰਦੇ ਮੈਂ ਮਿੱਤਰ ਲੱਭਦਾ ਥੱਕ ਗਿਆ ਦਿਸ ਇਜ਼ ਵਾਟ ਗੁਰੂ ਸੇਜ਼ ਮਿੱਤਰ ਕਨੇਰੇ ਘਰ ਥੱਕੀ ਥੱਕੀ ਮੀਨਸ ਆਈ ਐਮ ਟਾਇਰਡ ਮਿੱਤਰ ਫਰੈਂਡਸ ਕਨੇਰੇ ਅਲੋਟ ਮੈਂ ਬਹੁਤ ਮਿੱਤਰ ਬਣਾਉਂਦਾ ਰਿਹਾ ਬਹੁਤ ਮਿੱਤਰ ਬਣਾਉਂਦਾ ਰਿਹਾ ਪਰ ਕਿਸੇ ਨੇ ਮੇਰੀ ਬਾਤ ਨਹੀਂ ਪੁੱਛੀ ਮੈਂ ਥੱਕ ਗਿਆ ਆਈ ਐਮ ਟਾਇਰਡ ਇੱਥੇ ਬੜੇ ਬੈਠੇ ਹੋਣਗੇ ਜਿਹੜੀ ਇਹ ਸੋਚ ਆ ਉਹਨਾਂ ਦੀ ਇਸ ਵੇਲੇ ਸਾਰੀ ਜ਼ਿੰਦਗੀ ਲੱਗ ਗਈ ਮੈਂ ਸੋਚਦਾ ਸੀ ਇਹ ਮੇਰਾ ਬਣੂਗਾ ਇਹ ਬਣੂਗਾ ਮੇਰਾ ਇਹ ਬਣੂਗਾ ਸਾਰਾ ਕੁਛ ਛੱਡ ਕੇ ਉਹਨਾਂ ਵਾਸਤੇ ਭੱਜਦਾ ਰਿਹਾ ਉਹ ਵੀ ਨਹੀਂ ਮੇਰਾ ਸਾਥ ਉਹ ਵੀ ਨਹੀਂ ਮੇਰਾ ਨਾਲ ਨਿਭਾਇਆ ਮੇਰੀ ਨਹੀਂ ਨਿਭਾਇਆ ਮੇਰੇ ਨਾਲ ਸਾਥ ਉਹਨਾਂ And Maharaj is saying, the only true friend, when will you find the true friend?
मित्र कनेरे कर थकी मेरा दुख काटे कोए मिल प्रीतम दुख कटे आ शब्द मिलावा होए कहंदे मिल प्रीतम दुख समझ लो मिल प्रीतम दुख कटे आ अज दुख छेड़ लेने आपां एक गल किसी नूं दस दे आ ओ जाके गां दस दंदा आ फिर बिपता शुरू हो जांदी आ यू टेल अ सीक्रेट टू योर बेस्ट फ्रेंड यू मे कॉल हिम योर बेस्ट फ्रेंड You tell a secret to that person. Unne jaake gaan mitraan nu dasti. Unna ne jaake gaan dasti. Gall kuch hai vi nahi sigi. Gall vaddi ban gayi. Dukh chhed leya. And Maharaj kehnde ne ke mil pritam dukh katteya by meeting my perfect one. Pritam nu milke mera dukh katteya gya. Aitwar wale diwan ch appa ki bentiyan kitiyan si ke dukh aunda ta hega. ਦੁੱਖ ਆਉਂਦਾ ਤਾਂ ਹੈਗਾ ਪਰ ਗੁਰਸਿੱਖ ਜਾਣਦਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੇਨ ਕਮਸ ਔਨ ਐਵਰੀਬਾਡੀ ਦੁੱਖ ਸਾਰਿਆਂ ਤੇ ਆਉਂਦਾ ਇਦਾਂ ਨਹੀਂ ਹੈ ਕਿ ਕਿਸੇ ਨੂੰ ਦੁੱਖ ਨਹੀਂ ਆਉਣਾ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਦੁੱਖ ਆਉਂਦਾ ਬੰਦ ਬੰਦ ਕੱਟਿਆ ਗਿਆ ਦੁੱਖ ਆਇਆ ਸੀ ਪਰ ਗੁਰਮੁਖਾਂ ਨੇ ਜਾਣਿਆ ਨਹੀਂ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਦੁੱਖ ਨਹੀਂ ਜਾਣਦੇ ਉਹ It comes, but andro chardi kala vichne. And when you meet the perfect one, Guru ne sanu hana andro chardi kala vich leke, Guru sadda mitra ban janda. And Guru ki, Guru o va jeda pritam nu mula dave. Pehla pritam Guru nu mulaunda, phir Guru pritam nu mula danda. Eh oth poth kam chalda. Is verse 5 sir. Pritam merges us into Paramatma and Paramatma meets us with Guru. And ito si yaad rakhiyo ke hom vanja kurban sai apne. Hom vanja kurban, I'm a sacrifice again and again and again. Aise guru ko bal bal jaiye aap mukt mohe tare aap ta mukta par guru sada iddan da aap mukta jinu milke us sanu vi mukt kara danda bandhana to. ਹੁਣ ਇੱਕ ਮਿੰਟ ਇੱਥੇ ਨੋਟ ਕਰਿਓ ਪਿਆਰਿਓ ਗੁਰਬਾਣੀ ਕਿਹੜੇ ਦੁੱਖਾਂ ਦੀ ਗੱਲ ਕਰਦੀ ਆ ਲੈਟਸ ਜਸਟ ਟੇਕ ਵਨ ਲੈਟਸ ਜਸਟ ਟੇਕ ਦਿਸ ਟੌਪਿਕ ਐਂਡ ਜਸਟ ਥਿੰਕ ਔਨ ਦਿਸ ਆਪਾਂ ਸੋਚਦੇ ਹਾਂ ਦੁੱਖ ਆ ਢੂਈ ਦੁੱਖ ਦੀ ਆ ਇੱਦਾਂ ਹੀ ਸੋਚਦੇ ਹਾਂ ਆਪਾਂ ਵੀ ਅੱਲਾ ਆ ਫੇਨ ਰਾਤ ਨੂੰ ਸਿਰ ਬਹੁਤ ਦੁੱਖਦਾ ਨੀਂਦਾਂ ਨਹੀਂ ਆਉਂਦੀਆਂ ਦੁੱਖ ਆ ਪਰ ਗੁਰੂ ਦੱਸਾਂ ਕਿਹੜੇ ਦੁੱਖਾਂ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਨੇ ਨਾਨਕ ਹਉਮੈ ਰੋਗ ਬੁਰੇ ਜਿਹੜਾ ਹਉਮੈ ਦਾ ਰੋਗ ਆ ਇਹ ਸਭ ਤੋਂ ਭੈੜਾ ਹਉਮੈ ਮੀਨਸ ਈਗਰ ਗੁਰੂ ਠੋਕਸ ਕਿ ਦੁੱਖ ਇਜ਼ ਹੈਵਿੰਗ ਹੰਕਾਰ ਇਨ ਯੋਰ ਲਾਈਫ ਕਾਮ ਕ੍ਰੋਧ ਲੋਭ ਮੋਹ ਹੰਕਾਰ ਡਿਜ਼ਾਇਰ ਲਸਟ ਐਂਗਰ ਗਰੀਡ ਅਟੈਚਮੈਂਟ ਈਗੋ ਦੀਸ 5 ਵਾਈਸਿਸ ਇਹ 5 ਚੋਰ ਰੋਗ ਨੇ ਨਾਨਕ ਚਿੰਤਾ ਰੋਗ ਇਹ ਵੀ ਰੋਗ ਆ ਚਿੰਤਾ ਸਟ੍ਰੈਸ ਟੈਂਸ਼ਨ ਇਜ਼ ਅ ਬਿਮਾਰੀ ਜਦੋਂ ਆਪਾਂ ਗੁਰਬਾਣੀ ਦੇ ਲੜ ਲੱਗਾਂਗੇ ਗੁਰੂ ਨੇ ਇਹ ਦੁੱਖ ਦੂਰ ਕਰ ਦੇਣੇ ਨੇ ਪਿਆਰਿਓ ਚਿੰਤਾ ਵੀ ਗਈ ਕਾਮ ਵੀ ਗਿਆ ਕ੍ਰੋਧ ਵੀ ਗਿਆ ਲੋਭ ਵੀ ਗਿਆ ਮੋਹ ਵੀ ਗਿਆ ਤੇ ਹੰਕਾਰ ਵੀ ਨਹੀਂ ਰਿਹਾ ਇਹ ਦੁੱਖ ਦੂਰ ਹੁੰਦੇ ਨੇ ਇਹ 5 ਰੋਗ ਨੇ ਸਾਡੇ ਚਿੰਬੜੇ ਹੋਏ ਈਰਖਾ ਜੈਲਸੀ ਬਿਟਵੀਨ ਈਚ ਅਦਰ ਮਾਫ ਕਰਿਓ ਪਿਆਰਿਓ ਆਪਸ ਵਿੱਚ ਹੀ ਬਹੁਤ ਈਰਖਾ ਹੋ ਰਹੀ ਆ ਦੈਰ ਸੋ ਮਚ ਜੈਲਸੀ ਬਿਟਵੀਨ ਅਸ ਆਲ We may think it or not, but there's so much competition happening between us. ਮੈਂ ਪਹਿਲੇ ਦੀਵਾਨਾਂ 'ਚ ਵੀ ਆਖਿਆ ਸੀਗਾ ਸਾਨੂੰ ਇੰਨਾ ਦੁੱਖ ਨਹੀਂ ਕਿ ਮੇਰੇ ਕੋਲ ਸੋਹਣੀ ਗੱਡੀ ਨਹੀਂ ਸਾਨੂੰ ਉਦੋਂ ਜ਼ਿਆਦਾ ਦੁੱਖ ਲੱਗਦਾ ਜਦੋਂ ਗੁਆਂਢੀ ਨਵੀਂ ਖੱਟੀ ਲਿਆ ਸਾਨੂੰ ਇੰਨਾ ਦੁੱਖ ਨਹੀਂ ਕਿ ਮੇਰਾ ਘਰ ਛੋਟਾ ਸਾਨੂੰ ਉਦੋਂ ਦੁੱਖ ਜ਼ਿਆਦਾ ਲੱਗਦਾ ਕਿ ਗੁਆਂਢੀ ਨੇ ਵੱਡਾ ਲੈ ਲਿਆ ਘਰ ਹੋਏ ਉਦੋਂ ਦੁੱਖ ਜ਼ਿਆਦਾ ਲੱਗਦਾ ਸੋ ਵਾਟ ਇਜ਼ ਦੈਟ ਦਿਸ ਜੈਲਸੀ ਐਂਡ ਦਿਸ ਜੈਲਸੀ ਬਿਕਮਸ ਦ ਪੇਨ And it makes us stress every night. And that stress kills us from inside. And e dukh guru sada dur karda. Mera vaid guru gobinda. Har har naam aukhad mukh devai. Jado sacha naam sade andar vasjega. Phir ki hoga kate jam ki. Banda e jede jam ne panj chor jam duti ne. ਆਪਾਂ ਕਹਿੰਦੇ ਆ ਮਰਨ ਤੋਂ ਬਾਅਦ ਜਮਦੂਤ ਆਉਣਗੇ ਮਹਾਰਾਜ ਕਹਿੰਦੇ ਤੇਰੇ ਤੇ 5 ਜਮਦੂਤ ਹੁਣ ਚਿੰਬੜੇ ਹੋਏ ਆ ਹੁਣ ਚ 5 ਦੂਤ ਨੇ ਐਂਡ ਯੂ ਹੀਅਰ ਦਿਸ ਅ ਲੋਟ ਡੋਂਟ ਯੂ
कि मरन तो बाद पंज दूत आउणगे, जम दूतां ने आके सानू फड़ना, केसां तो खिंच लैणा, कुट के मार के लैके जाणा, यही सुणदे रहे हां। अच्छा महाराज कहिंदे जिहड़े तेरे अंदर क्रोध आ इह वी दूत ही आ, तेनू टिकन नहीं दे रहा, जिहड़ा तेरे अंदर हंकार आ तू अपने विच ही फूक च ही भरिया रहिंदा। वेखो महाराज हैरान कर देंदे ने प्यारिओ, जदों हुण बाणी पढ़नी शुरू करांगे आपां, सहज पाठ करांगे, समझांगे, हैरान हो जीदा, यू गैट शॉक्ड के महाराज इज सेइंग दिस। आपां की कह देंदे आ, जिहड़ा बंदा हंकारिया होवे आपां की कहिंदे आ, वेखो किन्नी फूक भरी होई आ, इदां ही कहिंदे आ आपां, लुक एट हिम इज पंप्ड अप, किन्ना पंप इहनूं मिलिया होया, ही सो फुल ऑफ हिमसेल्फ, इदां ही कहिंदे आ, अपनी आकड़ विच आप ही पंप होया पिया। और महाराज भी दसा की कहिंदे ने गुरबाणी च, महाराज कहिंदे ने सब को भरे आ फूक, ये गुरु कह रहे हैं कि सारे फूक नाल भरे हुए आ। हुण मैं इत्थे बैठा होऊंगा, मैं भी फूक नाल भरिया होऊंगा, मैं सोचना मेरे वर्गा कोई कीर्तनिया नहीं हैगा, मेरे वर्गा कोई कथावाचक नहीं हैगा, फूक ही भरी हुई आ मेरे च भी, मेरे च फूक ही भरी हुई आ। कोई कहिंदा होगा मेरी गड्डी सब तो बेस्ट आ, नो वन्स गॉट अ बेंटली लाइक माइन, नो वन्स गॉट अ फरारी लाइक माइन, मेरे कोल वधिया गड्डिया ने, ये भी फूक ही आ। कोई अपने आप का मूँह वेखता रहेगा, ओए होए होए तेरे वर्गा तो कोई जमया ही नहीं, ना सोहना तू, इदां दे भी बहुत लोग होंदे आ, अपने शरीर विच ही माण करी फिरदे आ, शीशियां अगे खड़ खड़ के अपने डोले वेखते फिरते रहते हैं। एंड यू सी अ लॉट पीपल पोस्टिंग पिक्चर्स ऑन इंस्टाग्राम, लुक माई मसल्स, टेंसिंग दैम, शोइंग दैम ऑफ टू पीपल, ये फूकी आ प्यारे हो, लोग अगे बल्ले बल्ले करन, फूकी आ। फिर गुरु केड़ा गलत कह रहे हैं, सब को भरिया फूक, आखण कहन ना थम्मी है। एंड फिर की होएगा, नानक वेखे आप फूक कढ़ाए टैप। यू नो दिस अ बलून, व्हाट यू डू, यू इनफ्लेट इट, यू ब्लो इन टू द बलून, भूंबड़े विच फूक मारते हैं, दैट बलून ब्लोज अप, इट गोज बिग डजंट इट। And जिस टाइम तू छड़ता बलून, कट ना बनी, तू छड़ता की आवाज आती है, फिर चिपकिया पिया होंदा धरती ते, चिपकिया ही पिया धरती ते। महाराज कहिंदा ओ माण ना कर, तू बिजनेसमैन आ, माण ना कर, तेरे कोल बहुत पैसा, मिलियन मिलियन तेरे बैंक अकाउंट भरे पए ने, जदों मौत आ गई तू भी धरती ते चिपकिया पिया होना, उदों की करूंगा पैसे नाल। ये गुरु कह रहे आ रियालिटी, दिस इज द रियालिटी चैक। You know when we read Gurbani, samjho pyare ho, hun shisha, there's a mirror, isn't there? Shishe vich apa ki karde haan, apna muh vekhde haan, apni shakal vekhde haan. We dress in front of the mirror, don't we? And the mirror shows us our reflection. Sada muh shisha vakhalda, sadi image shisha vakhalda. Achha, je hun mere muh te ithe daag hove, main apna daag dur karan. If I've got a mark on my face, I should rub that mark off, shouldn't I? Not pick up the stone and smash the mirror saying, why are you showing me the dog? Idda thoro karna chahida. Samjh rahe haan pyareo main ki gal keh rahe haan? Sheesha samne lagga, sheeshe ne sanu apna daag vikhalna. Je main hun daag na saaf karan, batta leke sheeshe de maran, ke tu mainu mera daag kyon vikhalda? Sheeshe ne ta apna kam karna hi haan. Tu batta bhi maar denga, nikka jiha sheeshe da piece chak ke vekh layi, unne phir bhi daag vikhalda. And you know what Gurbani is? Gurbani is a darpan. Gurbani is a mirror. And jadon aapa bani padhange, mere varge bade firde ne jehde kehnde ne, log keh dende ne hai na ji, koi khad ke stage te keh denda, eh ta bade vadde gurmukh ne, bhai saab honi aaye ne, eh ta bade chadhdi kala wale ne, bade log badiyan vaddiyan speechan maar dende ne, achha speechan log de dende ne, par I need to look inside myself. ਮੈਨੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਚਾਹੀਦਾ ਕਿ ਮਨਾ ਤੂੰ ਗੁਰਮੁਖ ਹੈ। ਮਾਂ ਨਾ ਕਰਕੇ ਬਹਿ ਜੀ ਕਿ ਤੈਨੂੰ ਕਿਸੇ ਨੇ ਗੁਰਮੁਖ ਕਹਿਤਾ, ਅੰਦਰ ਝਾਤੀ ਮਾਰ ਕੇ ਆਈ ਵਾ ਗੁਰਮੁਖ। ਗੁਰਮੁਖ ਉਹ ਆ ਜਿਹਦਾ ਮੂੰਹ ਗੁਰੂ ਵੱਲ ਆ, ਜੇ ਤੂੰ ਗੁਰਮੁਖ ਨਹੀਂ ਫਿਰ ਜਿੱਦਾਂ ਮਰਜ਼ੀ ਕਵੇ, ਮਨ ਵਿੱਚ ਹੰਕਾਰ ਨਾ ਕਰ ਲਈ। ਐਂਡ ਦ ਸੇਮ ਥਿੰਗ, ਦੁਨੀਆ ਸਾਰੀ ਇਕੱਠੀ ਹੋ ਕੇ ਕਹੀ ਜਾਵੇ ਉਹ ਬੰਦਾ ਮਨਮੁਖ ਆ, ਉਹ ਬੰਦਾ ਮਨਮੁਖ ਆ, तू ये ना सोच नहीं, अपना मनोबल ना डगाई, डोंट लूज कॉन्फिडेंस के एम आई अ मनमुख। रीड गुरबाणी, अंडरस्टैंड गुरबाणी, एंड इफ गुरबाणी
is telling you what a manmukh is and a gurmukh is, and you understand what a gurmukh is and a manmukh. And if you feel that you're not a manmukh, ke main gurbani samjhan di koshish kar rahe ha, loki mainu manmukh keh rahe ne par main manmukh nahi ha, to do ardas kariya kar, kahu nanak sab teri vadhai, koi nao na jaane, no one knows me, is all your kirpa. Mera naa nahi koi, malika tu hi mere te kirpa kar rahe ha, koi mainu nahi jaanda. Hun gurbani ne sanu apna muh vikhal dena. Samjho pyareo, idhar hi dhyan rakheo. Gurbani is gonna show us our face, our inner face. Man tu jodh sroop hai, apna mool pashan. Mool means the root. Understand why you're here. And ek haase di gal aa, apan ta idhe hi soch rahe haan ki duniya te aaye haan bas. Ghar ban gaya, bacche paal le, bas chal mere bhai, hun ta main bas theek aa, koi na, ho gaya kam mera. That's what we think we're here for, don't we? But when we start understanding Gurbani, we're here for a different reason. Bacche vi palne ne, bacche vi palne ne, kam vi karna, par maharaj kehnde ne, pehi prapat manak de huriya, eh sareer milya hoya hor kush vaste, eh body mili hoya kush hor karan vaste, pehi prapat manak de huriya. What is it made for? Gobind milan ki, eh teri pal. ਉਹਨੂੰ ਮਿਲਣ ਵਾਸਤੇ ਆ, ਆਪਾਂ ਤਾਂ ਮਿਲੇ ਨਹੀਂ, 50 ਸਾਲ ਲੰਘ ਗਏ, 60 ਇਅਰਸ ਹੈਵ ਗੋਨ ਬਾਈ. ਆਪਣੇ ਮਨ ਝਾਤੀ ਮਾਰ ਕੇ ਵੇਖੋ ਕੀ ਬਣਿਆ, ਵਾਪ ਵੀ ਮੈਂ ਪ੍ਰਾਪਰਟੀਆਂ ਬਣ ਗਈਆਂ, ਮਾਇਆ ਬਣ ਗਈ, ਜੇਬਾਂ ਭਰ ਗਈਆਂ, ਫਿਰ ਇੱਥੇ ਰਹਿ ਜਾਣੀਆਂ ਉਹ ਕਿ ਨਾਲ ਲੈ ਕੇ ਜਾਣਾ, ਬੋਲੋ ਨਾਲ ਲੈ ਕੇ ਜਾਣਾ ਪਿਆਰੇ, ਉਹ ਵੀ ਠੀਕ ਨੇ ਵਿਦਸ, ਉਹ ਵੀ ਠੀਕ ਨੇ ਵਿਦਸ ਸਿੰਘੋ, ਆਪਾਂ ਨਾਲ ਲੈ ਕੇ ਜਾਣਾ. ਮੈਂ ਹੈ ਨਾ ਇੱਕ ਫੇਸਬੁੱਕ 'ਤੇ ਮੈਨੂੰ ਵਿਖਾਲੀ ਸੀ ਇਹਨਾਂ ਨੇ ਵੀਡੀਓ, ਇੰਡੀਆ ਵਿੱਚ ਹੈ ਨਾ ਕਿਸੇ ਦਾ ਸੰਸਕਾਰ ਜਿਵੇਂ ਲਾਸ਼ ਪਈ ਹੋਈ ਸੀਗੀ, ਸ਼ਰਾਬ ਪੀਣ ਵਾਲੇ ਸੀਗੇ ਬੰਦੇ, ਉਹਦੇ ਮਿੱਤਰ ਵੀ ਨਾਲ ਸ਼ਰਾਬ ਪੀਣ ਵਾਲੇ ਨੇ. ਉਹ ਵੀਡੀਓ ਆਪਣੇ ਕੋਲ ਹੈਗੀ ਯਮ, ਉਹ ਭੇਜੀ ਹੋਈ ਸੀ ਕਿਸੇ ਨੇ ਵਿਖਾਲਣ ਵਾਸਤੇ ਕਿ ਕੀ ਦੁਨੀਆ ਦਾ ਹਾਲ ਹੋ ਰਿਹਾ, ਨਾਨਕ ਦੁਨੀਆ ਕੈਸੀ ਹੋਈ. ਇਹ ਗੁਰੂ ਕਹਿ ਰਿਹਾ ਕਿ ਦੁਨੀਆ ਕਿੱਦਾਂ ਦੀ ਹੋ ਰਹੀ ਆ, ਲੋਕ ਕਿੱਦਾਂ ਦੇ ਹੋ ਰਹੇ ਨੇ. ਉਹਦੀ ਲਾਸ਼ ਪਈ ਹੋਈ ਆ, ਸ਼ਰਾਬ ਦੀ ਬੋਤਲ ਉਹਦੇ ਮੂੰਹ ਨਾਲ ਲਾਉਂਦੇ ਨੇ, ਉਹਦੀ ਲਾਸ਼ 'ਤੇ ਸ਼ਰਾਬ ਮੂੰਹ 'ਚ ਪਾ ਰਹੇ ਨੇ, ਫਿਰ ਸਿਗਰੈਟਾਂ ਚੱਕ ਕੇ ਉਹਦੇ ਮੂੰਹ 'ਚ ਪਾ ਰਹੇ ਨੇ, 5 ਸਿਗਰੈਟਾਂ ਉਹਦੇ ਮੂੰਹ 'ਚ ਪਾਈਆਂ, ਫਿਰ ਉਹਦੀ ਬੋਡੀ 'ਤੇ ਸੁੱਟੀਆਂ ਸਿਗਰੈਟਾਂ. ਮੈਂ ਕਿਹਾ ਲੈ ਲਾ, ਮੈਂ ਕਿਹਾ ਜ਼ਿੰਦਗੀ ਇੱਦਾਂ ਹੀ ਲੰਘੀ ਹੋਣੀ ਆ, ਹੁਣ ਲਾਸ਼ ਨੂੰ ਵੀ ਪਿਲਾਈ ਜਾਂਦੇ ਨੇ, ਫਿਰ ਲਾਸ਼ ਨੂੰ ਪਿਲਾਉਣੀ ਆ, ਕੀ ਹੋਰ ਫਿਰ ਮੱਥਾ ਟੇਕ ਕੇ ਲੰਘਣਾ ਕਿਸੇ ਨੇ. ਉਹ ਤਾਂ ਲਾਸ਼ ਹੀ ਪਈ ਆ, ਫਿਰ ਕਿਸੇ ਨੇ ਸਤਿਕਾਰ ਦੇਣਾ ਲਾਸ਼ ਨੂੰ, ਕਿਸੇ ਦਾ ਭਲਾ ਕੀਤਾ ਕਿਸੇ ਨੇ, ਦਾਰੂ ਵਿੱਚ ਪਾ ਰਹੇ ਨੇ ਮੂੰਹ 'ਚ ਉਹਦੀ ਲਾਸ਼ ਉੱਤੇ ਹੀ, ਉਹਨੂੰ ਇਸ ਡੈਡ ਬੋਡੀ ਹੀ ਡਸਨ. ਪਰ ਲੋਕ ਕਿੱਦਾਂ ਦੇ ਨੇ ਪਿਆਰੇ, ਉਹ ਕਿ ਆਪਾਂ ਨਾਲ ਲੈ ਕੇ ਜਾਣਾ ਕੁਛ, ਬੋਲੋ ਸਿੰਘੋ ਨਾਲ ਜਾਣਾ ਸਾਡੇ ਕੁਛ. ਨੋ, ਵੀ ਨੀਡ ਮਨੀ ਟੂ ਲਿਵ, ਬਟ ਵੀ ਡੋਂਟ ਲਿਵ ਫੋਰ ਮਨੀ. ਆਈ ਸੈਡ ਦਿਸ ਯੈਸਟਰਡੇ, ਮਾਇਆ ਚਾਹੀਦੀ ਆ ਜਿਉਣ ਵਾਸਤੇ, ਪਰ ਆਪਾਂ ਮਾਇਆ ਵਾਸਤੇ ਨਹੀਂ ਜਿਉਣਦੇ. ਇੱਕ ਹਾਸੇ ਦੀ ਗੱਲ ਆ, ਇੱਕ ਬਜ਼ੁਰਗ ਸੀਗਾ, ਆਖਰੀ ਸਾਹ ਲੈ ਰਿਹਾ, ਮੰਜੇ 'ਤੇ ਪਿਆ ਹੋਇਆ, ਲਾਸਟ ਬ੍ਰੈਥਸ, ਆਖਰੀ ਸਾਹ ਲੈਂਦਾ ਲੈਂਦਾ ਆਪਣੀ ਘਰ ਵਾਲੀ ਨੂੰ ਕਹਿ ਰਿਹਾ, ਭਾਗਵਾਨ ਨੇ, ਚਾਰ ਮੁੰਡੇ ਸੀ ਉਹਨਾਂ ਦੇ, ਚਾਰ ਮੁੰਡੇ ਸੀ, ਕਹਿਣ ਲੱਗਾ ਭਾਗਵਾਨ ਨੇ, ਮੇਰਾ ਪੁੱਤ ਕਿੱਥੇ ਆ ਵੱਡਾ, ਵੈਜ਼ ਮਾਈ ਆਊਟਰ ਸਨ. ਕਹਿਣ ਲੱਗਾ, ਕਹਿਣ ਲੱਗੀ ਕਿ ਤੁਹਾਡੇ ਸੱਜੇ ਪਾਸੇ ਖੜਾ, ਸਟੈਂਡਿੰਗ ਨੈਕਸਟ ਯੋਰ ਰਾਈਟ ਸਾਈਡ. ਅੱਛਾ, ਲੁੱਕ ਸਾਹਿਬ ਹੈ, ਹਾਂ ਮੇਰਾ ਪੁੱਤ. ਅੱਛਾ, ਆਖਰੀ ਸਾਹ ਲੈ ਰਹੇ, ਭਾਗਵਾਨ ਨੇ, ਦੂਜਾ ਮੁੰਡਾ ਕਿੱਥੇ ਆ, ਵੈਜ਼ ਮਾਈ ਥਰਡ ਸਨ. ਕਹਿਣ ਲੱਗੀ, ਤੁਹਾਡੇ ਖੱਬੇ ਪਾਸੇ ਖੜਾ, ਲੁੱਕ ਸਾਹਿਬ ਹੈ, ਟੂ ਇਜ਼ ਲੈਫਟ ਸਾਈਡ. ਠੀਕ ਆ, ਪੁੱਤ ਖੜਾ ਮੇਰਾ. ਕਹਿਣ ਲੱਗੀ, ਕਹਿਣ ਲੱਗਾ ਉਸ ਵੇਲੇ ਕਿ ਮੇਰਾ ਦੂਜਾ ਪੁੱਤ ਕਿੱਥੇ ਖੜਾ, ਵੈਜ਼ ਦ ਸੈਕੰਡ ਵਨ ਦੈਨ, ਆਈ ਸੀਨ ਦ ਫੋਰਥ, ਆਈ ਸੀਨ ਦ ਥਰਡ, ਵੈਜ਼ ਦ ਸੈਕੰਡ. ਉਹ ਕਹਿਣ ਲੱਗੀ, ਉਹ ਪੈਰਾਂ ਦੇ ਕੋਲ ਖੜਾ, ਉਹਨੂੰ ਵੀ ਵੇਖ ਲਿਆ. ਠੀਕ ਆ, ਫਿਰ ਪੁੱਛਿਆ, ਕਹਿੰਦੇ ਕਿ ਜਿਹੜਾ ਲਾਸਟ ਆ ਮੇਰਾ ਮੁੰਡਾ, ਉਹ ਕਿੱਥੇ ਖੜਾ, ਚੌਥਾ ਪੁੱਤ ਕਿੱਥੇ ਖੜਾ ਮੇਰਾ. ਉਹ ਕਹਿਣ ਲੱਗੀ, ਤਾਂ ਨੂੰ ਵੇਖੋ, ਤੁਹਾਡੇ ਸਿਰ ਪਿੱਛੇ ਖੜਾ. ਕਹਿਣ ਲੱਗਾ, ਮਰ ਜਾਓ, ਦੁਕਾਨ ਕੌਣ ਸਾਂਭੂਗਾ, ਚਾਰ ਦੇ ਚਾਰ ਹੀ ਇੱਥੇ ਖੜੇ ਨੇ. ਕਹਿੰਦੇ, ਚਾਰ ਦੇ ਚਾਰ ਪੁੱਤ ਇੱਥੇ ਖੜੇ ਆ, ਦੁਕਾਨ ਕੌਣ ਸਾਂਭੂ. ਮਰਨ ਵੇਲੇ ਵੀ ਆਪਾਂ ਮਾਇਆ ਦੇ ਨਾਲ ਅਟੈਚ ਆ ਪਿਆਰਿਓ, ਇਹ ਪੱਕਰ ਛੱਡਣੀ ਹੋਈ. ਐਂਡ ਮਹਾਰਾਜ ਸੇਸ, ਇਹ ਜਿਹੜੀ ਹੈ ਨਾ ਆਪਾਂ ਭਵ ਸਾਗਰ ਵਿੱਚ ਡੁੱਬੇ ਹੋਏ ਹਾਂ. ਮੈਂ ਪਰਸੋਂ ਦੀਵਾਨਾਂ 'ਚ ਕਹਿ ਰਿਹਾ ਸੀ ਨਾ ਕਿ ਆਪਾਂ ਭਵ ਸਾਗਰ ਦੀ ਗੱਲ ਕਰਾਂਗੇ. What is the worldly ocean? People say ke we're drowning in this worldly ocean. Main kisi nu puchhya ke bhai tuhanu pata ke tusi dub rahe ho, appa dub rahe ho,
ਉਹ ਕਹਿਣ ਲੱਗਾ ਮੈਨੂੰ ਤਾਂ ਤੈਰਨਾ ਆਉਂਦਾ ਇਨ ਅੱਠ ਸਵਿਮ, ਮੈਂ ਕਿੱਥੋਂ ਡੁੱਬਦਾ ਹਾਂ? ਕਹਿੰਦਾ ਮੈਨੂੰ ਤੁਸੀਂ ਜਿੰਨਾ ਮਰਜ਼ੀ ਪੂਲ 'ਚ ਸੱਟ ਕੇ ਮਾਰੋ, ਮੈਂ ਤਾਂ ਸਵਿਮ ਕਰ ਲੈਂਦਾ। ਮੈਂ ਕਿਹਾ ਠੀਕ ਆ, ਇਹ ਪੂਲ ਤਾਂ ਤੂੰ ਸਵਿਮ ਕਰ ਲੈਂਦਾ, ਪਰ ਜਿਹੜਾ ਅੰਦਰਲਾ ਸੁਰਤੀ ਦਾ ਜਿਹੜਾ ਤੂੰ ਭਵ ਸਾਗਰ ਤੈਰਨਾ ਸੀਗਾ, ਦ ਵਨ ਦਾ ਯੂ ਕੈਨ ਸਵਿਮ, ਉਹ ਨਹੀਂ ਤੈਨੂੰ ਸਵਿਮ ਕਰਨਾ ਆਇਆ। ਐਂਡ ਗੁਰੂ ਸਿਖਾਲਦਾ ਸੁਰਤ ਸ਼ਬਦ ਭਵ ਸਾਗਰ ਤਰੀ ਹੈ। ਯੋ ਸੁਰਤ ਇਜ਼ ਯੋਰ ਕੌਨਸ਼ੀਅੰਸ, ਇਹ ਧਿਆਨ ਨਾਲ ਸਮਝਿਓ ਪਿਆਰਿਓ, ਸੁਰਤ ਜਿਹੜੀ ਸਾਡੀ ਆ ਇਜ਼ ਦ ਕੌਨਸ਼ੀਅੰਸ। ਐਂਡ ਯੂ ਨੋ ਇਨ ਆਰ ਕੌਨਸ਼ੀਅੰਸ ਵੇ ਸਿਟਿੰਗ ਹੇਅਰ, ਬਟ ਸਾਡੀ ਸੁਰਤ ਗੱਡੀਆਂ 'ਚ ਫਸੀ ਹੋਈ ਹੈ। ਇਸ ਟਰੂ ਇਜ਼ ਨੇ, ਸਾਡੀ ਸੁਰਤ ਇੱਥੇ ਬੈਠਿਆਂ ਹੋਇਆਂ ਵੀ ਸਾਡੀ ਸੁਰਤ ਘਰਾਂ 'ਚ ਫਸੀ ਹੋਈ ਹੈ, ਇੱਥੇ ਬੈਠਿਆਂ ਵੀ ਸਾਡੀ ਸੁਰਤ ਸਾਡੀ ਬਿਜ਼ਨਸ ਵਿੱਚ ਸਾਡੇ ਅਹੁਦੇ ਵਿੱਚ ਫਸੀ ਹੋਈ ਆ। ਇਹ ਕੌਣ ਹੁੰਦਾ ਮੈਨੂੰ ਦੱਸਣ ਵਾਲਾ, ਮੈਂ ਤਾਂ ਇੰਨੇ ਲੱਖਾਂ ਦਾ ਮਾਲਕ ਹਾਂ, ਇੱਦਾਂ ਦੇ ਵੀ ਲੋਕ ਬਹੁਤ ਮਾਣ ਕਰਦੇ ਨੇ। ਇਹ ਕੌਣ ਆ ਜਿਹੜੇ ਬੋਲਣ ਵਾਲੇ ਨੇ, ਇਹ ਕਿੱਥੋਂ ਆ ਗਏ, ਇਹ ਤਾਂ ਉਮਰ ਦੇ ਮੇਰੇ ਨਾਲੋਂ ਘੱਟ ਆ, ਮੈਂ ਤਾਂ ਬਹੁਤ ਸਿਆਣਾ ਹਾਂ, ਇਹ ਕੌਣ ਹੁੰਦੇ ਆ ਬੋਲਣ ਵਾਲੇ? ਥੋੜ੍ਹੇ ਆਪਣੀ ਉਮਰ ਦੀ ਸੁਰਤ ਵਿੱਚ ਫਸੇ ਹੋਏ ਨੇ। ਐਂਡ ਮੈਂ ਕੱਲ੍ਹ ਆਖਿਆ ਸੀਗਾ, ਏਜ ਡਜ਼ ਨਾਟ ਮੇਕ ਯੂ ਵਾਈਜ਼, ਏਜ ਇਜ਼ ਜਸਟ ਅ ਨੰਬਰ, ਦੇਰ ਸੋ ਮੈਨੀ ਯੰਗ ਕਿਡਸ ਦੈਟ ਆਰ ਵਾਈਜ਼। ਅੰਦਰਲੀ ਅਵਸਥਾ ਦੀ ਗੱਲ ਆ, ਬੰਦਾ ਅੰਦਰੋਂ ਕਿੰਨਾ ਸਿਆਣਾ, ਬਾਹਰੋਂ ਤਾਂ ਜਿੱਦਾਂ ਮਰਜ਼ੀ ਹੋਈਏ। ਅੱਜ ਕੱਲ੍ਹ ਤਾਂ ਆਪਾਂ ਚਿੱਟਿਆਂ ਨੂੰ ਵੀ ਰੰਗ ਲਾਈ ਜਾਂਦੇ ਹਾਂ, ਚਿੱਟਿਆਂ ਨੂੰ ਵੀ ਰੰਗ ਲਾਈ ਜਾਂਦੇ ਹਾਂ ਕਿ ਪਤਾ ਨਾ ਲੱਗੇ ਜੀ ਉਮਰ ਕਿੰਨੀ ਹੋ ਰਹੀ ਆ। ਪਰ ਪਿਆਰਿਓ ਮੈਂ ਇੱਕ ਮਿੰਟ ਦੱਸਾਂ, ਜਿਹੜੇ ਚਿੱਟੇ ਧੌਲੇ ਆਉਂਦੇ ਨੇ, ਇੱਕ ਆ ਜੇ ਹੈ ਨਾ, ਲੋਕ ਪੱਟ ਦਿੰਦੇ ਆ ਕਿ ਇੱਕ ਨਾ ਆਵੇ, ਇੱਕ ਆਵੇ ਨਾ। ਕੱਲ੍ਹ ਕੀ ਧਰਮ ਮਹਾਰਾਜ ਦੇ ਵੇਲੇ ਹੈ ਨਾ, ਦੱਸਿਆ ਕੀ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਟਾਈਮ, ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਟਾਈਮ ਦਰਬਾਰ ਲੱਗਾ ਹੋਇਆ, ਇੱਕ ਸਿੱਖ ਆਇਆ। ਮਹਾਰਾਜ ਨੇ ਉਹਨੂੰ ਜਦੋਂ ਵੇਖਿਆ, ਮਹਾਰਾਜ ਬਹੁਤ ਖੁਸ਼ ਹੋਏ, ਕਹਿਣ ਲੱਗੇ ਬਹੁਤ ਸੋਹਣਾ ਸਿੰਘ ਆ ਮੇਰਾ, ਬਹੁਤ ਜ਼ਿਆਦਾ ਹੀ ਸੋਹਣਾ ਹੈ। ਉਹਨੂੰ ਥੋੜ੍ਹਾ ਜਿਹਾ ਮਾਣ ਹੋ ਗਿਆ ਕਿ ਮਹਾਰਾਜ ਸੈਟ ਵੀ ਦਾ ਲੁੱਕ ਬਿਊਟੀਫੁਲ। ਉਹ ਵਾਪਸ ਜਦੋਂ ਘਰ ਗਿਆ, ਦੂਜੇ ਦਿਨ ਤਿਆਰ ਹੋ ਕੇ ਆ ਰਿਹਾ ਕਿ ਮਹਾਰਾਜ ਨੇ ਮੈਨੂੰ ਫਿਰ ਕਹਿਣਾ ਕਿੰਨਾ ਸੋਹਣਾ, ਮਹਾਰਾਜ ਨੇ ਮੈਨੂੰ ਕਿਹਾ ਬਹੁਤ ਸੋਹਣਾ। ਉਹ ਜਦੋਂ ਤਿਆਰ ਹੋ ਰਿਹਾ ਸੀਗਾ, ਉਹਨੂੰ ਵੇਖਿਆ ਧੌਲਾ, ਕਹਿਣ ਲੱਗਾ ਸੋਹਣਾ ਤਾਂ ਲੱਗਣਾ, ਚਲੋ ਧੌਲਾ, ਮੈਨੂੰ ਥੋੜ੍ਹਾ ਜਿਹਾ ਓਲਡ ਜਿਹਾ ਲੱਗ ਰਿਹਾ ਮੈਂ ਹੁਣ ਓਲਡ। ਉਹਨੇ ਧੌਲਾ ਹੀ ਪੱਟਤਾ। ਜਦੋਂ ਮਹਾਰਾਜ ਦੇ ਦਰਬਾਰ 'ਚ ਗਿਆ, ਮਹਾਰਾਜ ਨੇ ਮੂੰਹ ਮੋੜ ਲਿਆ, ਮਹਾਰਾਜ ਨੇ ਆਪਣਾ ਮੂੰਹ ਮੋੜ ਲਿਆ। ਉਹ ਮਹਾਰਾਜ ਦੇ ਕੰਨੀ ਇੱਧਰ ਹੋਵੇ, ਇੱਧਰ ਨੂੰ ਹੋਵੇ ਕਿ ਮਹਾਰਾਜ ਮੈਨੂੰ ਵੇਖ ਲੈਣ, ਕਹਿਣ ਕਿ ਬਹੁਤ ਸੋਹਣਾ। ਮਹਾਰਾਜ ਉਹਦੇ ਕੰਨੀ ਕਿੱਥੋਂ ਵੇਖਦੇ ਨੇ? ਜਦੋਂ ਨਾ ਹੀ ਹਟਿਆ, ਮਹਾਰਾਜ ਹੱਸ ਕੇ ਕਹਿਣ ਲੱਗੇ, ਉਹ ਸਿੰਘਾ ਕੱਲ੍ਹ ਤਾਂ ਸੋਹਣਾ ਸੀਗਾ, ਮੈਂ ਤੈਨੂੰ ਸ਼ਾਬਾਸ਼ ਦਿੱਤੀ ਸੀ ਕਿ ਧੌਲੇ ਆ ਰਹੇ ਨੇ, ਧੌਲੇ ਆਉਣ ਦਾ ਭਾਵ ਨਿਹੰਗਾਂ ਸਿੰਘਾਂ ਦੀ ਬੋਲੀ ਆ, ਜਦੋਂ ਧੌਲਾ ਆਵੇ, ਧੌਲੇ ਨੂੰ ਹੀਰਾ ਕਹਿੰਦੇ ਆ, ਧੌਲੇ ਨੂੰ ਨਿਹੰਗ ਸਿੰਘ ਹੀਰਾ ਕਹਿੰਦੇ ਨੇ। ਕਿਉਂ ਹੀਰਾ ਕਹਿੰਦੇ ਆ? ਕਹਿੰਦੇ ਇਹ ਬਸ ਯਾਦ ਕਰਾਉਂਦਾ ਕਿ ਸਮਾਂ ਆ ਗਿਆ, ਹੁਣ ਤੂੰ ਤਿਆਰ ਹੋ ਜਾ। ਧੌਲੇ ਜਦੋਂ ਆਉਣ ਲੱਗ ਜਾਣ ਹੈ ਨਾ ਜੀ, ਫਿਰ ਯਾਦ ਹੁੰਦਾ ਆ ਕਿ ਹੁਣ ਤਾਂ ਸਹੀ ਪਾਸੇ ਲੱਗ ਜਾ, ਧੌਲੇ ਵੀ ਆ ਗਏ ਨੇ, ਚਿੱਟੇ ਆ ਰਹੇ ਨੇ, ਹੁਣ ਕਾਲੇ ਨਹੀਂ ਹੋਣੇ, ਚਿੱਟਿਆਂ ਨੇ ਕਾਲੇ ਨਹੀਂ ਹੋਣਾ। ਮੈਂ ਬਹੁਤ ਵਾਰੀ ਹੱਸਦਾ ਹੁੰਦਾ, ਜੇ ਪੱਤਾ ਦਰਖਤ ਤੋਂ ਡਿੱਗ ਜੇ ਥੱਲੇ, ਅ ਲੀਫ ਫੋਲਸ ਆਫ ਅ ਟ੍ਰੀ, ਆਪਾਂ ਪੱਤੇ ਨੂੰ ਲੈ ਕੇ ਰੰਗ ਲਾ ਦਈਏ, ਮੁੜ ਕੇ ਜੁੜ ਜਾਏਗਾ ਦਰਖਤ ਨਾਲ? ਬੋਲੋ ਸੰਗਤੇ, ਵਿਲ ਇਟ ਅਟੈਚ ਇਟਸੈਲਫ ਬੈਕ ਟੂ ਦ ਬ੍ਰਾਂਚ? ਨੋ, ਮੁਰਝਾਇਆ ਲੱਗਣਾ। ਤਾਂ ਮਹਾਰਾਜ ਵੀ ਆਪਾਂ ਜਿੱਦਾਂ ਮਰਜ਼ੀ ਜਿੰਨਾ ਲੁਕੋ ਲਈਏ, ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਨੇ ਕਿ ਹੁਣ ਜਪ ਲੈ। ਆਪਾਂ ਕੀਰਤਨ ਸਵੇਲਾ ਜਦੋਂ ਪੜ੍ਹਦੇ ਹਾਂ ਕੀ ਸਮਝਦੇ ਹਾਂ? ਔਦ ਘਟੈ ਦਿਨਸ ਰਹਿ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਕਿ ਗੁਰੂ ਨੂੰ ਮਿਲ ਕੇ, ਗੁਰੂ ਬਾਣੀ ਸਮਝ ਕੇ ਆਪਣਾ ਜੀਵਨ ਦਾ ਕਾਰਜ ਸਵਾਰ ਲੈ। ਬਾਈ ਮੀਟਿੰਗ ਯੋਰ ਪਰਫੈਕਟ ਗੁਰੂ, ਬਾਈ ਅੰਡਰਸਟੈਂਡਿੰਗ ਵਾਟ ਯੋਰ ਗੁਰੂ ਇਜ਼ ਸੇਇੰਗ, ਐਕਚੁਅਲੀ ਲਰਨ ਦ ਟਰੂ ਵੇ ਆਫ ਲਾਈਫ ਨਾਓ। ਵਾਈ? ਬਿਕਾਜ਼ ਯੋਰ ਲਾਈਫ ਇਜ਼ ਸਲਿਪਿੰਗ ਅਵੇ। ਔਦ ਘਟੈ ਦਿਨਸ ਰਹਿ ਨਾਰੇ, ਡੇ ਐਂਡ ਨਾਈਟ ਤੇਰੀ ਜ਼ਿੰਦਗੀ ਜਾਈ ਜਾ ਰਹੀ ਆ, ਜਾਈ ਜਾ ਰਹੀ ਆ। ਆਪਾਂ ਪਿਆਰਿਓ ਕੀ ਕਹਿੰਦੇ ਹਾਂ, ਮੌਤ ਨੂੰ ਯਾਦ ਨਹੀਂ ਰੱਖਣਾ ਚਾਹੀਦਾ? ਗੁਰੂ ਕਹਿ ਰਹੇ ਆ ਰੋਜ਼ ਯਾਦ ਰੱਖਿਆ ਕਰ। ਜਿਹੜਾ ਬੰਦਾ ਮੌਤ ਨੂੰ ਯਾਦ ਰੱਖੇਗਾ, ਉਹ ਪਰਮਾਤਮਾ ਨੂੰ ਵੀ ਯਾਦ ਰੱਖੇਗਾ। ਦਾ ਪਰਸਨ ਦਾ ਰਿਮੈਂਬਰਸ ਕਿ ਮੈਂ ਇੱਕ ਦਿਨ ਜਾਣਾ, ਮੈਂ ਇੱਕ ਦਿਨ ਜਾਣਾ। ਇੱਦਾਂ ਹੀ ਆਪਣੇ ਆਪ ਨੂੰ ਕਹਿ ਦਿਆ ਕਰੇ ਕਿ ਮੇਰਾ ਪਰਿਵਾਰ ਆ ਜੋ ਸੁਰਤੀ, ਆਪਣੇ ਬੱਚਿਆਂ ਵਿੱਚ ਤੁਸੀਂ ਵਿੱਚ ਫਸਾਇਓ ਨਾ, ਜ਼ਿਆਦਾ ਅਟੈਚ ਨਾ ਹੋ ਜਾਇਓ ਕਿ ਬੱਚੇ ਛੱਡੇ ਨਾ ਜਾਣ। ਕਿਉਂਕਿ ਮਨ ਨੂੰ ਸਮਝਾਉਣਾ ਚਾਹੀਦਾ ਕਿ ਬੱਚਿਆਂ ਦੀ ਸੇਵਾ ਕਰਨੀ ਮੇਰੀ ਡਿਊਟੀ ਆ, ਪਰ ਇੱਕ ਦਿਨ ਇਹਨਾਂ ਨੂੰ ਛੱਡਣਾ। ਆਖੋ ਸਤਨਾਮ ਸ੍ਰੀ
ਸ਼ਬਦ ਸੁਰਤ ਸ਼ਬਦ ਭਵ ਸਾਗਰ ਤਰੀਐ ਆਪਾਂ ਕਹਿੰਦੇ ਹਾਂ ਵਸ ਦੀ ਓਸ਼ਨ ਮਹਾਰਾਜ ਇਜ਼ ਸੇਇੰਗ ਦ ਓਸ਼ਨ ਇਜ਼ ਯੋਰ ਕਿਡਸ ਦ ਓਸ਼ਨ ਇਜ਼ ਮਾਇਆ ਮਨੀ ਦ ਓਸ਼ਨ ਇਜ਼ ਆਲ ਦੀਜ਼ ਬਿਗ ਪ੍ਰੋਪਰਟੀਜ਼ ਦ ਓਸ਼ਨ ਇਜ਼ ਗੋਲਡ ਹੀਰੇ ਜਵਾਹਰਾਤ ਕਹਿੰਦੇ ਮਹਾਰਾਜ ਕਹਿੰਦੇ ਨੇ ਕਿ ਤੂੰ ਤੈਰਨਾ ਸਿੱਖ ਲਾ ਇਹਨਾਂ ਵਿੱਚੋਂ ਕਿੱਦਾਂ ਤੈਰਨਾ ਹਾਊ ਯੂ ਕੈਨ ਸਵਿਮ ਥਰੂ ਦੀਜ਼ ਕਿਉਂਕਿ ਜੇ ਤੈਨੂੰ ਤੈਰਨਾ ਨਾ ਆਇਆ ਫਿਰ ਕੀ ਹੋਏਗਾ ਇਫ ਯੂ ਕਾਂਟ ਸਵਿਮ ਦੈਨ ਵਟ ਵਿਲ ਹੈਪਨ ਯੂ ਵਿਲ ਡਰਾਊਨ ਜੇ ਤੈਨੂੰ ਤੈਰਨਾ ਨਾ ਆਇਆ ਫਿਰ ਡੁੱਬਣਾ ਹੀ ਆ ਆਪਾਂ ਐਨ ਪਿਆਰਿਓ ਮਾਫ ਕਰਿਓ ਮਹਾਰਾਜ ਬਾਣੀ 'ਚ ਕਹਿ ਰਹੇ ਨੇ ਪੰਕਜ ਮੋਹ ਪੱਗ ਨਹੀਂ ਚੱਲ ਹੈ ਹਮ ਦੇਖਾਂ ਤਹਿ ਡੁੱਬਿਆ ਲੇ ਮੈਂ ਬੜੇ ਵੇਖੇ ਨੇ ਮਹਾਰਾਜ ਕਹਿੰਦੇ ਨੇ ਜਿਹੜੇ ਡੁੱਬੇ ਹੋਏ ਨੇ ਮਾਇਆ ਉਹ ਚੀਜ਼ ਆ ਮਾਇਆ ਇਕੱਲਾ ਪੈਸਾ ਨਹੀਂ ਮਾਇਆ ਉਹ ਚੀਜ਼ ਆ ਜਿਹੜੀ ਰੱਬ ਨੂੰ ਭੁਲਾ ਦੇਵੇ ਬੜੇ ਮਾਇਆ ਪੈਸਿਆਂ ਵਾਲੇ ਨੇ ਜਿਹੜੇ ਸੇਵਾ ਕਰਦੇ ਆ ਦਸਵੰਧ ਕੱਢਦੇ ਆ ਕਿਸੇ ਗਰੀਬ ਲੜਕੀ ਦਾ ਜਾ ਕੇ ਕਿਤੇ ਵਿਆਹ ਕਰਦੇ ਆ ਕਿਤੇ ਆਈ ਕੈਂਪ ਲਾਉਂਦੇ ਆ ਕਿਤੇ ਫ੍ਰੀ ਦਵਾਈਆਂ ਦਿੰਦੇ ਆ ਬੜੇ ਨੇ ਇੱਦਾਂ ਦੇ ਜਿਹੜੀ ਸੇਵਾ ਵੀ ਕਰਦੇ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਇੱਥੇ ਕਰ ਰਿਹਾ ਪਰ ਜਿਹੜੀ ਮੈਂ ਗੱਲ ਇਹ ਕਹਿ ਰਿਹਾ ਕਿ ਆਪਾਂ ਇਹਨਾਂ ਚੀਜ਼ਾਂ ਵਿੱਚ ਫਸੀਏ ਨਾ ਆਪਣੀ ਸੁਰਤ ਨੂੰ ਜਿਵੇਂ ਮਹਾਰਾਜ ਕਹਿੰਦੇ ਨੇ ਕਿ ਨਿਰਲੇਪ ਰਹਿਣਾ ਸਟੇ ਅਬਵ ਦਿਸ ਲਾਈਕ ਦ ਲੋਟਸ ਫਲਾਵਰ ਕਮਲ ਦਾ ਫੁੱਲ ਨਿਰਲੇਪ ਆ ਰਹਿੰਦਾ ਨਦੀ 'ਚ ਆ ਦਰਿਆ 'ਚ ਆ ਪਰ ਪਾਣੀ ਦੇ ਉੱਤੇ ਰਹਿੰਦਾ ਲਾਈਕ ਦ ਲੋਟਸ ਫਲਾਵਰ ਦੈਟ ਸਟੇਜ ਇਨ ਅ ਰਿਵਰ ਬਟ ਡਸਨਟ ਲੈਟ ਦ ਡਰਟ ਗੈਟ ਔਨ ਟੂ ਦ ਲੀਵਸ ਸਟੇਜ ਕਲੀਨ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਕਹਿੰਦੇ ਲਾਈਕ ਦੈਟ ਲੋਟਸ ਫਲਾਵਰ ਉਹ ਕਮਲ ਦੇ ਫੁੱਲ ਵਾਂਗੂ ਕਹਿੰਦੇ ਗੁਰਸਿੱਖ ਵੀ ਜਿਹੜੇ ਅੰਦਰੋਂ ਗੁਰੂ ਤੋਂ ਗਿਆਨ ਲੈ ਕੇ ਅੰਦਰੋਂ ਜਿਹਨਾਂ ਨੂੰ ਸਮਝ ਆ ਜੇ ਬ੍ਰਹਮ ਦਾ ਗਿਆਨ ਜਿਹਨਾਂ ਨੂੰ ਆ ਜੇ ਕਹਿੰਦੇ ਉਹ ਦੁਨੀਆ ਸੰਸਾਰ ਤੋਂ ਵੀ ਨਿਰਲੇਪ ਰਹਿੰਦੇ ਨੇ ਪਰ ਪਿਆਰਿਓ ਆਪਾਂ ਨਿਰਲੇਪ ਨਹੀਂ ਆਪਾਂ ਵਿੱਚ ਫਸੇ ਹੋਏ ਹਾਂ ਸੁਰਤ ਸ਼ਬਦ ਭਵ ਸਾਗਰ ਤਰੀ ਹੈ ਜਦੋਂ ਸੁਰਤ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਸਮਝ ਲਓ ਬੰਦਾ ਭਵ ਸਾਗਰ ਤੋਂ ਬਚ ਗਿਆ ਇਹਨੂੰ ਕਹਿੰਦੇ ਹਾਂ ਆਪਾਂ ਕਿ ਭਵ ਸਾਗਰ ਤੋਂ ਬਚਣਾ ਹੁਣ ਇੱਕ ਮਿੰਟ ਮੈਂ ਇੱਥੇ ਨਾਲ ਬੇਨਤੀ ਕਰਦੇ ਹਾਂ ਆਪਾਂ ਕੀ ਕਹਿੰਦੇ ਹਾਂ ਜਦੋਂ ਹੈ ਨਾ ਕੁਛ ਮਾੜਾ ਸੁਣੀਏ ਆਪਾਂ ਕੀ ਕਹਿੰਦੇ ਹਾਂ ਉਹ ਕੱਲ ਯੁੱਗ ਦਾ ਬਹੁਤ ਬਹੁਤ ਭਿਆਨਕ ਸਮਾਂ ਆ ਕੱਲ ਯੁੱਗ ਦਾ ਭਿਆਨਕ ਸਮਾਂ ਆ ਇਹੀ ਕਹਿੰਦੇ ਹਾਂ ਆਪਾਂ ਮਾੜੇ ਦਿਨ ਨੇ ਕੱਲ ਯੁੱਗ ਦਾ ਬਹੁਤ ਭੈੜਾ ਸਮਾਂ ਚੱਲ ਰਿਹਾ ਮਹਾਰਾਜ ਦੱਸਾਂ ਕੀ ਕਹਿੰਦੇ ਨੇ ਮਹਾਰਾਜ ਕਹਿ ਰਹੇ ਬਾਹਰ ਤਾਂ ਰੱਬ ਵੇਖਣਾ ਸੀਗਾ ਸਾਰਿਆਂ ਦੇ ਵਿੱਚੋਂ ਘੱਟਾਂ ਘੱਟਾਂ ਵਿੱਚੋਂ ਤਾਂ ਵਾਹਿਗੁਰੂ ਪਰਮਾਤਮਾ ਨੂੰ ਵੇਖਣਾ ਸੀਗਾ ਟ੍ਰਾਈ ਐਂਡ ਅੰਡਰਸਟੈਂਡ ਦਿਸ ਵਟ ਡਿਡ ਵੀ ਸੇ ਯੈਸਟਰਡੇ ਗੋਡਸ ਨਾਟ ਮੇਡ ਐਨੀਥਿੰਗ ਬੈਡ ਵਿਦ ਆਰ ਓਨ ਐਕਸ਼ਨਸ ਵੀ ਡੂ ਗੁੱਡ ਐਂਡ ਬੈਡ ਸਾਡੇ ਕੰਮਾਂ ਕਰਕੇ ਆਪਾਂ ਮਾੜਾ ਚੰਗਾ ਕਰਦੇ ਹਾਂ ਰੱਬ ਨੇ ਪਰਮਾਤਮਾ ਨੇ ਕੁਛ ਮਾੜਾ ਨਹੀਂ ਬਣਾਇਆ ਹੁਣ ਸਮਝਿਓ ਆਪਾਂ ਕਹਿੰਦੇ ਹਾਂ ਬਾਹਰ ਕੱਲ ਯੁੱਗ ਆ ਮਹਾਰਾਜ ਕਹਿੰਦੇ ਬਾਹਰ ਨਹੀਂ ਕੱਲ ਯੁੱਗ ਕਹਿੰਦੇ ਤੇਰੇ ਅੰਦਰ ਕੱਲ ਯੁੱਗ ਵਾਲੀ ਸੋਚ ਆ ਤੇਰੇ ਅੰਦਰ ਕੱਲ ਯੁੱਗੀ ਸੋਚ ਆ ਦਿਸ ਬੈਡ ਥੋਟਸ ਦੈਟ ਆਰ ਇਨ ਯੋਰ ਮਾਈਂਡ ਹੁਣ ਸਮਝਿਓ ਆਪਾਂ ਕੀ ਪੜ੍ਹਦੇ ਹਾਂ ਕੱਲ ਯੁੱਗ ਮੈਂ ਕੀਰਤਨ ਪ੍ਰਧਾਨਾ ਇੱਕ ਕਥਾਵਾਚਕ ਹੋਇਆ ਤੁਸੀਂ ਸੁਣਿਆ ਹੋਣਾ ਜਿਹੜਾ ਕਹਿੰਦਾ ਸੀਗਾ 2012 ਵਿੱਚ ਦੁਨੀਆ ਮੁੱਕ ਜਾਣੀ ਆ ਸੁਣਿਆ ਸੀਗਾ ਤੁਸੀਂ ਇੰਡੀਆ ਦੇ ਰਹਿਣ ਵਾਲਾ ਇੱਕ ਪ੍ਰਚਾਰਕ ਸੀਗਾ ਕਹਿੰਦਾ 2012 'ਚ ਦੁਨੀਆ ਮੁੱਕ ਜਾਣੀ ਆ ਕੁਛ ਨਹੀਂ ਰਹਿਣਾ ਬਸ ਪਰਲੋਹ ਆ ਜਾਣੀ ਆ ਦੁਨੀਆ ਮੁੱਕ ਜਾਣੀ ਆ ਪਰ ਜਦੋਂ ਫਿਰ ਟੱਪੇ ਵੀ ਜੰਪ 2012 ਸਾਰੇ ਆਪਾਂ ਦੇਖੋ ਬੈਠੇ ਹੀ ਹਾਂ ਦੁਨੀਆ ਕਿੱਥੇ ਮੁੱਕੀ ਕਹਿਣ ਲੱਗੇ ਨਹੀਂ 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 ਦੁਨੀਆ ਨਹੀਂ ਮੁੱਕਣੀ ਸਤਯੁਗ ਦਾ ਪਹਿਰਾ ਸ਼ੁਰੂ ਹੋ ਜਾਣਾ ਸਤਯੁਗ ਫਿਰ ਚੱਲ ਪੈਣਾ ਅੱਛਾ ਮਹਾਰਾਜ ਬਾਣੀ 'ਚ ਕਹਿੰਦੇ ਨੇ ਕੱਲ ਯੁੱਗ ਮੈਂ ਕੀਰਤਨ ਪ੍ਰਧਾਨਾ ਜੇ ਹੁਣ ਕੱਲ ਯੁੱਗ ਚੱਲ ਪਿਆ ਹੁਣ ਗੁਰਬਾਣੀ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਇਸ ਟਰੂਥ ਇਸ ਨੇ ਐਂਡ ਮਹਾਰਾਜ ਇਨ ਗੁਰਬਾਣੀ ਇਜ਼ ਸੇਇੰਗ ਦ ਹਾਈਐਸਟ ਥਿੰਗ ਟੂ ਡੂ ਇਨ ਕੱਲ ਯੁੱਗ ਇਜ਼ ਸਿੰਗ ਕੀਰਤਨ ਸਿੰਗ ਪ੍ਰੇਜ਼ਿਸ ਆਫ ਵਾਹਿਗੁਰੂ ਕੱਲ ਯੁੱਗ ਹੁਣ ਕੱਲ ਯੁੱਗ ਇੱਕ ਮਿੰਟ ਸੋਚਿਓ ਕੱਲ ਯੁੱਗ ਬਾਹਰ ਨਹੀਂ ਸਾਡੇ ਅੰਦਰ ਹੀ ਆ ਸਤਯੁਗ ਬਾਹਰ ਨਹੀਂ ਸਾਡੇ ਅੰਦਰ ਹੀ ਆ ਜਿਹੜਾ ਸੱਚ ਨਾਲ ਜੁੜ ਗਿਆ ਉਹ ਸਤਯੁਗ ਵਿੱਚ ਰਹਿ ਰਿਹਾ ਆਪਾਂ ਕਹਿੰਦੇ ਹਾਂ ਬਾਹਰ ਕੱਲ ਯੁੱਗ ਆ ਉਹ ਕਹਿੰਦਾ ਨਾ 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 ਗੁਰਸਿੱਖ ਜਿਹੜੇ ਅੰਦਰੋਂ ਜੁੜੇ ਹੋਣ ਬਾਹਰ ਤੁਸੀਂ ਉਹਨਾਂ ਨੂੰ ਲੈ ਜਾਓ ਉਹ ਤਾਂ ਵੀ ਨਹੀਂ ਡੋਲਣਗੇ ਕਿਉਂਕਿ ਅੰਦਰੋਂ ਸੱਚ ਨਾਲ ਜੁੜੇ ਹੋਏ ਨੇ ਬਾਹਰ ਦੇ ਤਮਾਸ਼ੇ ਉਹਨਾਂ 'ਤੇ ਅਸਰ ਨਹੀਂ ਕਰਦੇ ਆਪਣੇ 'ਤੇ ਕਿਉਂ ਅਸਰ ਕਰਦੇ ਨੇ ਕਿਉਂਕਿ ਆਪਾਂ ਅੰਦਰੋਂ ਹੀ ਕੱਲ ਯੁੱਗੀ ਬਣੇ ਹੋਏ ਹਾਂ ਸਾਡੇ ਬਾਹਰ ਦੇ ਰੰਗ ਤਮਾਸ਼ੇ ਸਾਡੇ 'ਤੇ ਅਸਰ ਕਰ ਰਹੇ ਆ ਬਿਕਾਜ਼ ਦ ਸਟੇਟ ਆਫ ਆਰ ਮਾਈਂਡ ਇਜ਼ ਕੱਲ ਯੁੱਗੀ ਐਂਡ ਮਹਾਰਾਜ ਇਨ ਗੁਰਬਾਣੀ
says everything true, doesn't it? Everything in Gurbani is true. ਹੁਣ ਮੈਨੂੰ ਇਹ ਦੱਸੋ, ਜੇ ਹੁਣ ਕਲ ਯੁਗ ਦਾ ਪਹਿਰਾ ਲੰਘ ਗਿਆ, ਸਤਯੁਗ ਸ਼ੁਰੂ ਹੋ ਗਿਆ, ਫਿਰ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਸੀਗਾ, ਫਿਰ ਹੁਣ ਸਤਯੁਗ ਵਿੱਚ ਕੀ ਹੋਇਆ? ਸਮਝਿਓ ਪਿਆਰਿਓ, ਫਿਰ ਸਤਯੁਗ ਵਿੱਚ ਕੀ ਕਰਾਂਗੇ ਆਪਾਂ? ਇੱਥੇ ਇਹ ਗੱਲ ਸਪਸ਼ਟ ਹੁੰਦੀ ਆ ਕਿ ਕਲ ਯੁਗ, ਇਹ ਜਿਹੜੇ ਯੁਗ ਨੇ, ਦੀਜ਼ ਆਰ ਦ ਸਟੇਟ ਆਫ ਆਰ ਮਾਈਂਡ, ਮਨ ਨੂੰ ਸੁਬੋਧਣ ਆ ਗੁਰਬਾਣੀ, ਸਮਝਿਓ। ਮਨ ਦੇ ਖਿਆਲ ਗੰਦੇ ਹੋਣਗੇ ਤਾਂ ਹੀ ਬੰਦਾ ਮਾੜਾ ਕਰੇਗਾ, ਤਾਂ ਹੀ ਬਾਹਰ ਕਲ ਯੁਗ ਚੱਲ ਰਿਹਾ, ਕਿਉਂਕਿ ਲੋਕਾਂ ਦੇ ਖਿਆਲ ਕਲ ਯੁਗੀ ਨੇ। ਦ ਥੋਟਸ ਆਰ ਬੈਡ, ਹੈਂਸ ਵਾਈ ਦ ਐਕਸ਼ਨਸ ਆਰ ਰੋਂਗ। ਐਂਡ ਮੈਂ ਬਹੁਤ ਵਾਰ ਕਹਿੰਦਾ ਹੁੰਦਾ, ਆਪਾਂ ਕਹਿੰਦੇ ਹਾਂ ਮਾਂ ਧੀ ਦਾ, ਪਿਓ ਧੀ ਦਾ ਨਾਤਾ, ਅੱਜ ਕੱਲ੍ਹ ਤੁਸੀਂ ਨਿਊਜ਼ਾਂ 'ਚ ਸੁਣਦੇ ਆ ਕਿ ਪਿਓ ਧੀ ਦੇ ਨਾਤੇ 'ਤੇ ਵੀ ਦਾਗ ਲੱਗਾ ਹੋਇਆ। ਇਹ ਬਾਹਰ ਕਲ ਯੁਗ ਨਹੀਂ, ਉਹਨਾਂ ਦੀ ਸੋਚਣੀ ਗੰਦੀ ਆ, ਕਲ ਯੁਗੀ ਸੋਚਣੀ ਆ। ਤਾਂ ਮਹਾਰਾਜ ਕਹਿੰਦੇ ਨੇ, ਤੇਰੀ ਕਲ ਯੁਗੀ ਸੋਚਣੀ ਵਿੱਚ ਤੇਰਾ ਭਲਾ ਹੋ ਜਾਏਗਾ ਜਦੋਂ ਤੂੰ ਕੀਰਤਨ ਨਾਲ ਜੁੜ ਜਾਏਗਾ, ਕਿਉਂਕਿ ਸ਼੍ਰੋਮਣੀ ਪ੍ਰਧਾਨਗੀ ਕੀਰਤਨ ਨੂੰ ਮਿਲੀ ਹੋਈ ਆ। ਵੈਨ ਯੂ ਹੈਵਿੰਗ ਬੈਡ ਥੋਟਸ, ਸਿੰਗ ਗੁਰਬਾਣੀ, ਅੰਡਰਸਟੈਂਡ ਗੁਰਬਾਣੀ, ਐਂਡ ਤੇਰੇ ਅੰਦਰਲੇ ਮਾੜੇ ਖਿਆਲ ਚੰਗੇ ਬਣ ਜੂਗੇ। ਕਲ ਯੁਗ ਮੈਂ ਕੀਰਤਨ ਪ੍ਰਧਾਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਝ ਆ ਰਹੀ ਆ ਪਿਆਰਿਓ? ਕਿਉਂਕਿ ਜੇ ਆਪਾਂ ਸਮਝਦੇ ਨਹੀਂ ਹੈਗੇ, ਮੈਨੂੰ ਦੱਸੋ, ਫਿਰ ਮੈਂ ਫਿਰ ਬੇਨਤੀ ਕਰਾਂ, ਬਿਕੋਜ਼ ਵੀ ਹੇਟ ਟੂ ਅੰਡਰਸਟੈਂਡ। ਸਮਝ ਰਹੇ ਆ ਸਿੰਘੋ ਕਿ ਕਲ ਯੁਗ ਬਾਹਰ ਨਹੀਂ ਹੁੰਦਾ, ਅੰਦਰ। ਹੁਣ ਮੈਨੂੰ ਇੱਕ ਮਿੰਟ ਇਹ ਦੱਸੋ, ਹੁਣ ਆਪਾਂ ਇੱਥੇ ਬੈਠੇ ਹਾਂ, ਨਰੋਬੀ ਬੈਠੇ ਹੋਏ ਹਾਂ। ਹੁਣ ਜੇ ਆਪਾਂ ਜਾਣਾ ਹੋਵੇ ਮਕਿੰਡੋ, ਆਪਾਂ ਟ੍ਰੇਨ 'ਚ, ਚਲੋ ਲਾ ਲਓ ਟ੍ਰੇਨ 'ਚ ਚੱਲ ਜਾਣਾ ਆਪਾਂ, ਠੀਕ ਆ ਜੀ। ਇੱਦਾਂ ਹੋ ਸਕਦਾ ਕਿ ਇੰਜਨ ਮੁੰਬਾਸਾ ਪਹੁੰਚ ਜੇ ਤਾਂ ਆਪਣੇ ਜਿਹੜੇ ਪਿੱਛੇ ਪੈਸੰਜਰ ਨੇ, ਗੱਡੀਆਂ ਨੇ, ਦ ਪੈਸੰਜਰ, ਦ ਬੈਕ ਕੈਰੇਜਿਸ, ਉਹ ਜਾ ਕੇ ਮਕਿੰਡੋ ਪਹੁੰਚ ਜਾਣ? ਇੱਦਾਂ ਹੋ ਸਕਦਾ? ਬੋਲੋ, ਜਿੱਥੇ ਇੰਜਨ ਜਾਏਗੀ ਉੱਥੇ ਹੀ ਡੱਬੇ ਨਾਲ ਜਾਣਗੇ। ਜੇ ਇੰਜਨ ਮੁੰਬਾਸਾ ਚੱਲ ਗਈ ਤਾਂ ਫਿਰ ਡੱਬੇ ਵੀ ਨਾਲ ਹੀ ਮੁੰਬਾਸਾ ਜਾਣਗੇ। ਵੈਵਰ ਦ ਇੰਜਨ ਗੋਜ਼, ਦ ਪੈਸੰਜਰਸ ਇਨ ਦ ਬੈਕ, ਦ ਕੈਰੇਜਿਸ, ਦ ਬੋਕਸਿਸ ਇਨ ਦ ਬੈਕ ਵਿਲ ਗੋ ਦੈਟ ਵੇ ਐਜ਼ ਵੈਲ। ਐਂਡ ਸਹੀ ਗੱਲ ਆ ਪਿਆਰਿਓ, ਜਿਹੜਾ ਸਾਡਾ ਮਨ ਆ, ਇਹ ਮਨ ਇੰਜਨ ਆ। ਇਹ ਹੱਥ ਮਾੜਾ ਕਿਉਂ ਕਰਦੇ ਆ? ਕਿਉਂਕਿ ਮਨ ਚਾਹੁੰਦਾ। ਇੱਦਾਂ ਦੀਆਂ ਗਲਤ ਚੀਜ਼ਾਂ ਬਾਹਰ ਕਿਉਂ ਹੋ ਰਹੀਆਂ? ਕਿਉਂਕਿ ਮਨ ਦੇ ਇੱਛਾਵਾਂ ਨੇ ਜੋ ਬਾਹਰ ਹੋ ਰਹੀਆਂ। ਬੰਦੇ ਲਈ ਖਿਆਲ ਇੱਦਾਂ ਦੇ ਆ ਜਿਹੜੇ ਬਾਹਰ, ਐਕਸ਼ਨਾਂ ਇੱਦਾਂ ਦੀਆਂ ਹੋ ਰਹੀਆਂ। ਹੁਣ ਮੈਨੂੰ ਇੱਕ ਮਿੰਟ ਦੱਸੋ, ਹੱਥ ਨੇ ਕਦੇ ਕਿਹਾ ਤੁਹਾਨੂੰ ਕਿ ਮੈਂ ਚੋਰੀ ਕਰਾਂ? ਹੈਜ਼ ਅ ਹੈਂਡ ਐਵਰ ਸੈਡ ਕਿ ਆਨੈਸਟੀ ਹੋ? ਹੱਥ ਨੇ ਕਦੇ ਕਿਹਾ? ਬੋਲੋ ਸਿੰਘੋ, ਕਿ ਬੋਲਿਆ ਹੱਥ ਤੁਹਾਡਾ ਕਿ ਚੋਰੀ ਕਰੀਏ? ਅੰਦਰਲਾ ਖਿਆਲ ਹੁੰਦਾ ਮਨ ਦਾ, ਅੰਦਰਲਾ ਖਿਆਲ ਆ। ਡਜ਼ ਯੋਰ ਫੀ ਸੇ ਟੂ ਯੂ ਲੈਟਸ ਗੋ ਕਲੱਬਸ? ਤੇਰੇ ਪੈਰ ਕਦੇ ਕਹਿੰਦੇ ਆ ਪੱਬਾਂ 'ਚ ਜਾਈਏ, ਕਲੱਬਾਂ 'ਚ ਜਾਈਏ? ਪੈਰ ਕਹਿੰਦੇ ਨੇ ਨਹੀਂ, ਮਨ ਚਾਹੁੰਦਾ ਤਾਂ ਹੀ ਉੱਧਰ ਜਾਂਦੇ ਆ, ਪੈਰ ਨਹੀਂ ਕਹਿੰਦੇ। ਇਹ ਮਨ ਦੇ ਖਿਆਲ ਨੇ ਤਾਂ ਉੱਧਰ ਨੂੰ ਸਰੀਰ ਤੁਰਦਾ, ਤਾਂ ਹੀ ਉੱਧਰ ਨੂੰ ਸਰੀਰ ਤੁਰਦਾ। ਮਹਾਰਾਜ ਕਹਿੰਦੇ ਮਨ ਨੂੰ ਸਹੀ ਪਾਸੇ ਲਾ ਲਾ, ਜਿਹੜੇ ਮਨ ਕਲ ਯੁਗੀ ਖਿਆਲ ਨੇ, ਕੀਰਤਨ ਕਰ, ਬਾਣੀ ਸਮਝ। ਕਹਿੰਦੇ ਜਿਹੜੇ ਤੇਰੇ ਅੰਦਰਲੇ ਖਿਆਲ ਆ, ਇਹਨਾਂ ਦਾ ਭਲਾ ਹੋ ਜਾਣਾ, ਚੰਗੇ ਖਿਆਲ ਪੈਦਾ ਹੋਣਗੇ। ਜਦੋਂ ਚੰਗੇ ਖਿਆਲ ਪੈਦਾ ਹੋ ਗਏ, ਯੋ ਐਕਸ਼ਨਸ ਵਿਲ ਬੀ ਗੁੱਡ ਐਜ਼ ਵੈਲ। ਐਂਡ ਗੋਰੇ ਦੱਸਾਂ ਕੀ ਕਹਿੰਦੇ ਹੁੰਦੇ ਨੇ, ਐਕਸ਼ਨਸ ਸਪੀਕ ਲਾਊਡਰ ਦੈਨ ਵਰਡਸ, ਐਕਸ਼ਨਸ ਸਪੀਕ ਲਾਊਡਰ ਦੈਨ ਵਰਡਸ। ਐਂਡ ਯੂ ਮਸਟ ਹੈਵ ਦਿਸ ਫਰੇਜ਼ ਅ ਲੋਟ। ਗੋਰੇ ਕਹਿੰਦੇ ਆ ਕਿ ਤੈਨੂੰ ਕਹਿਣਾ ਨਾ ਪਵੇ। ਹੁਣ ਇੱਕ ਮਿੰਟ ਨਾਲ ਇਤਿਹਾਸ ਵੱਲ ਵੀ ਜਾਣਾ ਆਪਾਂ, ਕਿਉਂਕਿ ਥੋੜ੍ਹੇ ਕਹਿੰਦੇ ਨੇ ਕਿ ਇਤਿਹਾਸ ਦੀ ਵੀ ਗੱਲ ਸੁਣਾਓ। ਅੱਛਾ, ਬਾਬਾ ਅਜੀਤ ਸਿੰਘ ਜੀ ਕੌਣ ਸੀਗੇ? ਹੀ ਵਾਜ਼ ਬਾਬਾ ਅਜੀਤ ਸਿੰਘ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਜ਼ ਐਲਡੈਸਟ ਸਨ। ਮਾਫ਼ ਕਰਿਓ ਪਿਆਰਿਓ, 60 ਸਾਲਾਂ ਦੀਆਂ ਉਮਰਾਂ ਹੋ ਗਈਆਂ, 5 ਪਿਆਰਿਆਂ ਦੇ ਨਾਂ ਵੀ ਨਹੀਂ ਯਾਦ, 4 ਸਾਹਿਬਜ਼ਾਦਿਆਂ ਦੇ ਨਾਂ ਵੀ ਨਹੀਂ ਯਾਦ, 10 ਗੁਰੂਆਂ 11 ਗੁਰੂਆਂ ਦੇ ਨਾਂ ਵੀ ਨਹੀਂ ਯਾਦ। ਮੈਂ ਕੈਨੇਡਾ ਸੀਗਾ, ਉੱਥੇ ਮੈਨੂੰ ਇੱਕ ਬਜ਼ੁਰਗ ਮਿਲਿਆ, ਕਹਿਣ ਲੱਗਾ, ਪੁੱਤਰਾ ਇੱਦਾਂ ਤੁਸੀਂ ਫੁਸ਼ੂ ਫੁਸ਼ੂ ਨਾ ਕਰਿਆ ਕਰੋ ਸਟੇਜਾਂ 'ਤੇ ਬੈਠ ਕੇ। ਮੈਂ ਕਿਹਾ ਫੁਸ਼ੂ ਫੁਸ਼ੂ? ਕਹਿੰਦੇ ਇੰਗਲਿਸ਼ ਨਾ ਬੋਲਿਆ ਕਰੋ। ਕਹਿੰਦੇ ਘਰ ਵੀ ਸਾਡੇ ਬੱਚੇ ਫੁਸ਼ੂ ਫੁਸ਼ੂ ਕਰਦੇ ਆ, ਤੁਸੀਂ ਸਟੇਜਾਂ 'ਤੇ ਵੀ ਬੈਠ ਕੇ ਇੱਦਾਂ ਹੀ ਕਰਨਾ ਸ਼ੁਰੂ ਕਰ ਲਿਆ। ਮੈਂ ਕਿਹਾ ਬਾਪੂ ਜੀ, ਜੇ ਬੱਚੇ ਸਮਝਦੇ ਆ, ਗੁਰੂ ਨਾਨਕ ਪਾਤਸ਼ਾਹ ਜਿੱਥੇ ਗਏ, ਗੁਰਬਾਣੀ ਵਿੱਚ ਫਾਰਸੀ ਵੀ ਲਿਖੀ ਹੋਈ ਆ, ਸੰਸਕ੍ਰਿਤੀ ਵੀ ਆ। ਵੈਵਰ ਮਹਾਰਾਜ ਵੈਨ ਦੇ ਐਕਸਪਲੇਨਡ ਇਨ ਦੈ ਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੀ ਸੋ ਮੈਨੀ ਲੈਂਗੁਏਜਿਸ, ਦੇ ਥੋਟ ਦੇ ਸਿੰਗ ਸੋ ਮੈਨੀ ਲੈਂਗੁਏਜਿਸ। ਐਂਡ ਮੈਂ ਬਾਪੂ ਜੀ ਨੂੰ ਕਿਹਾ, ਚਲੋ ਠੀਕ ਆ ਬਾਪੂ ਜੀ, ਫਿਰ ਬੱਚਿਆਂ ਨੂੰ ਕਿੱਦਾਂ ਸਮਝਾਈਏ?
ਕਹਿੰਦਾ ਮੈਂ ਤਾਂ ਬਹੁਤ ਸਮਝਾਉਂਦਾ ਹੁੰਦਾ ਮੇਰੇ ਬੱਚਿਆਂ ਨੂੰ, ਮੈਂ ਕਿਹਾ ਚਲੋ ਠੀਕ ਆ, ਕਹਿੰਦਾ ਮੈਂ ਤਾਂ ਆਪਣੇ ਬੱਚਿਆਂ ਨੂੰ ਗੁਰੂ ਮਹਾਰਾਜ ਦੇ ਨਾਂ ਵੀ ਸਮਝਾਉਂਦਾ। ਮੈਂ ਕਿਹਾ ਬਹੁਤ ਵਧੀਆ ਗੱਲ ਆ ਕਿ ਸਿੱਖੀ ਸਟਾਰਟਸ ਫਰੋਮ ਹੋਮ, ਪੇਰੈਂਟਸ ਸ਼ੁੱਡ ਗਾਈਡ ਦੇਅਰ ਕਿਡਸ ਔਨ ਦ ਰਾਈਟ ਪਾਥ। ਮੈਂ ਆਖਦਾ ਹੁੰਦਾ ਮਾਂ ਆਪਣੇ ਬੱਚੇ ਦੇ ਕੇਸ ਵਾਹਵੇ, ਸਵੇਰ ਨੂੰ ਉੱਠ ਕੇ ਕੇਸ ਵਾਹਵੇ ਤਾਂ ਕਿਹਾ ਕਰੇ ਪੁੱਤਰਾ ਭਾਈ ਤਾਰੂ ਸਿੰਘ ਨੂੰ ਯਾਦ ਰੱਖਿਆ ਕਰ। ਵੈਨ ਦ ਮਦਰ ਕੰਬਸ ਦ ਹੈਅਰ ਆਫ ਦ ਸਨ ਐਂਡ ਅ ਡੋਟਰ, ਦ ਮਦਰ ਸ਼ੁੱਡ ਸੇਅ ਟੂ ਦ ਡੋਟਰ ਐਂਡ ਦ ਸਨ, ਓ ਡੋਟਰ ਐਂਡ ਸਨ ਰਿਮੈਂਬਰ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਨੇ ਖੋਪੜੀ ਲਹਾ ਲਈ ਸੀ ਪਰ ਕੇਸ ਨਹੀਂ ਕੱਟਣ ਦਿੱਤੇ। ਰਿਮੈਂਬਰ ਭਾਈ ਤਾਰੂ ਸਿੰਘ। ਐਂਡ ਪਿਆਰਿਓ, ਜੇ ਭੁੱਲ ਕੇ ਬੱਚਾ ਕੇਸ ਕੱਟ ਵੀ ਲਵੇ, ਇੱਕ ਦਿਨ ਆਏਗਾ ਉਹ ਵਾਪਸ ਮੁੜ ਕੇ ਆ ਜਾਏਗਾ। ਸਿੰਘਾਂ ਦੇ ਅੱਗੇ ਮੌਤ ਸੀ। ਮੈਂ ਹੈਰਾਨ ਹੁੰਦਾ ਕਿ ਸਿੱਖੀ ਕੀ ਆ, ਸਿੱਖੀ ਕੀ ਆ ਕਿ ਦਸਤਾਰ ਬੰਨ ਲਈ ਸਿੱਖ ਬਣ ਗਏ, ਇਹ ਸਿੱਖੀ ਆ ਸਾਡੀ? ਸਾਹਮਣੇ ਮੌਤ ਹੁੰਦੀ ਸੀ, ਸਿੰਘ ਤਾਂ ਵੀ ਨਹੀਂ ਛੱਡੀ ਸਿੱਖੀ। ਸਿੱਖੀ, ਵਾਹ ਇਹ ਸਿੱਖੀ, ਵਾਹ ਇਹ ਸਿੱਖੀ, ਵੀ ਨੀਡ ਟੂ ਅੰਡਰਸਟੈਂਡ। ਇੰਨਾ ਪ੍ਰੇਮ ਸਿੱਖੀ ਨਾਲ ਪਿਆਰਿਓ ਕਿ ਸਾਹਮਣੇ ਮੌਤ ਵੀ ਖੜੀ ਆ ਤਾਂ ਵੀ ਨਹੀਂ ਡਰੇ। ਕਹਿੰਦੇ ਸੀਗੇ ਆਪਾਂ ਸਿੱਖੀ ਨਹੀਂ ਛੱਡ ਸਕਦੇ, ਜਿੱਦਾਂ ਮਰਜ਼ੀ ਕਰ ਲਓ। ਭਾਈ ਤਾਰੂ ਸਿੰਘ ਨੂੰ ਕਿਹਾ ਸੀਗਾ ਜ਼ਕਰੀਆ ਖਾਨ ਨੇ ਕਿ ਤੇਰੇ ਕੇਸ ਆਪਾਂ ਲਾਵਾਂਗੇ, ਵੀ ਕਹਿੰਦੇ ਖਈਓ ਹੈ। ਭਾਈ ਤਾਰੂ ਸਿੰਘ ਕਹਿਣ ਲੱਗੇ ਪਾਤਸ਼ਾਹ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਕਿਰਪਾ ਰੱਖਿਓ, ਕਿਰਪਾ ਰੱਖਿਓ, ਧਿਆਨ ਨਾਲ ਸਮਝਿਓ ਇੱਕ ਮਿੰਟ। ਭਾਈ ਤਾਰੂ ਸਿੰਘ ਜੀ ਨੇ ਹਨਾ ਜੀ ਭਾਈ ਮਨੀ ਸਿੰਘ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ। ਭਾਈ ਮਨੀ ਸਿੰਘ ਜੀ ਕੌਣ ਸੀਗੇ? ਭਾਈ ਮਨੀ ਸਿੰਘ ਵਾਸ ਦ ਵਨ ਦੈਟ ਵਾਸ ਚੌਪਡ ਅਪ ਇਨਟੂ ਪੀਸਿਸ, ਜਿਨ੍ਹਾਂ ਦਾ ਬੰਦ ਬੰਦ ਕੱਟਿਆ ਗਿਆ ਸੀਗਾ। ਅੱਛਾ ਸਮਝਿਓ, ਭਾਈ ਮਨੀ ਸਿੰਘ ਜੀ ਜਦੋਂ ਸ਼ਹੀਦ ਹੋਏ ਹਨਾ ਜੀ, ਤਾਂ ਭਾਈ ਤਾਰੂ ਸਿੰਘ ਨੂੰ ਪਤਾ ਲੱਗਾ। ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ, ਹੇ ਕਲਗੀਆਂ ਵਾਲਿਆ, ਜਿਵੇਂ ਵੱਡਾ ਗੱਫਾ ਉਹਨਾਂ ਨੂੰ ਸ਼ਹੀਦੀ ਦਾ ਦਿੱਤਾ, ਮੈਂ ਉਹਨਾਂ ਦੇ ਵੀ ਹੱਥੋਂ ਅੰਮ੍ਰਿਤ ਛਕਿਆ ਸੀ, ਮੈਨੂੰ ਵੀ ਇੱਦਾਂ ਦਾ ਗੱਫਾ ਦਿਓ। ਮਰਦੇ ਤਾਂ ਸਾਰੇ ਆ, ਦੁਨੀਆਂ 'ਚ ਕੁਛ ਕਰਕੇ ਮਰੀਏ, ਯਾਦ ਹੋਵੇ ਕਿਸੇ ਨੂੰ ਕਿ ਦੁਨੀਆਂ ਤੋਂ ਤੁਰ ਕੇ ਗਿਆ ਸੀ। ਬੱਚਿਆਂ ਨੇ ਨਹੀਂ ਯਾਦ ਕਰਨਾ, ਭੁੱਲ ਜਾਓ। ਬੱਚਿਆਂ ਨੇ ਕਹਿਣਾ ਮੋਮ ਡੈਡ ਇਟ ਇਜ਼ ਯੋਰ ਰਿਸਪੋਂਸਿਬਿਲਿਟੀ ਟੂ ਬ੍ਰਿੰਗ ਮੀ ਅਪ। ਕੋਈ ਕੋਈ ਬੱਚਾ ਹੋਊਗਾ ਜਿਹਦਾ ਨੇਕ ਪਿਤਾ ਸੀਗਾ, ਜਿਹੜਾ ਪਿਤਾ ਸ਼ਰਾਬਾਂ ਪੀ ਕੇ ਮਰ ਗਿਆ, ਕਿਹੜੇ ਬੱਚੇ ਯਾਦ ਕਰਦੇ ਨੇ? ਬੜੇ ਇੱਦਾਂ ਦੇ ਨੇ ਬੱਚੇ ਜਿਹੜੇ ਕਹਿੰਦੇ ਆ ਸਾਡੇ ਪਿਓ ਨੇ ਸਾਡੀ ਜਾਇਦਾਦ ਸਾਰੀ ਖਰਾਬ ਕਰਤੀ, ਸਾਡੀ ਬਿਜ਼ਨਸ ਸਾਰੀ ਖਰਾਬ ਕਰਤੀ, ਸ਼ਰਾਬ ਪਿੱਛੇ, ਡਰੱਗਾਂ ਪਿੱਛੇ। ਬੜੇ ਇੱਦਾਂ ਦੇ ਬੱਚੇ ਮੈਂ ਵੇਖੇ ਨੇ। ਉਹ ਬੰਦੇ ਦੀ ਯਾਦ ਰਹੇਗੀ ਜਿਹੜਾ ਬੰਦਾ ਚੰਗਾ ਕੰਮ ਦੱਸੇਗਾ ਬੱਚੇ ਨੂੰ ਕਰਨ ਵਾਸਤੇ। ਇਟਸ ਟਰੂ। ਐਂਡ ਮੈਂ ਹਨਾ ਵੇਖਦਾ ਹੁੰਦਾ, ਇੱਕ ਜਨਰੇਸ਼ਨ ਨਹੀਂ ਦੋ ਜਨਰੇਸ਼ਨਾਂ ਲੰਘਦੀਆਂ ਨਹੀਂ, ਮੈਂਟਲ ਪੀਸ 'ਤੇ ਪਹਿਲਾਂ ਫੋਟੋ ਲੱਗੀ ਹੁੰਦੀ ਆ। ਸਾਡੇ ਬਾਪੂ ਜੀ ਸੀਗੇ, ਗਾਂਹ ਬੱਚੇ ਹੁੰਦੇ ਨੇ, ਕਿਸੇ ਨੂੰ ਇੱਥੇ ਪੁੱਛ ਕੇ ਵੇਖੋ ਤੁਹਾਡਾ ਪੜਦਾਦਾ ਕੌਣ ਸੀ, ਕਿਸੇ ਨੂੰ ਨਹੀਂ ਪਤਾ। ਆਪਣੇ ਬੱਚਿਆਂ ਨੂੰ ਪੁੱਛ ਕੇ ਵੇਖੋ, ਹੀ ਵਾਜ਼ ਯੋਰ ਗ੍ਰੇਟ ਗ੍ਰੈਂਡਡਡ, ਨੋ ਵਨ ਨੋਜ਼। ਐਂਡ ਮਾਫ ਕਰਿਓ ਪਿਆਰਿਓ, ਜਿਹਦੀ ਮਾਂ, ਜਿਹੜੀ ਮਾਂ ਜ਼ਿੰਦਗੀ ਸਾਰੀ ਜ਼ਿੰਦਗੀ ਲਾਤੀ ਸੀ ਬੱਚਿਆਂ ਨੂੰ ਪਾਲਣ ਵਾਸਤੇ, ਦਿਨ ਰਾਤ ਆਪਣੇ ਹੱਡ ਭੰਨ ਕੇ ਆਪਣੇ ਬੱਚਿਆਂ ਦਾ ਜ਼ਿੰਦਗੀ ਬਣਾਈ, ਜਿਹੜੇ ਪਿਓ ਨੇ ਆਪਣੇ ਹੱਡ ਭੰਨ ਕੇ ਆਪਣੇ ਬੱਚਿਆਂ ਦਾ ਕੁਛ ਬਣਾਇਆ, ਸਹੀ ਗੱਲ ਆ ਪਿਆਰਿਓ। ਜਦੋਂ ਦੁਨੀਆ ਤੋਂ ਤੁਰ ਜਾਣ, ਜੇ ਰਾਤ ਨੂੰ ਸੁਪਨੇ 'ਚ ਆਵੇ ਹਨਾ ਜੀ ਬਾਪੂ, ਜੇ ਮਾਂ ਸੁਪਨੇ 'ਚ ਆ ਜਾਵੇ, ਲੋਕ ਪਖੰਡੀ ਬਾਬੇ ਭਾਲਦੇ ਫਿਰਦੇ ਨੇ, ਹੋਏ 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 ਮਰਿਆ ਕਿਸੇ ਦਾ ਮਿੱਤ ਨਹੀਂ ਹੁੰਦਾ ਸੁਪਨਿਆਂ 'ਚ ਆਉਂਦੇ ਨੇ, ਉਹ ਤੇਰੀ ਮਾਂ ਸੀ, ਸਹੀ ਗੱਲ ਆ ਪਿਆਰਿਓ, ਤੇਰਾ ਪਿਓ ਸੀ। ਜੇ ਸੁਪਨੇ 'ਚ ਆ ਵੀ ਗਿਆ ਤੇਰੇ, ਤੂੰ ਕਿਉਂ ਪਰੇਸ਼ਾਨ ਹੋ ਰਿਹਾ? ਉਹ ਮਰਿਆ ਕਿਸੇ ਦਾ ਮਿੱਤ ਨਹੀਂ ਹੁੰਦਾ, ਪਤਾ ਨਹੀਂ ਕੁਰਕਾਸ਼ ਘਰ ਵਿੱਚ ਹੋ ਨਾ ਜਾਵੇ। ਪਰ ਇੱਕ ਗੱਲ ਆ, ਜਿਹੜੀ ਮਾਂ ਨੇ ਹਨਾ ਚੰਗੀ ਸਿੱਖਿਆ ਦਿੱਤੀ, ਜਿਹੜੇ ਪਿਓ ਨੇ ਚੰਗੀ ਸਿੱਖਿਆ ਦਿੱਤੀ, ਜੇ ਬੱਚੇ ਦੇ ਸੁਪਨੇ 'ਚ ਆ ਵੀ ਜਾਵੇ, ਉਹ ਬੱਚਾ ਕਹੂਗਾ ਧੰਨ ਭਾਗ ਮਾਂ ਦੇ ਦਰਸ਼ਨ। ਉਹ ਬੱਚਾ ਕਹੇਗਾ ਧੰਨ ਭਾਗ ਮੇਰੇ ਪਿਓ ਦੇ ਦਰਸ਼ਨ ਹੋਏ। ਪਰ ਜਿਹੜਾ ਪਿਓ ਸਾਰੀ ਜ਼ਿੰਦਗੀ ਬਰਬਾਦ ਹੀ ਕਰਕੇ ਗਿਆ ਸੀਗਾ, ਉਹਨੇ ਤਾਂ ਕਹਿਣਾ ਹੀ ਆ ਮਰਿਆ ਕਿਸੇ ਦਾ ਮਿੱਤ ਨਹੀਂ ਹੁੰਦਾ, ਜਿਉਂਦਾ ਹੀ ਨਹੀਂ ਆਪਣਾ ਬਣਾਇਆ, ਮਰਨ ਤੋਂ ਬਾਅਦ ਕੀ ਬਣਾਏਗਾ? ਇਸ ਟ੍ਰਿਵਿਸ ਨੇ ਪਿਆਰਿਓ, ਇਹ ਗੱਲਾਂ ਸਹੀ ਨੇ। ਭਾਈ ਮਨੀ ਸਿੰਘ ਜੀ ਨੇ ਜਦੋਂ ਸ਼ਹੀਦੀ ਪਾਈ, ਭਾਈ ਤਾਰੂ ਸਿੰਘ ਜੀ ਸੈਡ, ਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ, ਬਲੈਸ ਮੀ ਵਿਦ ਸਮਥਿੰਗ ਲਾਈਕ ਦਿਸ, ਮੈਂ ਦੁਨੀਆ ਤੋਂ ਜਾਵਾਂ, ਮੈਂ ਦੁਨੀਆ ਤੋਂ ਜਾਵਾਂ ਤਾਂ ਕੋਈ ਕਵੇ ਕਿ ਹਾਂ ਇਹ ਕੋਈ ਸਿੰਘ ਸੀਗਾ ਜਿਹੜਾ ਗਿਆ। ਆਪਾਂ ਵੀ ਕੁਛ ਕਰਕੇ ਜਾਈਏ ਜ਼ਿੰਦਗੀ 'ਚ, ਆਪਾਂ ਵੀ ਕੁਛ ਕਰਕੇ ਜਾਈਏ। ਐਂਡ ਭਾਈ ਤਾਰੂ ਸਿੰਘ ਵਾਸ ਸੈਡ, ਲੀਵ ਸਿੱਖੀ ਐਂਡ ਐਕਸੈਪਟ ਇਸਲਾਮ, ਸਿੱਖੀ ਛੱਡ ਕੇ ਇਸਲਾਮ ਕਬੂਲ ਕਰ ਲੈ।
ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਨਾ, ਪਰਮਾਤਮਾ ਨੇ ਸਾਨੂੰ ਸਿੱਖਾਂ ਦੇ ਘਰਾਂ 'ਚ ਜਨਮ ਦਿੱਤਾ, ਆਪਾਂ ਸਿੱਖ ਬਣ ਕੇ ਰਹਿਣਾ। ਐਂਡ ਗੁਰੂ ਤੇਗ ਬਹਾਦਰ ਮਹਾਰਾਜ ਨੇ, ਸਮਝਿਓ ਇੱਕ ਮਿੰਟ ਗੱਲ, ਗੁਰੂ ਤੇਗ ਬਹਾਦਰ ਮਹਾਰਾਜ ਬਸ ਸ਼ਹੀਦ ਹੋਏ, ਸੀਸ ਧਰ ਤੋਂ ਜੁਦਾ ਹੋਇਆ ਸੀਗਾ ਮਹਾਰਾਜ ਦਾ, ਦੇ ਬਖੇਮ ਸ਼ਹੀਦ, ਦੇ ਗੇਵ ਦੇਅਰ ਲਾਈਫ ਫੋਰ ਦ ਹਿੰਦੂਜ਼, ਫੋਰ ਦ ਰਾਈਟਸ। ਹਿੰਦ ਦੀ ਚਾਦਰ ਨਹੀਂ ਬਣੇ, ਧਰਮ ਦੀ ਚਾਦਰ ਬਣੇ। ਇਹ ਇੱਕ ਮਿੰਟ ਨੋਟ ਕਰਿਓ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਕਿ ਮੈਂ ਜਨੇਊ ਨਹੀਂ ਪਾਉਣੀ। ਜਨੇਊ ਇਕੱਲੇ ਬੰਦਿਆਂ ਦੇ ਪਾਈ ਜਾਂਦੀ ਸੀ। ਗੁਰੂ ਨਾਨਕ ਪਾਤਸ਼ਾਹ ਗਈ ਅਸ ਆ ਸਿਸਟਰਸ ਇਕੁਆਲਿਟੀ। ਲੋਕੀ ਕਹਿੰਦੇ ਹੁੰਦੇ ਸੀ ਕਿ ਧੀ ਨੂੰ ਰੱਖਣਾ ਨਹੀਂ, ਮਾਰੋ। ਅੱਜ ਵੀ ਇੰਡੀਆ 'ਚ ਇਹ ਹਾਲ ਹੁੰਦੇ ਨੇ, ਧੀ ਜਨਮ ਲੈਂਦੀ ਆ, ਗਲਾ ਘੁੱਟ ਦਿੰਦੇ ਨੇ, ਜਾ ਜਾ ਮੁੜ ਕੇ ਨਾ ਆਈ, ਜੇ ਆਊਂਗੀ ਆਪਣੇ ਵੀਰ ਨੂੰ ਲਿਆਈ। ਗਲੇ ਘੁੱਟਦੇ ਨੇ ਧੀਆਂ ਦੇ, ਬੈਗਾਂ 'ਚ ਪਾ ਕੇ ਖੂਹਾਂ 'ਚ ਸੁੱਟਦੇ ਨੇ ਧੀਆਂ ਨੂੰ। ਐਂਡ ਇਹ ਸਿੱਖਾਂ ਆਪਾਂ, ਗੁਰੂ ਨਾਨਕ ਪਾਤਸ਼ਾਹ ਸਾਡੇ ਗੁਰੂ ਨੇ ਕਿਹਾ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਹ ਜਾਣ। ਉਹ ਮਾਂ ਨੂੰ, ਉਹ ਔਰਤ ਨੂੰ ਮੰਦਾ ਕਿਉਂ ਕਹਿ ਰਹੇ ਹਾਂ? ਉਹ ਔਰਤ ਤੋਂ ਰਾਜਿਆਂ ਨੇ, ਮਹਾਂਪੁਰਖਾਂ ਨੇ, ਗੁਰਸਿੱਖਾਂ ਨੇ, ਵਾਰੀਅਰਸ ਆਰ ਬੋਰਨ ਫਰੋਮ ਹਰ। ਵਾਈ ਡੂ ਯੂ ਕੰਡੈਮ ਹਰ ਸੋ ਮਚ? ਐਂਡ ਪਿਆਰਿਓ ਮਾਫ ਕਰਿਓ, ਪਰ ਇਹ ਗੱਲ ਸਹੀ ਆ। ਮੈਨੂੰ ਇੱਕ ਮਿੰਟ, ਮੈਂ ਸੰਗਤ ਨੂੰ ਪੁੱਛਦਾ ਜੀ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਨਰੋਬੀ 'ਚ ਬਹੁਤ ਸਾਲ ਹੋ ਗਏ ਰਹਿੰਦਿਆਂ ਨੂੰ, ਅਫਰੀਕਾ 'ਚ, ਕਦੇ ਇਹ ਅਰਦਾਸ ਸੁਣੀ ਆ ਕਿਤੇ ਕਿ ਕਿਸੇ ਨੇ ਭਾਈ ਸਾਹਿਬ ਹੁਣਾਂ ਤੋਂ ਕਰਾਈ ਹੋਵੇ ਕਿ ਅਰਦਾਸ ਕਰੋ ਸਾਡੇ ਘਰ ਵਿੱਚ ਧੀ ਦਾ ਜਨਮ ਹੋਵੇ? ਬੋਲੋ ਭੈਣੋ, ਕਦੇ ਸੁਣੀ ਅਰਦਾਸ ਇਹ ਕਿ ਮਹਾਰਾਜ ਬਲੈਸ ਅਸ ਵਿਦ ਅ ਡੋਟ ਹੈ? ਕਦੇ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ 'ਚ ਸਿੰਘੋ? ਕਦੇ ਕੀਤੀ? ਕਦੇ ਸੁਣੀ? ਹੈਵ ਯੂ ਐਵਰ ਹਰਡ ਇਟ? ਬੋਲੋ ਬੋਲੋ, ਕਦੇ ਸੁਣੀ? ਸਿੰਘੋ ਪਿੱਛੇ ਬੈਠੇ ਆ, ਕਦੇ ਸੁਣੀ ਅਰਦਾਸ? ਨੋ ਵੀ ਹੈਵਨ। ਕਦੇ ਕਿਸੇ ਨੇ ਧੀ ਵਾਸਤੇ ਇੱਥੇ ਖੜ ਕੇ ਨਹੀਂ ਅਰਦਾਸ ਕੀਤੀ? ਸਾਰੇ ਅਰਦਾਸ ਕਰਦੇ ਆ, ਮੁੰਡਾ ਹੋਵੇ, ਮੁੰਡਾ ਹੋਵੇ। ਸੱਚ ਜਾਣਿਓ ਪਿਆਰਿਓ, ਮੈਂ ਵੀ ਮੁੰਡਾ ਹੀ ਹਾਂ, ਪਰ ਮੁੰਡੇ ਆਪਾਂ ਮਾਪਿਆਂ ਦਾ ਇੰਨਾ ਨਹੀਂ ਕਰਦੇ ਜਿੰਨਾ ਧੀਆਂ ਕਰਦੀਆਂ। ਜਿੰਨਾ ਧੀਆਂ ਆਪਣੀਆਂ ਮਾਪਿਆਂ ਦਾ ਕਰਦੀਆਂ, ਆਈ ਨੋਟਿਸ ਦਿਸ ਅ ਲੋਟ। ਥੋੜ੍ਹੇ ਹੋਣਗੇ ਭਰਾ ਜਿਹੜਾ ਮਾਪਿਆਂ ਦਾ ਬਹੁਤ ਹੀ ਕਰਦੇ ਨੇ, ਪਰ ਮੈਂ ਧੀਆਂ ਵੇਖੀਆਂ ਆਪਣੇ ਘਰ ਵੀ ਤੁਰ ਜਾਂਦੀਆਂ ਨੇ, ਫਿਰ ਵੀ ਇੱਧਰ ਧਿਆਨ ਰੱਖਦੀਆਂ ਮੇਰੇ ਮੰਮੀ ਡੈਡੀ ਹੁਣੀ ਕਿੱਦਾਂ। ਵਾਰ ਵਾਰ ਫੋਨ ਕਰੂਗੀਆਂ, ਵਾਰ ਵਾਰ ਪੁੱਛੂਗੀਆਂ, ਪਰ ਮੈਂ ਇਹ ਨਹੀਂ ਇਕੱਲਾ ਕਹਿ ਰਿਹਾ, ਇਕੱਲੀਆਂ ਧੀ, ਮੁੰਡੇ ਵੀ ਹੈਗੇ ਨੇ ਜਿਹੜੇ ਕਰਦੇ ਨੇ ਬਹੁਤ। ਬਟ ਮੋਸਟਲੀ ਆਈਵ ਸੀਨ ਡੋਟਰਸ ਡੂ ਅ ਲੋਟ ਫੋਰ ਦਾ ਪੇਰੈਂਟਸ, ਦੇ ਹੈਵ ਦਾ ਮੋਰ ਅਟੈਚਮੈਂਟ। ਇਹ ਮੇ ਬੀ ਕਿ ਮੁੰਡੇ ਆਪਣੇ ਜਿਹੜੀ ਇਮੋਸ਼ਨ ਹੁੰਦੇ ਆ ਉਹ ਆਪਣੇ ਅੰਦਰ ਰੱਖ ਲੈਂਦੇ ਨੇ। ਬੋਇਜ਼ ਡੋਂਟ ਸ਼ੇਅਰ ਦੇ ਇਮੋਸ਼ਨਸ ਵੇਅਰ ਐਸ ਗਰਲਸ ਡੂ। ਭੈਣਾਂ ਆਪਣੀਆਂ ਇਮੋਸ਼ਨਸ ਦੱਸ ਦਿੰਦੀਆਂ ਨੇ, ਮੁੰਡੇ ਦੱਸ ਨਹੀਂ ਸਕਦੇ। ਪਤਾ ਨਹੀਂ, ਕੁਦਰਤੀ ਆ, ਦੇ ਓਵੀਸ ਕੀਪ ਇਨ, ਦੇ ਵਾਂਟ ਬੀ ਦਾ ਸਟਰੋਂਗਰ ਵਨ, ਦੇ ਵਾਂਟ ਕੀਪ ਇਨ ਟੂ ਦੈਮਸੈਲਵਸ। ਐਂਡ ਭਾਈ ਤਾਰੂ ਸਿੰਘ ਨੇ ਕੀ ਅਰਦਾਸ ਕੀਤੀ? ਭਾਈ ਤਾਰੂ ਸਿੰਘ ਨੇ ਕੀ ਅਰਦਾਸ ਕੀਤੀ ਕਿ ਹੇ ਮਾਲਕਾ ਕਲਗੀਆਂ ਵਾਲਿਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇ। ਆਪਾਂ ਵੀ ਕਹੀਏ ਪਿਆਰਿਓ, ਮੇਰੀ ਸਿੱਖੀ, ਬੋਲੋ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ, ਬੋਲੋ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇ। ਵਟ ਇਜ਼ ਦੈਟ ਮੀਨ? ਅੰਤ ਸਵਾਸ ਤੱਕ ਮੇਰੇ ਕੇਸ ਨਾ ਕੱਟੇ ਜਾਣ। ਸਾਹਮਣੇ ਮੌਤ ਸੀ, ਸਿੰਘ ਇੱਦਾਂ ਦੀਆਂ ਅਰਦਾਸਾਂ ਕਰਦੇ ਸੀਗੇ, ਸਾਡੇ ਸਾਹਮਣੇ ਕਿੱਥੇ ਮੌਤ ਆ? ਆਪਾਂ ਉਹੀ ਕੇਸ ਕੱਟੀ ਫਿਰਦੇ ਹਾਂ, ਆਖੋ ਸਤਨਾਮ ਵਾਹਿਗੁਰੂ। ਆਪਾਂ ਉਹੀ ਨਾਈ ਦੀ ਦੁਕਾਨ ਤੇ ਜਾ ਜਾ ਕੇ ਪੈਸੇ ਦੇ ਦੇ ਕੇ ਕੇਸ ਕਟਾਉਂਦੇ ਹਾਂ। ਮੈਂ ਆਖਦਾ ਹੁੰਦਾ ਹੱਥ ਵਿੱਚ ਸੇਫਟੀ ਫੜੀ ਆ, ਜਦੋਂ ਤੂੰ ਸੇਫਟੀ ਮੂੰਹ ਤੇ ਲਾ ਲੱਗਾ ਉਦੋਂ ਸੋਚਿਆ ਕਰ, ਸਿੰਘ ਤਾਂ ਮਰ ਗਏ ਸੀਗੇ, ਕੇਸ ਨਹੀਂ ਕੱਟਣ ਦਿੱਤੇ, ਖੋਪੜੀਆਂ ਲਹਾ ਲਈਆਂ ਸੀਗੀਆਂ, ਤੂੰ ਸੇਫਟੀ ਕੀ ਚੱਕੀ ਫਿਰਦਾ ਓਏ, ਤੈਨੂੰ ਸ਼ਰਮ ਨਹੀਂ ਆਉਂਦੀ? ਦਿਸ ਸ਼ੈਵ ਯੂ ਹੈਵ, ਤੈਨੂੰ ਸ਼ਰਮ ਨਹੀਂ ਆਉਂਦੀ? ਵਾ ਆਰ ਯੂ ਡੂਇੰਗ ਟੂ ਯੋਰਸੈਲਫ? ਬਾਬਾ ਫਤਿਹ ਸਿੰਘ ਨੀਹਾਂ 'ਚ ਖੜਿਆਂ ਨੂੰ ਵੇਖੋ, ਬਾਬਾ ਫਤਿਹ ਸਿੰਘ ਨੂੰ ਨੀਹਾਂ 'ਚ ਖੜਿਆਂ ਨੂੰ ਵੇਖੋ, ਤਾਂ ਉਹ ਕਹਿਣਗੇ ਇਹ ਵੀਰੇ ਮੈਂ 7 ਸਾਲਾਂ ਦਾ ਸੀਗਾ, ਮੈਂ ਜ਼ਿੰਦਗੀ ਕੁਰਬਾਨ ਕਰ ਗਿਆ, ਮਰ ਗਿਆ ਤੇਰੇ ਵਾਸਤੇ, ਤੂੰ ਇੱਦਾਂ ਮੇਰਾ ਧੰਨਵਾਦ ਕਰਨਾ ਸੀ? ਵੀ ਯੂ ਗੋਨਾ ਥੈਂਕ ਮੀ ਲਾਈਕ ਦਿਸ? ਇੱਦਾਂ ਮੇਰਾ ਧੰਨਵਾਦ ਕਰਨਾ ਸੀਗਾ? ਮੇਰੀ ਜ਼ਿੰਦਗੀ ਮੈਨੂੰ, ਦੇਖੋ ਸਾਹਿਬਜ਼ਾਦਿਆਂ ਨੂੰ ਕੀ ਕਿਹਾ ਸੀਗਾ, ਵਿਲ ਗਿਵ ਯੂ ਮਨੀ, ਵਿਲ ਗਿਵ ਯੂ ਵਾਈਵਸ, ਵਿਲ ਗਿਵ ਯੂ ਹਾਊਸਿਸ, ਲੀਵ ਸਿੱਖੀ ਐਂਡ ਬਿਕਮ ਮੁਸਲਿਮਸ, ਇਸਲਾਮ ਕਬੂਲ ਕਰ ਲਓ। ਸਾਹਿਬਜ਼ਾਦੇ ਕਹਿਣ ਲੱਗੇ ਨਾ,
ਸਾਡੇ ਪਿਤਾ ਜੀ ਨੇ ਕਿਹਾ ਜੇ ਕੋਈ ਹਿੰਦੂ ਆ ਪੱਕਾ ਹਿੰਦੂ ਬਣੇ, ਜੇ ਕੋਈ ਮੁਸਲਮਾਨ ਆ ਪੱਕਾ ਮੁਸਲਮਾਨ ਬਣੇ, ਜੇ ਕੋਈ ਸਿੱਖ ਆ ਤਾਂ ਪੱਕਾ ਸਿੱਖ ਬਣੇ. ਦਿਸ ਇਜ਼ ਵਾਟ ਆਵਰ ਫਾਦਰ ਹੈਜ਼ ਟੋਲਡ ਅਸ. ਵੀ ਆਲ ਬਿਲੋਂਗ ਟੂ ਵਨ, ਪਰਮਾਤਮਾ ਇੱਕ ਆ. ਸਭ ਦੇ ਰਾਹ ਵੱਖੋ ਵੱਖਰੇ ਨੇ ਪਰ ਪਰਮਾਤਮਾ ਇੱਕ ਆ. ਓਵਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ. ਸਿੱਖੋ ਆਪਣੇ ਆਪ ਨੂੰ ਸਿੱਖ ਕਹਾਉਣ ਵਾਲਿਓ, ਕਦੇ ਮਨ 'ਚ ਝਾਤੀ ਮਾਰ ਕੇ ਵੇਖੋ ਬਾਬਾ ਫਤਿਹ ਸਿੰਘ ਸਾਨੂੰ ਬੋਲਦੇ ਆ ਸੁਣੋ. 7 ਸਾਲਾਂ ਦੇ ਬੱਚੇ ਨੂੰ ਸਾਡੇ ਸਾਹਮਣੇ ਖੜੇ ਨੂੰ ਵੇਖੋ. When you're going in front and shaving your beard, when you're cutting your hair in front of the barbers, then look at Baba Fateh Singh jehda keh reha. As the wool was coming up, jadon kand taanu aa rahi si, hana kand taanu aa rahi si, main unna nu keha it na todiyo, don't break this brick, kyunki jadon gode aa jande hana ji, gode bahar nu aunde ne, knees come out, us vele main keha siga it tod ke na layo, kyunki eh jehdi knee tusi bana rahe ha ushar rahe ha, ਇਹ ਪੰਥ ਨੇ ਵੇਖ ਕੇ ਇੱਧਰ ਨੂੰ ਲੱਗਣਾ ਬਹੁਤ ਜਾਣੇ, ਹੈ ਨਾ ਜੀ. ਫਤਿਹਗੜ੍ਹ ਸਾਹਿਬ ਜਾ ਕੇ ਵੇਖ ਕੇ ਜਦੋਂ ਆਉਂਦੇ ਆ ਮਨ ਕੰਬਦਾ ਕਿ ਆਪਾਂ ਕੀ ਕਰਦੇ ਰਹੇ ਹਾਂ, ਹੁਣ ਕੀ ਕਰਨਾ ਚਾਹੀਦਾ. ਸਾਹਿਬਜ਼ਾਦੇ ਸੈਡ ਲੋਕਾਂ ਨੇ ਨੀ ਇਹ ਕੰਧ ਨੂੰ ਵੇਖਣਾ. ਪੀਪਲ ਆਰ ਗੋਇੰਗ ਟੂ ਲੁੱਕ ਐਟ ਦਿਸ ਵਾਲ ਇਨ ਦ ਫਿਊਚਰ. ਆਈ ਡੋਨਟ ਵਾਂਟ ਅ ਬ੍ਰੋਕਨ ਬ੍ਰਿਕ ਇਨ ਦਿਸ ਵਾਲ. ਪੂਰੀਆਂ ਇੱਟਾਂ ਲਾਇਓ. ਉਸ ਵੇਲੇ ਕਹਿਣ ਲੱਗੇ ਕਿ ਤੁਹਾਡੀਆਂ ਚੱਪਣੀਆਂ ਆ ਰਹੀਆਂ, ਵਿੱਚ ਤੁਹਾਡੇ ਗੋਡੇ ਆ ਰਹੇ ਨੇ. ਬਾਬਾ ਫਤਿਹ ਸਿੰਘ ਕਹਿਣ ਲੱਗੇ ਕੋਈ ਨਾ, ਜੇ ਗੋਡੇ ਆ ਰਹੇ ਆ ਸਾਡੀਆਂ ਚੱਪਣੀਆਂ ਲਾ ਦਿਓ, ਇੱਟ ਨਾ ਤੋੜਿਓ. ਠੀਕ ਆਫਾ ਨੀ ਖੈਪਸ. ਆਪਾਂ ਕਹਿੰਦੇ ਹਾਂ ਸਾਨੂੰ ਸਿੱਖੀ ਚੰਗੀ ਨਹੀਂ, ਘਰ ਮਿਲ ਗਿਆ ਬਿਜ਼ਨਸ ਬਣ ਗਈ, ਲੱਖ ਲਾਣਤਾਂ ਸਾਨੂੰ, ਲੱਖ ਲਾਣਤਾਂ ਸਾਨੂੰ. ਬਸ ਇਹੀ ਆ ਸਿੱਖੀ ਸਾਡੀ. ਸਵੇਰ ਨੂੰ ਗੁਰਦੁਆਰੇ ਰਾਤ ਨੂੰ ਕਲੱਬ 'ਚ, ਸਵੇਰ ਨੂੰ ਗੁਰਦੁਆਰੇ ਰਾਤ ਨੂੰ ਪੈਗ, ਇਹ ਸਿੱਖੀ ਆ ਸਾਡੀ. ਇਸ ਟਰੂ ਭਾਵਾਂ ਦੁੱਖ ਲੱਗੇ ਮੈਨੂੰ, ਭਾਵਾਂ ਨਾ ਬੁਲਾਇਓ ਮੁੜ ਕੇ ਅਫਰੀਕਾ 'ਚ, ਮੈਂ ਇਹ ਵੀ ਗੱਲ ਕਹਿ ਰਿਹਾ, ਮੈਨੂੰ ਭਾਵਾਂ ਨਾ ਵੀ ਬੁਲਾਇਓ ਪਰ ਮੈਂ ਸੱਚ ਬੋਲਾਂਗਾ. ਐਂਡ ਭਾਈ ਸਾਹਿਬ ਉਹਨਾਂ ਨੂੰ ਪਤਾ ਵੀ ਆ ਕਿ ਦੀਵਾਨ ਵੀ ਸੁਣੇ ਨੇ ਭਾਈ ਸਾਹਿਬ ਉਹਨਾਂ ਨੇ ਪਹਿਲਾਂ, ਅਮਰਜੀਤ ਸਿੰਘ ਉਹਨਾਂ ਨੇ ਸਾਨੂੰ ਬੁਲਾਉਣ ਤੋਂ ਪਹਿਲਾਂ ਬਹੁਤ ਦੀਵਾਨ ਸੁਣੇ, ਉਹਨਾਂ ਨੂੰ ਵੀ ਪਤਾ ਕਿ ਆਪਾਂ ਡਾਇਰੈਕਟ ਗੱਲ ਕਰਦੇ ਹਾਂ. ਅਪ ਵੀ ਡੋਂਟ ਬੀ ਅਰਾਊਂਡ ਦ ਬ੍ਰਸ਼, ਵੀ ਡੋਂਟ, ਆਪਾਂ ਸ਼ੁਕਰ ਕੋਟ ਕਰਕੇ ਨਹੀਂ ਸਿੱਖੀ ਦਿੰਦੇ ਕਿ ਤੂੰ ਬਸ ਅੰਮ੍ਰਿਤ ਵੀ ਨਾ ਛੱਕ, ਕੋਈ ਨਾ, ਬਸ ਮਾਇਆ ਮੈਨੂੰ ਦੇਈ ਚੱਲ, ਮਾਇਆ ਦੇਈ ਚੱਲ. ਇੱਦਾਂ ਦੇ ਵੀ ਪਖੰਡੀ ਬਾਬੇ ਨੇ. ਸਿੱਖੀ ਦੇ ਨਾਲ ਨਹੀਂ ਪ੍ਰੇਮ ਉਹਨਾਂ ਨੂੰ, ਤੁਹਾਡੀ ਜੇਬ ਨਾਲ ਪ੍ਰੇਮ ਆ. ਇਟਸ ਟਰੂ. ਮੈਨੂੰ ਇੱਦਾਂ ਦੇ ਮਿਲੇ ਨੇ ਜਿਹੜੇ ਕਹਿੰਦੇ ਸਾਡੇ ਬਾਬਾ ਜੀ ਕਹਿੰਦੇ ਅੰਮ੍ਰਿਤ ਛੱਕਣ ਦੀ ਲੋੜ ਨਹੀਂ. ਮੈਂ ਕਿਹਾ ਲਿਆਓ ਬਾਬੇ ਨੂੰ ਸਾਹਮਣੇ ਮੇਰੇ. ਮੈਂ ਕਿਹਾ ਮੈਂ ਵੀ ਢੀਠਾਂ ਮੈਂ, ਆਈ ਐਮ ਸੋ ਸਟਬਨ, ਜੇ ਕੋਈ ਇੱਦਾਂ ਦਾ ਮਿਲ ਜੇ ਮੈਂ ਛੱਡਦਾ ਨਹੀਂ, ਫਿਰ ਮੈਂ ਗੁਰਬਾਣੀ ਦਾ ਗਿਆਨ ਅੱਗੇ ਰੱਖਦਾ ਉਹਨਾਂ ਦੇ, ਕਿਉਂਕਿ ਗੁਰੂ ਸਾਡਾ ਕੁਛ ਕਹਿ ਰਿਹਾ, ਆਪਾਂ ਕਰਦੇ ਹਾਂ ਕੁਛ. ਮੈਂ ਕਿਹਾ ਕਿਉਂ ਕਿਹਾ ਤੈਨੂੰ ਅੰਮ੍ਰਿਤ ਛੱਕਣ ਦੀ ਲੋੜ ਨਹੀਂ? ਕਹਿੰਦੇ ਬਸ, ਕਹਿੰਦੇ ਤੇਰਾ ਦਿਲ ਸਾਫ਼ ਆ, ਤੈਨੂੰ ਕੀ ਛੱਕਣ ਦੀ ਲੋੜ ਆ, ਤੂੰ ਤਾਂ ਬਸ ਸਿੱਧਾ ਸੱਚਖੰਡ ਜਾਊਂਗਾ. ਮੈਂ ਕਿਹਾ ਅੱਛਾ ਮੈਨੂੰ ਦੱਸ ਤੇਰੇ ਪਲੋਟ ਕਿੰਨੇ ਨੇ? ਕਹਿੰਦੇ ਬਸ ਹਜ਼ਾਰਾਂ ਦੀ ਗਿਣਤੀ ਵਿੱਚ ਆ, ਕਦੇ ਡੁਬਾਈ ਵਿੱਚ ਵੀ ਸਾਡੇ ਘਰ ਬਣੇ ਹੋਏ ਆ, ਕਦੇ ਆਪਣੇ ਅਮਰੀਕਾ 'ਚ ਵੀ ਪਲੋਟ ਨੇ. ਮੈਂ ਕਿਹਾ ਬਸ ਫਿਰ ਬਾਬੇ ਨੇ ਤਾਂ ਆਪੇ ਤੈਨੂੰ ਸ਼ੋਰਟਕੱਟ ਦੇਣੀ ਆ, ਕਿਉਂਕਿ ਤੇਰੀ ਜੇਬ ਵੇਖਦਾ, ਤੇਰੀ ਜੇਬ ਵੇਖ ਰਹੀ. ਅੰਮ੍ਰਿਤ ਸਿੱਖੋ, ਸਾਨੂੰ ਸਾਰਿਆਂ ਨੂੰ ਛੱਕਣਾ ਪੈਣਾ, ਜਿੱਦਾਂ ਮਰਜ਼ੀ ਕਰ ਲਓ. ਗੁਰੂ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਹੋਣਾ. ਇੱਕ ਮਿੰਟ ਸੋਚੋ, ਭਾਈ ਤਾਰੂ ਸਿੰਘ ਨੇ ਸਿੱਖੀ ਵਿੱਚ ਕੀ ਵੇਖਿਆ ਸੀਗਾ ਕਿ ਜਾਨ ਕੁਰਬਾਨ ਕਰ ਲਈ ਬਈ ਖੁਡ ਲੀਵ ਸਿੱਖੀ? ਵਾਟ ਡਿਡ ਹੀ ਸੀ ਇਨ ਸਿੱਖੀ? ਕੀ ਵੇਖਿਆ ਉਹਨਾਂ ਨੇ ਪਿਆਰਿਓ? ਸੋਚੋ, ਸਾਡੇ ਕੋਲ ਘਰ ਵੀ ਨੇ, ਸਾਡੇ ਕੋਲ ਗੱਡੀਆਂ ਵੀ ਨੇ, ਸਾਡੇ ਕੋਲ ਮਾਇਆ ਵੀ ਆ, ਬਹੁਤ ਕੁਛ ਆ, ਪਰ ਉਹਨਾਂ ਕੋਲ ਉਹ ਚੀਜ਼ਾਂ ਨਹੀਂ ਸੀਗੀਆਂ, ਪਰ ਉਹਨਾਂ ਕੋਲ ਸਿੱਖੀ ਸੀ. ਮੈਂ ਬਹੁਤ ਵਾਰ ਆਖਦਾ ਹੁੰਦਾ ਕਿ ਪੁਰਾਣੇ ਦਿਨਾਂ ਵਿੱਚ, ਹੈ ਨਾ ਜੀ, ਗੁਰੂ ਘਰ ਹੁੰਦੇ ਸੀ ਕੱਚੇ, ਸਿੱਖ ਹੁੰਦੇ ਸੀ ਪੱਕੇ. ਗੁਰੂ ਘਰ ਹੁੰਦੇ ਸੀ ਕੱਚੇ, ਸਿੱਖ ਹੁੰਦੇ ਸੀ ਪੱਕੇ. ਅੱਜ ਕੱਲ੍ਹ ਕੀ ਹੋ ਗਿਆ? ਗੁਰੂ ਘਰ ਪੱਕੇ ਬਣ ਗਏ, ਸਿੱਖ ਕੱਚੇ ਹੋ ਰਹੇ ਨੇ. ਅੰਦਰੋਂ ਕੁਛ ਆ, ਬਾਹਰੋਂ ਕੁਛ ਆ. ਮੈਂ ਇੱਕ ਮਿੰਟ ਇੱਥੇ ਨਾਲ ਗੱਲ ਕਹਿ ਦਿਆਂ, ਉਹਨਾਂ ਨੂੰ ਨਾ ਵੇਖੋ ਜਿਹੜੇ ਅੰਮ੍ਰਿਤ ਛੱਕ ਕੇ ਸ਼ਰਾਬਾਂ ਪੀਂਦੇ ਆ, ਉਹਨਾਂ ਨੂੰ ਨਾ ਵੇਖੋ ਜਿਹੜੇ ਅੰਮ੍ਰਿਤ ਛੱਕ ਕੇ ਕੇਸ ਕੱਟਦੇ ਆ. ਡੋਂਟ ਲੁੱਕ ਐਟ ਦੋਜ਼ ਪੀਪਲ. ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ, ਉਹਨਾਂ ਵੱਲ ਨਾ ਵੇਖੋ. ਜਦੋਂ ਆਪਾਂ ਸਕੂਲਾਂ 'ਚ ਜਾਂਦੇ ਹਾਂ, ਆਪਾਂ ਜਿਹੜੇ ਬੱਚੇ ਫੇਲ ਹੁੰਦੇ ਆ ਉਹਨਾਂ ਨੂੰ ਵੇਖਦੇ ਹਾਂ? ਯੂ ਨੋ, ਵੀ ਗੈਟ ਟੂ ਸਕੂਲ ਐਂਡ ਵੀ ਸੀ ਕਿਡਸ ਫੇਲਿੰਗ, ਡੂ ਵੀ ਹੈਵ ਅ ਲੁੱਕ ਐਟ ਦੈਮ ਐਂਡ ਸੇ, ਅੱਛਾ ਇਹਨੂੰ 20% ਹੋਏ ਆ, ਇਹ ਫੇਲ ਹੋਇਆ, ਆਮ ਗੋਇੰਗ ਟੂ ਫੇਲ ਇਸ ਵੈਲ.
ਨੋ ਸਾਨੂੰ ਇਹ ਹੁੰਦਾ ਕਿ ਮੈਂ 90% ਲਵਾਂ ਮੈਂ ਪਾਸ ਹੋਵਾਂ ਫਿਰ ਜਦੋਂ ਆਪਾਂ ਆਪਣੇ ਧਰਮ ਵੱਲ ਵੇਖਦੇ ਹਾਂ ਆਪਾਂ ਐਕਸਕਿਊਜ਼ ਨਾ ਬਣਾਇਆ ਕਰੀਏ ਕਿ ਫਲਾਨੇ ਨੇ ਅੰਮ੍ਰਿਤ ਛਕਿਆ ਆ ਉਹ ਤਾਂ ਸ਼ਰਾਬਾਂ ਵੀ ਪੀਂਦਾ ਜੀ ਫਲਾਨੇ ਨੇ ਅੰਮ੍ਰਿਤ ਛਕਿਆ ਉਹ ਤਾਂ ਇੱਦਾਂ ਵੀ ਕਰਦਾ ਝੂਠ ਵੀ ਪੈਰ ਪੈਰ 'ਤੇ ਬੋਲਦਾ ਉਹ ਆਪੇ ਉਹਦਾ ਹਿਸਾਬ ਕਿਤਾਬ ਹੋਊਗਾ ਪਰ ਤੂੰ ਉਹਨਾਂ ਵੱਲ ਵੇਖ ਕੇ ਐਕਸਕਿਊਜ਼ ਨਾ ਬਣਾ ਤੂੰ ਬਾਬਾ ਦੀਪ ਸਿੰਘ ਨੂੰ ਵੇਖ ਤੂੰ ਭਾਈ ਮਨੀ ਸਿੰਘ ਨੂੰ ਵੇਖ ਤੂੰ ਭਾਈ ਤਾਰੂ ਸਿੰਘ ਨੂੰ ਵੇਖ ਤੂੰ ਅਕਾਲੀ ਫੁੱਲਾ ਸਿੰਘ ਨੂੰ ਵੇਖ ਤੂੰ ਬਘੇਲ ਸਿੰਘ ਨੂੰ ਵੇਖ ਤੂੰ ਇੱਦਾਂ ਦੇ ਸੂਰਮਿਆਂ ਨੂੰ ਵੇਖ ਦੇਈ ਬਦਲ ਰੋਲ ਮਾਡਲਸ ਨਾ ਦੀਸ ਰੋਲ ਮਾਡਲਸ ਦੇਈ ਬਦਲ ਰੋਲ ਮਾਡਲਸ ਉਹਨਾਂ ਵੱਲ ਵੇਖੋ ਮੇਰੀਆਂ ਭੈਣਾਂ ਮਾਈ ਭਾਗੋ ਵੱਲ ਵੇਖੋ ਮਾਤਾ ਗੁਜਰ ਕੌਰ ਵੱਲ ਵੇਖੋ ਜਿਹਨੇ ਆਪਣਾ ਪਤੀ ਵੀ ਤੋਰਿਆ ਜਿਹਨੇ ਆਪਣੇ ਪੋਤੇ ਵੀ ਤੋਰੇ ਉਹਦੇ ਵੱਲ ਵੇਖੋ ਮੈਂ ਇੱਕ ਮਿੰਟ ਕਹੂੰਗਾ ਕਦੇ ਮਨ 'ਚ ਸਵਾਲ ਨਹੀਂ ਆਏਗਾ ਉਹ ਫਲਾਨਾ ਅੰਮ੍ਰਿਤ ਛੱਕ ਇੱਦਾਂ ਕਰਦਾ ਜਦੋਂ ਮਾਤਾ ਗੁਜਰ ਕੌਰ ਵੱਲ ਵੇਖਿਆ ਕਰੂੰਗੀ ਮਾਤਾ ਗੁਜਰੀ ਦੱਸਾਂ ਕੀ ਕਹਿੰਦੀ ਹੁੰਦੀ ਸੀ ਮਾਤਾ ਗੁਜਰੀ ਨੂੰ ਲੋਕਾਂ ਨੇ ਕਹਿਣਾ ਉਹ ਦੱਸ ਗੁਜਰੀ ਕੀ ਗੁਜਰੀ ਦੱਸ ਗੁਜਰੀ ਕੀ ਗੁਜਰੀ ਲੈਟ ਮੀ ਸੇ ਦੈਟ ਇਨ ਇੰਗਲਿਸ਼ ਪੀਪਲ ਯੂਸ ਟੂ ਸੇ ਦੈਟ ਟੂ ਮਾਤਾ ਗੁਜਰੀ ਟੈਲ ਮੀ ਮਾਤਾ ਗੁਜਰੀ ਵਟਸ ਹੈਪਨਡ ਵਿਦ ਯੂ ਇਨ ਲਾਈਫ ਦੱਸ ਗੁਜਰੀ ਦੱਸ ਗੁਜਰੀ ਕੀ ਗੁਜਰੀ ਮਾਤਾ ਗੁਜਰੀ ਨੇ ਕਹਿਣਾ ਇਹ ਨਾ ਪੁੱਛੋ ਗੁਜਰੀ ਕੀ ਗੁਜਰੀ ਇਹ ਪੁੱਛੋ ਗੁਜਰੀ ਕੀ ਨਹੀਂ ਗੁਜਰੀ ਡੋਂਟ ਆਸਕ ਮੀ ਵਟਸ ਹੈਪਨਡ ਵਿਦ ਯੂ ਇਨ ਲਾਈਫ ਆਸਕ ਮੀ ਵਟ ਹੈਜ਼ਨਟ ਹੈਪਨਡ ਵਿਦ ਯੂ ਮੇਰੇ ਨਾਲ ਬਹੁਤ ਕੁਛ ਹੋਇਆ 9 ਸਾਲਾਂ ਦੀ ਉਮਰ ਦਾ ਸੀ ਮੇਰਾ ਪੁੱਤ ਗੋਬਿੰਦ ਰਾਏ 9 ਸਾਲ ਆਪਾਂ ਕਹਿੰਦੇ ਹਾਂ ਸਾਡੇ ਨਾਲ ਇੱਦਾਂ ਕਿਉਂ ਹੋ ਰਿਹਾ ਮਾਤਾ ਗੁਜਰੀ ਕਹਿੰਦੀ ਆ ਮੇਰਾ ਪੁੱਤ 9 ਸਾਲਾਂ ਦਾ ਸੀਗਾ ਜਦੋਂ ਕਸ਼ਮੀਰੀ ਪੰਡਿਤ ਆਏ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਹਿੰਦੇ ਨੇ ਕਿਰਪਾ ਕਰੋ ਕੋਈ ਜੱਪੀ ਤੱਪੀ ਚਾਹੀਦਾ ਕੋਈ ਪੀਰ ਪਕੰਬਰ ਚਾਹੀਦਾ ਜਿਹੜਾ ਆਪਣੀ ਬਲੀ ਦੇਵੇ ਦਾ ਵੋ ਗੋ ਐਂਡ ਗਿਵ ਹਿਸ ਲਾਈਫ ਫੋਰ ਅਸ ਕਸ਼ਮੀਰੀ ਪੰਡਿਤ ਕਹਿੰਦੇ 9 ਸਾਲਾਂ ਦਾ ਮੇਰਾ ਬੱਚਾ ਕਹਿਣ ਲੱਗਾ ਕਿ ਪਿਤਾ ਜੀ ਜੇ ਹਿੰਦੂ ਭਰਾਵਾਂ ਦੇ ਬੱਚੇ ਅਨਾਥ ਹੋਣ ਤੋਂ ਬਚਦੇ ਨੇ ਜੇ ਹਿੰਦੂ ਭਰਾਵਾਂ ਦੇ ਬੱਚੇ ਵਿਲ ਸਰਵਾਈਵ ਦੈਨ ਬੀਇੰਗ ਓਫਨਸ ਅਨਾਥ ਹੋਣ ਤੋਂ ਬਚਦੇ ਆ ਪਿਤਾ ਜੀ ਆਲ ਬਿਕਮ ਐਨ ਓਫਨ ਮੈਂ ਅਨਾਥ ਹੋਣ ਨੂੰ ਤਿਆਰ ਹਾਂ ਤੁਸੀਂ ਜਾਓ 9 ਸਾਲਾਂ ਦੀ ਉਮਰ ਵਿੱਚ ਗੋਬਿੰਦ ਰਾਏ ਨੇ ਇੱਦਾਂ ਕੀਤਾ ਕੋਈ ਚਾਹੁੰਦਾ ਮੇਰੀ ਮਾਂ ਮਰੇ ਬੋਲੋ ਕੋਈ ਚਾਹੁੰਦਾ ਮੇਰਾ ਪਿਓ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਪਿਆਰ ਨਹੀਂ ਕਰਦੇ ਸੀ ਆਪਣੇ ਪਿਓ ਨਾਲ ਕਦੇ ਗੋਦੀ 'ਚ ਨਹੀਂ ਬਹਿੰਦੇ ਸੀ ਆਪਣੇ ਪਿਓ ਨਾਲ ਡੋਂਟ ਯੂ ਥਿੰਕ ਦੈਟ ਗੁਰੂ ਤੇਗ ਬਹਾਦਰ ਮਹਾਰਾਜ ਯੂਜ਼ ਟੂ ਪਿੱਕ ਗੋਬਿੰਦ ਰਾਏ ਓਪ ਇਨ ਦੀ ਐਰ ਕਦੇ ਲਾਡ ਲਜਾਉਂਦੇ ਸੀਗੇ ਕਦੇ ਚੁੱਕ ਕੇ ਖੇਡਦੇ ਸੀਗੇ ਕਰਦੇ ਹੀ ਸੀ ਦੇ ਡਿਡ ਬਟ ਦੀ ਏਜ ਆਫ 9 ਮਾਤਾ ਗੁਜਰੀ ਕਹਿੰਦੀ ਆ ਬਹੁਤ ਕੁਛ ਵੇਖਿਆ ਬਹੁਤ ਕੁਛ ਵੇਖਿਆ After 32 years of marriage, Gobind Rai ne janm liya hoya si. 32 saalan baad kukh nu bhaag lagge, Mata Gujari keh rahi hai. After 32 years, 32 saalan baad, phir janm hoya siga, ik putt hoya, Gobind Rai. Bacche ne janm liya, pyareo, ik mint main itthe gal kavaan, je kise da vyah hoya hove hai na ji, 2-3 saal lang jan, loki gallan karan lag jande, ya 3 saal lang gaya, bachcha nahi hoya inna de. 8 saal ਲੰਘ ਗਏ ਆ ਬੱਚਾ ਨਹੀਂ ਹੋਇਆ ਇਹਨਾਂ ਦੇ 10 ਸਾਲ ਲੰਘ ਗਏ ਨੇ ਬੱਚਾ ਨਹੀਂ ਹੋਇਆ ਲੋਕਾਂ ਦੇ 16-16 ਸਾਲੀ ਬਾਅਦ ਬੱਚੇ ਹੁੰਦੇ ਨੇ ਲੋਕੀ ਗੱਲਾਂ ਬਹੁਤ ਕਰਦੇ ਨੇ ਮਾਤਾ ਗੁਜਰੀ ਕਹਿੰਦੀ ਮੈਨੂੰ 32 ਸਾਲੀ ਬਾਅਦ ਬੱਚਾ ਹੋਇਆ ਬਹੁਤ ਗੱਲਾਂ ਸੁਣੀਆਂ ਲੋਕਾਂ ਤੋਂ ਬਹੁਤ ਸੁਣੀਆਂ ਬਹੁਤ ਜ਼ਿਆਦਾ ਹੀ ਸੁਣੀਆਂ 32 ਸਾਲਾਂ ਬਾਅਦ ਕੁੱਖ ਨੂੰ ਭਾਗ ਲੱਗੇ 9 ਸਾਲਾਂ ਦਾ ਮੇਰਾ ਬੱਚਾ ਸੀਗਾ ਐਂਡ ਮੇਰਾ ਘਰ ਵਾਲਾ ਤੁਰ ਗਿਆ ਚਾਂਦਨੀ ਚੌਂਕ ਦਿੱਲੀ ਵੱਲ went towards Delhi and was beheaded and gave his life for my Hindu brothers Kashmiri panditan vaste apni jaan de gaya and jadon samaan langda gaya idan da din vi aaya anandpur sukhi vasde sige ik din sanu chhadna vi pe mata gujri nu vekho main ek moment ek example de reha kyunki ajj apan sahibzadeyan di gal nahi karni main friday ta saturday karni friday saturday udhar south ਗੁਰਦੁਆਰਾ ਆਪਣਾ ਜਿਹੜਾ ਰੇਲਵੇ ਕੋਰ ਆ ਕਿਉਂਕਿ ਐਤਵਾਰ ਨੂੰ ਅੰਮ੍ਰਿਤ ਸੰਚਾਰ ਮੈਨੂੰ ਪੱਕਾ ਪਤਾ ਅੱਜ ਮੈਨੂੰ ਮਿਲ ਗਏ ਨੇ ਮੇਰਾ ਖਿਆਲ 2-3 ਨਾਂ ਤਾਂ ਆ ਹੀ ਗਏ ਨੇ ਅੰਮ੍ਰਿਤ ਛਕਣ ਵਾਸਤੇ ਮੈਨੂੰ ਪੱਕਾ ਭਰੋਸਾ ਗੁਰੂ 'ਤੇ ਆ ਕਿ ਜਿਹੜਾ ਸਾਹਿਬਜ਼ਾਦੇ ਦਾ ਪ੍ਰਸੰਗ ਸੁਣ ਲਏਗਾ ਉਹਨੇ ਉਦੋਂ ਹੀ ਤਿਆਰ ਹੋ ਜਾਣਾ ਅੰਮ੍ਰਿਤ ਛਕਣ ਵਾਸਤੇ
जेदे नाल प्यार होवे प्यारियो आप ओदी एक एक गल मनदे आ घर वाला घर वाली नाल प्यार करदा ही लिसनस टू हर द वाइफ लव्स हर हस्बैंड शी लिसनस टू हिम हुंदा या वी लव ईच अदर दैट्स व्हाई वी रिस्पेक्ट ईच अदर जिथे प्यार होवे उथे रिस्पेक्ट भी हुंदा जे रिस्पेक्ट चल जे प्यार भी चल जांदा दैट हैपेंस ਅਨ ਮੈਂ ਇੱਕ ਮਿੰਟ ਕਹਾਂ ਆਪਾਂ ਸਾਰੇ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਨੂੰ ਪ੍ਰੇਮ ਕਰਦੇ ਹਾਂ ਘਰਾਂ 'ਚ ਵੱਡੀਆਂ ਵੱਡੀਆਂ ਫੋਟੋਆਂ ਲਾਈਆਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਸਿੱਖਾ ਪਹਿਲੀ ਰਹਿਤ ਦੱਸਾਂ ਕੀ ਆ ਪ੍ਰਿਤਮ ਰਹਿਤ ਯੇ ਜਾਣ ਖੰਡੇ ਕੀ ਪੌਲ ਛਕੇ ਪਹਿਲਾਂ ਅੰਮ੍ਰਿਤ ਛਕ ਇਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਆਪਾਂ ਅੱਗੇ ਉਹ ਕਹਿੰਦੇ ਆ ਮਹਾਰਾਜ ਮੇਰਾ ਮਨ ਸਾਫ਼ ਆ ਮਹਾਰਾਜ ਅੱਗੇ ਉਹ ਦੱਸਾਂ ਕੀ ਕਹਿੰਦੇ ਆ ਮੇਰਾ ਮਨ ਸਾਫ਼ ਨਹੀਂ ਸੀ ਫਿਰ ਮੈਨੂੰ ਤਾਂ ਛਕਣਾ ਪਿਆ ਭੁੱਲ ਜਾਓ ਸਿੱਖੋ ਮਨ ਸਾਫ਼ ਹੁਣ ਇੱਥੇ ਮੀਟਰ ਨਹੀਂ ਲੱਗਾ ਤੁਹਾਡਾ ਮਨ ਪੜ੍ਹ ਲਈਏ ਆਪਾਂ ਕਿ ਮਨ ਸਾਫ਼ ਆ ਕਿ ਨਹੀਂ ਇਹ ਤਾਂ ਗੁਰੂ ਜਾਣਦਾ ਮਨ ਸਾਫ਼ ਆ ਜੇ ਮਨ ਸਾਫ਼ ਹੋਵੇ ਇਹਦਾ ਮਤਲਬ ਤੇਰੇ ਅੰਦਰ ਪ੍ਰੇਮ ਆ ਜੇ ਪ੍ਰੇਮ ਹੋਵੇ ਜੋ ਗੁਰੂ ਕਵੇ ਤੂੰ ਕਰੇ ਜੇ ਗੁਰੂ ਨਾਲ ਪ੍ਰੇਮ ਆ ਤਾਂ ਹੀ ਮਨ ਸਾਫ਼ ਆ ਤੇਰਾ ਕਿਉਂਕਿ ਜੋ ਗੁਰੂ ਕਹਿ ਰਿਹਾ ਤੂੰ ਕਰ ਰਿਹਾ ਤਾਂ ਹੀ ਮਨ ਸਾਫ਼ ਹੁੰਦਾ ਐਂਡ ਇਫ ਇਜ਼ ਨਾਟ ਕਲੀਨ ਇਫ ਦੇਰ ਇਜ਼ ਨੋ ਲਵ ਫੋਰ ਯੋਰ ਗੁਰੂ ਇਨ ਦੈਰ ਦੈਟ ਮੀਨਸ ਯੋਰ ਮਾਈਂਡ ਇਜ਼ਨਟ ਕਲੈਂਜ਼ਡ ਦੈਟ ਮੀਨਸ ਯੋਰ ਮਾਈਂਡ ਇਜ਼ਨਟ ਫੁੱਲ ਆਫ ਲਵ ਫੋਰ ਯੋਰ ਗੁਰੂ ਮੈਂ ਇੱਕ ਮਿੰਟ ਪੁੱਛਾਂ ਇੱਥੇ ਪਿਓ ਬੈਠੇ ਨੇ ਤੁਸੀਂ ਦਿਨ ਰਾਤ ਕੰਮ ਕਿਉਂ ਕਰਦੇ ਆ ਬੱਚਿਆਂ ਕਰਕੇ ਕਰਦੇ ਆ ਬੱਚਿਆਂ ਕਰਕੇ ਕਰਦੇ ਆ ਇੱਥੇ ਬਜ਼ੁਰਗ ਬੈਠੇ ਨੇ ਜਿਹੜੇ ਆਏ ਸੀ ਇੰਡੀਆ ਤੋਂ ਅਫਰੀਕਾ ਦਿਨ ਰਾਤ ਇੱਕ ਕਰਕੇ ਸੱਤੇ ਦਿਨ 12-12 ਘੰਟੇ 16-16 ਘੰਟੇ ਕੰਮ ਕਰਦੇ ਸੀ ਉਹਨਾਂ ਨੂੰ ਪੁੱਛੋ ਕਿਉਂ ਕੀਤਾ ਮੇਰੇ ਪਰਿਵਾਰ ਕਰਕੇ ਮੈਂ ਪਿਆਰ ਕਰਦਾ ਆਪਣੇ ਪਰਿਵਾਰ ਨਾਲ ਪਿਆਰ ਕਰਕੇ ਹੀ ਆ ਯੂ ਵਿਲ ਡਾਈ ਫੋਰ ਸਮਵਨ ਇਫ ਯੂ ਹੈਵ ਲਵ ਫੋਰ ਦੈਮ ਐਂਡ ਆਈ ਟੈਲ ਯੂ ਵਨ ਥਿੰਗ ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਕਰਦੇ ਹੋਈਏ ਮੈਨੂੰ ਇੱਥੇ ਬੈਠ ਕੇ ਸਿੱਖ ਸੁਣ ਰਹੇ ਆ ਸਿੱਖ ਸਟੇਜਾਂ ਤੋਂ ਕਹਿ ਰਹੇ ਨੇ ਹਿੰਦੂ ਭਰਾ ਸਟੇਜਾਂ ਤੇ ਬੈਠ ਕੇ ਨਹੀਂ ਕਹਿੰਦੇ ਪੱਕੇ ਹਿੰਦੂ ਬਣੋ ਮੁਸਲਮਾਨ ਭਰਾ ਸਟੇਜਾਂ ਤੇ ਬੈਠ ਕੇ ਨਹੀਂ ਉਪਦੇਸ਼ ਦਿੰਦੇ ਕਿ ਆਪਣੇ ਧਰਮ 'ਚ ਪੱਕੇ ਹੋਵੋ ਹਿੰਦੂਆਂ ਦਾ ਮੁੰਡਨ ਹੁੰਦਾ ਆਪਣੇ ਧਰਮ 'ਚ ਪੱਕੇ ਹੁੰਦੇ ਨੇ ਮੁੰਡਨ ਹੋਇਆ ਦ ਹੈਡ ਸ਼ੇਵਡ ਆਫ ਦੇ ਬਿਕਮ ਹਿੰਦੂਜ਼ ਐਂਡ ਮੁਸਲਿਮਸ ਹੈਵ ਦੇਅਰ ਟ੍ਰੈਡੀਸ਼ਨਸ ਆਫ ਬਿਕਮਿੰਗ ਪੱਕੇ ਮੁਸਲਿਮਸ ਪਰ ਸਿੱਖਾਂ ਤੇਰਾ ਸੀਗਾ ਅੰਮ੍ਰਿਤ ਛਕਣਾ ਪ੍ਰਿਤਮ ਰਹਿਤ ਅੰਮ੍ਰਿਤ ਛਕੇ ਤੂੰ ਤਾਂ ਉਹ ਰਹਿਤ ਰੱਖੀ ਨਹੀਂ ਬਾਕੀ ਰਹਿਤਾਂ 'ਤੇ ਭੱਜਾ ਫਿਰਦਾ ਆ ਮੈਂ ਬਾਣੀ ਪੜ੍ਹਾਂ ਮੈਂ ਅੰਮ੍ਰਿਤ ਵੇਲੇ ਉੱਠਾਂ ਆਹ ਰਹਿਤ ਰੱਖਣੀ ਆ ਆਹ ਰਹਿਤ ਮਹਾਰਾਜ ਦੱਸਾਂ ਕੀ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ ਹੁਣ ਮੈਨੂੰ ਨਾ ਕਹੋ ਗੁਰੂ ਨੂੰ ਕਹੋ ਇਹ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਵਿੱਚੋਂ ਨਿਕਲ ਗਿਆ ਹੁਣ ਤੁਹਾਡਾ ਤਾਂ ਗੁਰੂ ਦਾ ਗੱਲ ਆ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਜਪ ਲਗ ਖਾਲਸਾ ਰਹੇ ਨਿਆਰਾ ਤਪ ਲਗ ਤੇਜ ਦਿਓ ਮੈਂ ਸਾਰਾ ਜਾਬੇ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀਤ ਰਹਿਤ ਪਿਆਰੀ ਮੁਝ ਕੋ ਜਿਹੜੇ ਆਪਾਂ ਕਹਿੰਦੇ ਹਾਂ ਨਾ ਆਪਾਂ ਗੁਰੂ ਦੇ ਸਿੱਖ ਹਾਂ ਆਪਾਂ ਗੁਰੂ ਦੇ ਸਿੱਖ ਹਾਂ ਗੁਰੂ ਕਹਿ ਰਿਹਾ ਪਹਿਲੀ ਰਹਿਤ ਹੈ ਤੇਰੇ ਕੋਲ ਰਾਤਾਂ ਨੂੰ ਤਾਂ ਨੀਂਦ ਨਹੀਂ ਆਉਂਦੀ ਪੈਗ ਲਾਉਣ ਤੋਂ ਬਿਨਾਂ ਸਾਡੀ ਜੀਭ ਹੀ ਨਹੀਂ ਸੁੱਕਦੀ ਹੈਗੀ ਜੇ ਮਾਸ ਨਾ ਖਾਧਾ ਬੁੱਢੇ ਹੋ ਗਏ ਆ ਦੰਦ ਨਹੀਂ ਚੱਲਦੇ ਤਾਂ ਵੀ ਹੱਡੀਆਂ ਤੇ ਝੂਸ ਰਹੇ ਆ ਤਾਂ ਵੀ ਚੜੂੰਡਦੇ ਫਿਰਦੇ ਆ ਹੱਡੀਆਂ ਦੰਦ ਵੀ ਨਹੀਂ ਚੱਲਦੇ ਸਾਡੇ ਸਹੀ ਗੱਲ ਆ ਪਿਆਰਿਓ ਇਟਸ ਟਰੂ ਐਂਡ ਆਈ ਨੋ ਦੀਸ ਗੱਲਾਂ ਵਿਲ ਹਰਟ ਪੀਪਲ ਆਈ ਨੋ ਦੇ ਵਿਲ ਹਰਟ ਪੀਪਲ ਬਟ ਟਰੂਥ ਡਜ਼ ਹਰਟ ਜਦੋਂ ਬੱਚਾ ਹੈ ਨਾ ਜਦੋਂ ਟਾਹਣੀ ਹੋਵੇ ਸਮਝ ਲਿਓ ਜਦੋਂ ਟਾਹਣੀ ਹੋਵੇ ਹੈ ਨਾ ਟਾਹਣੀ ਇਜ਼ ਅ ਟਵਿਗ ਜਿੱਦਾਂ ਮਰਜ਼ੀ ਮੜੋੜ ਲਓ ਜਦੋਂ ਟਾਹਣੀ ਟਾਹਣ ਬਣ ਜੇ ਉਦੋਂ ਆਰੀ ਚੱਕਣੀ ਪੈਂਦੀ ਆ ਆਪਾਂ ਦੱਸਾਂ ਕੀ ਹਾਂ ਆਪਾਂ ਟਾਹਣ ਬਣ ਗਏ ਹਾਂ ਟਾਹਣ ਹੁਣ ਸਾਨੂੰ ਆਰੀਆਂ ਦੀ ਲੋੜ ਆ ਤਾਂ ਹੀ ਇਹ ਸਿੱਧਾਂ ਸਿੱਧੀਆਂ ਗੱਲਾਂ ਕਹਿਣੀਆਂ ਪੈਂਦੀਆਂ ਕਿਉਂਕਿ ਆਪਾਂ ਸੋਚਦੇ ਹਾਂ ਉਹ 40 ਸਾਲ ਲੰਘੇ ਆ ਵਧੀਆ ਲੰਘੇ ਨੇ ਠੀਕ ਹੀ ਆ ਹੋਰ 40 ਸਾਲ ਬਾਕੀ ਰਹਿ ਗਏ ਹੋਣਗੇ ਪਤਾ ਨਹੀਂ 5 ਸਾਲ ਰਹਿ ਗਏ ਹੋਣਗੇ ਹੁਣ 50 ਦਾ ਹੋ ਗਿਆ ਹੁਣ ਬਸ ਆਉਣ ਵਾਲਾ ਹੀ ਆ ਸਮਾਂ ਸਮਝ ਲੈ 50 ਦਾ ਹੋ ਗਿਆ ਤੂੰ 100 ਸਾਲ ਤੱਕ ਨਹੀਂ ਰਹਿਣਾ 60 ਦਾ ਹੋ ਗਿਆ ਬਸ ਆਉਣ ਵਾਲਾ ਹੀ ਆ ਸਮਾਂ 70 ਦਾ ਹੋ ਗਿਆ ਆਉਣ ਵਾਲਾ ਹੀ ਸਮਾਂ ਮੈਂ ਆਖਦਾ ਹੁੰਦਾ ਨੌਜਵਾਨਾਂ ਨੂੰ ਕਿ ਇੱਧਰ ਨੂੰ ਹੋ ਜਾਓ ਕਹਿੰਦੇ ਹੁੰਦੇ ਆ ਵੀ ਵੈਨ ਵੀ ਗੈਟ ਓਲਡਰ ਵੀਲ ਡੂ ਇਟ ਡੋਨਟ ਵਰੀ ਵੀਲ ਕਮ ਇਨ ਟੂ ਇਟ ਵੈਨ ਵੀ ਗੈਟ ਅ ਬਿਟ ਓਲਡਰ ਅੱਛਾ ਬੱਚੇ ਨੂੰ ਕਹਿ ਦਿਓ ਬਾਲ ਜਵਾਨੀ ਔਰ ਬਿਰਧ ਹੁਣ ਤੀਨ ਅਵਸਥਾ ਜਾਣ ਬੱਚਾ ਜਵਾਨੀ ਤਾਂ ਵਡੇਪਾ ਅੱਛਾ ਨਿੱਕੇ ਬੱਚੇ ਨੂੰ ਕਹੋ ਕਹਿੰਦਾ ਜਦੋਂ ਜਵਾਨੀ ਆਊਗੀ ਮੈਂ ਉਦੋਂ ਲੱਗ ਜੂੰ ਜਵਾਨ ਬੱਚੇ ਨੂੰ ਕਹੋ ਉਹ ਕਹਿੰਦਾ ਜਦੋਂ ਮੈਂ ਬੁੱਢਾ ਹੋਊਂਗਾ ਮੈਂ ਉਦੋਂ ਲੱਗ ਜੂੰ ਬਜ਼ੁਰਗ ਨੂੰ ਕਹੋ ਤੂੰ ਲੱਗ ਜਾ ਉਹ ਕਹਿੰਦਾ ਅੱਗੇ ਜਾ ਕੇ ਲੱਗਾਂਗੇ ਹੁਣ
ਅੱਗੇ ਜਾ ਕੇ ਧਰਮ ਰਾਜ ਤੇਰੇ ਵਾਸਤੇ ਖੰਡਾ ਬਾਟਾ ਲੈ ਕੇ ਬੈਠਾ। ਤੈਨੂੰ ਉੱਥੇ ਅੰਮ੍ਰਿਤ ਛਕਾਉਣਾ ਉਹਨਾਂ ਨੇ, ਇੱਥੇ ਹੀ ਛਕਣਾ ਪੈਣਾ। ਪਿਆਰਿਓ, ਮਹਾਰਾਜ ਨੇ ਵੀ ਇੱਥੇ ਛਕਿਆ ਸੀ, ਆਪਾਂ ਨੂੰ ਵੀ ਇੱਥੇ ਹੀ ਛਕਣਾ ਪੈਣਾ। ਜਿੱਦਾਂ ਮਰਜ਼ੀ ਜਿੱਧਰ ਫਿਰ ਲਈਏ। ਭਾਈ ਤਾਰੂ ਸਿੰਘ ਕਹਿਣ ਲੱਗੇ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇ, ਬਸ ਨਿਭ ਜੇ। ਐਂਡ ਖੋਪੜੀ ਲਹਾਤੀ, ਕੇਸ ਨਹੀਂ ਕੱਟਣ ਦਿੱਤੇ। ਐਂਡ ਇਤਿਹਾਸ ਦੱਸਦਾ ਕਿ ਆਫਟਰ 23 ਡੇਜ਼ ਭਾਈ ਤਾਰੂ ਸਿੰਘ ਨੇ ਇਹ ਗੱਲ ਕਹੀ ਸੀਗੀ ਜ਼ਕਰੀਏ ਖਾਨ ਨੂੰ ਕਿ ਤੂੰ ਕਹਿ ਰਿਹਾ ਕਿ ਤੇਰੇ ਕੇਸਾਂ 'ਚ ਆਪਾਂ ਜੁੱਤੇ ਮਾਰ ਕੇ ਤੇਰੇ ਕੇਸ ਲਾਵਾਂਗੇ। ਜ਼ਕਰੀਆ ਖਾਨ ਸੈਡ ਟੂ ਤਾਰੂ ਸਿੰਘ, ਭਾਈ ਤਾਰੂ ਸਿੰਘ, ਕਿ ਆਮ ਗੋਨਾ ਗੈਟ ਮਾਈ ਸ਼ੂ ਐਂਡ ਸਮੈਕ ਇਟ ਇਨ ਯੋਰ ਹੈਡ ਐਂਡ ਕੀਪ ਸਮੈਕਿੰਗ ਇਟ ਇਨ ਯੋਰ ਹੈਡ ਐਂਡ ਟੇਕ ਯੋਰ ਕੇਸ ਆਫ। ਭਾਈ ਤਾਰੂ ਸਿੰਘ ਨੇ ਸਹਿਜ ਸੁਭਾਅ ਬਚਨ ਕਹਿਤਾ, ਕਹਿਣ ਲੱਗੇ ਮੇਰੇ ਸਿਰ 'ਚ ਨਹੀਂ ਜੁੱਤੇ ਪੈਣੇ, ਤੇਰੇ ਹੀ ਪੈਣਗੇ। ਮੇਰੇ ਸਿਰ 'ਚ ਨਹੀਂ ਜੁੱਤੇ ਪੈਣੇ, ਤੇਰੇ ਪੈਣੇ ਨੇ। ਪ੍ਰਭ ਜੀ ਵਸੈ ਸਾਧ ਕੀ ਰਸਨਾ। ਸਹਿਜ ਸੁਭਾਅ ਬਚਨ ਕਰਤਾ, ਜਦੋਂ ਕਹਿਤਾ ਬਸ ਫਿਰ ਉਹ ਮੋੜਿਆ ਨਹੀਂ ਗਿਆ ਬਚਨ, ਕਹਿਤਾ ਬਸ। ਜਦੋਂ ਵਾਪਸ ਮੁੜਿਆ ਨਾ ਜ਼ਕਰੀ ਖਾਨ ਘਰ ਨੂੰ, ਪਿਸ਼ਾਬ ਦਾ ਬੰਨ ਪੈ ਗਿਆ ਸੀ। ਇਤਿਹਾਸ ਦੱਸਦਾ ਕਿ ਬਾਥਰੂਮ ਨਹੀਂ ਜਾਇਆ ਜਾਂਦਾ ਸੀ, ਕਿਰਿਆ ਨਹੀਂ ਕਰੀ ਜਾਂਦੀ ਸੀਗੀ। ਹੀ ਕੁਡਨਟ ਗੋ ਟੂ ਦ ਵਾਸ਼ਰੂਮ ਫੋਰ ਨੰਬਰ 1, ਬੰਨ ਪੈ ਗਿਆ ਸੀਗਾ। ਇਟ ਸਟਾਪਡ ਫੰਕਸ਼ਨਿੰਗ ਹਿਸ ਬਾਡੀ ਡਿਡ। ਐਂਡ ਹੁਣ ਬਾਥਰੂਮ ਨਾ ਜਾਇਆ ਕਰੇ, ਉਧਰੋਂ ਜ਼ੋਰ ਪਿਆ ਕਰੇ, ਦਰਦ ਹੋਇਆ ਕਰੇ। ਹੁਣ ਜਿਨ੍ਹਾਂ ਨੂੰ ਪਤਾ ਸੀ ਗੱਲ ਦਾ, ਕਹਿਣ ਲੱਗੇ ਤੂੰ ਚੰਗੇ ਬੰਦੇ ਦੇ ਨਾਲ ਮਾੜਾ ਕੀਤਾ ਤਾਂ ਤੂੰ ਇਹ ਫਲ ਭੋਗ ਰਿਹਾ। ਮੈਂ ਕੱਲ੍ਹ ਕੀ ਆਖ ਰਿਹਾ ਸੀਗਾ, ਜੋ ਬੀਜੇਗਾ ਉਹੀ ਵੱਢਣਾ ਪਏਗਾ। ਵਾਟਐਵਰ ਯੂ ਸੋਅ ਯੂਲ ਹੈਵ ਟੂ ਰੀਪ। ਆਪੇ ਬੀਜ ਆਪੇ ਹੀ ਖਾਓ। ਅੱਛਾ, ਕਹਿਣ ਲੱਗੇ ਬਹੁਤ। ਉਸ ਵੇਲੇ ਕਿਸੇ ਨੇ ਕਿਹਾ, ਇੱਦਾਂ ਕਰੋ ਤੁਸੀਂ ਜਾ ਕੇ ਉਹ ਤੋਂ ਮਾਫ਼ੀ ਮੰਗੋ। ਭਾਈ ਤਾਰੂ ਸਿੰਘ ਸਵਾਈਫਟ, ਖੋਪੜੀ ਲਹਾਤੀ ਆ ਬਦਿਸਟੋ ਸਵਾਈਫਟ, ਖੋਪੜੀ ਲਾਈ ਗਈ ਹੋਈ ਸੀਗੀ ਬਦਿਸਟੋ ਸਵਾਈਫਟ। ਕਹਿਣ ਲੱਗੇ ਤੂੰ ਜਾ ਕੇ ਭਾਈ ਤਾਰੂ ਸਿੰਘ ਤੋਂ ਮਾਫ਼ੀ ਮੰਗ। ਕਿਸੇ ਨੂੰ ਭੇਜਿਆ ਭਾਈ ਤਾਰੂ ਸਿੰਘ ਕੋਲ, ਦੇ ਸਟੈਂਡ ਇਨ ਫਰੰਟ ਆਫ ਭਾਈ ਤਾਰੂ ਸਿੰਘ। ਕਹਿਣ ਲੱਗੇ ਜ਼ਕਰੀਆ ਖਾਨ ਵੱਲੋਂ ਆਪਾਂ ਆਏ ਹਾਂ, ਉਹ ਮਾਫ਼ੀ ਮੰਗਦਾ। ਭਾਈ ਤਾਰੂ ਸਿੰਘ ਕਹਿਣ ਲੱਗੇ, ਮੇਰੇ ਤੋਂ ਮਾਫ਼ੀ ਨਾ ਮੰਗੋ, ਹਿਊ ਮਾਈ ਡੋਨਟ ਆਸਕ ਫੋਰ ਫੋਰਗਿਵਨੈਸ ਫਰੋਮ ਮੀ। ਜਾ ਕੇ ਖਾਲਸੇ ਤੋਂ ਮੰਗੋ, ਪੰਜਾਂ ਪਿਆਰਿਆਂ ਤੋਂ ਮਾਫ਼ੀ ਮੰਗੋ। ਖਾਲਸਾ ਉਦੋਂ ਜੰਗਲਾਂ ਵਿੱਚ ਹੁੰਦਾ ਸੀਗਾ, ਤਾਂ ਉਸ ਵੇਲੇ ਉਹ ਜੰਗਲਾਂ 'ਚ ਗਏ। ਖਾਲਸੇ ਨੂੰ ਜਦੋਂ ਪੰਜਾਂ ਨੇ ਇਹ ਗੱਲ ਦੱਸੀ, ਕਹਿਣ ਲੱਗੇ ਇਹਨੇ ਕਿਹਾ ਕੀ ਸੀਗਾ ਕਿ ਤਾਰੂ ਸਿੰਘ ਮੈਂ ਤੇਰੇ ਕੇਸ ਜੁੱਤੇ ਨਾਲ ਲਾਊਂਗਾ। ਭਾਈ ਤਾਰੂ ਸਿੰਘ ਨੇ ਕੀ ਅੱਗੇ ਉਹ ਕਹਿਤਾ ਸੀਗਾ ਕਿ ਮੇਰੇ ਸਿਰ 'ਚ ਨਹੀਂ ਜੁੱਤੇ ਪੈਣੇ, ਤੇਰੇ 'ਚ ਪੈਣਗੇ। ਅੱਛਾ, ਖਾਲਸੇ ਨੇ ਇਹ ਕਿਹਾ ਜ਼ਕਰੀਆ ਖਾਨ ਉਦੋਂ ਹੀ ਠੀਕ ਹੋਏਗਾ ਜਦੋਂ ਆਪਣਾ ਭਾਈ ਤਾਰੂ ਸਿੰਘ ਜੀ ਦਾ ਜੁੱਤਾ ਲੈ ਕੇ, ਜੋੜਾ ਲੈ ਕੇ ਆਪਣੇ ਸਿਰ 'ਚ ਮਾਰੇਗਾ, ਉਦੋਂ ਉਹਦਾ ਪਿਸ਼ਾਬ ਆਏਗਾ, ਬਾਥਰੂਮ ਜਾਏਗਾ। ਨਹੀਂ ਤਾਂ ਬਾਥਰੂਮ ਨਹੀਂ ਆਉਣਾ, ਨਹੀਂ ਤਾਂ ਬੰਨ ਪਿਆ ਰਹਿਣਾ। ਦੀ ਓਨਲੀ ਵੇ ਹੀ ਵਿਲ ਬੀ ਏਬਲ ਟੂ ਗੋ ਟੋਇਲਟ ਟੂ ਦ ਬਾਥਰੂਮ ਵਾਸ਼ਰੂਮ ਇਜ਼ ਵੈਨ ਹੀ ਪਿਕਸ ਅਪ ਭਾਈ ਤਾਰੂ ਸਿੰਘ ਸ਼ੂ ਐਂਡ ਹਿਟਸ ਇਟ ਇਨ ਹਿਸ ਹੈਡ। ਜਦੋਂ ਗਏ ਵਾਪਸ, ਜੋੜਾ ਲੈ ਕੇ ਭਾਈ ਤਾਰੂ ਸਿੰਘ ਦਾ ਲਪੇਟ ਕੇ ਆਪਣੇ ਸਿਰ 'ਚੋਂ ਮਰਵਾਇਆ ਕਰੇ, ਆਪਣੇ ਨੌਕਰਾਂ ਤੋਂ ਨੌਕਰ ਉਹਦੇ ਸਿਰ 'ਚ ਮਾਰਿਆ ਕਰਨ ਪੋਲਾ ਜਿਹਾ। ਹੁਣ ਉਹਨੂੰ ਜਦੋਂ ਉੱਧਰੋਂ ਸਰੀਰ ਠੀਕ ਹੋਇਆ ਕਰੇ, ਜਦੋਂ ਜੋੜਾ ਵੱਜਿਆ ਕਰੇ, ਉਹਨੂੰ ਬਾਥਰੂਮ ਆ ਜਾਇਆ ਕਰੇ। ਉਹ ਕਹਿਣ ਲੱਗਾ ਪੋਲਾ ਨਾ ਮਾਰੋ, ਕਿਉਂਕਿ ਦੁਖੀ ਬਹੁਤ ਸੀ। ਉਹਨੇ ਕੱਪੜਾ ਲਾ ਕੇ ਸੁੱਟ ਕੇ ਮਾਰਿਆ। ਉਹ ਆਪਣੇ ਆਪ ਰਾਤ ਨੂੰ ਸੁੱਤਾ ਪਿਆ ਵੀ ਜਦੋਂ ਨਾ ਜਾਗ ਆਵੇ, ਦਰਦ ਹੁੰਦਾ ਸੀਗਾ ਵਨੀਸ ਟੂ ਬਈ ਕਪਾ ਨਾ। ਭਾਈ ਤਾਰੂ ਸਿੰਘ ਦਾ ਜੋੜਾ ਲੈ ਕੇ ਆਪਣੇ ਸਿਰ 'ਚ ਮਾਰ ਹੀ ਲੱਗ ਜਾਇਆ ਕਰੇ। ਭਾਈ ਤਾਰੂ ਸਿੰਘ ਨੇ ਕੀ ਕਿਹਾ ਸੀ, ਮੇਰੇ ਸਿਰ 'ਚ ਨਹੀਂ ਤੇਰੇ ਸਿਰ 'ਚ ਜੁੱਤੇ ਪੈਣਗੇ। ਐਂਡ ਪੈ ਰਹੇ ਨੇ ਦੱਸ ਰਹੇ ਆ, ਜੁੱਤਾ ਮਾਰਦਿਆਂ ਮਾਰਦਿਆਂ ਹੀ ਇੰਜਰਡ ਹਿਸ ਹੈਡ ਓਪਨ, ਪਾਕ ਪੈ ਗਈ, ਕੀੜੇ ਪੈ ਗਏ ਬਿਕੋਜ਼ ਆਫ ਦਾ ਇਨਫੈਕਸ਼ਨ। ਹੀ ਫਸਟ ਵੇ ਆਫਟਰ 22 ਡੇਜ਼, 22 ਦਿਨ ਬਾਅਦ, 22 ਦਿਨ ਪਹਿਲਾਂ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾਈ ਸੀਗੀ, 22 ਦਿਨ ਬਾਅਦ ਜ਼ਕਰੀਏ ਖਾਨ ਦੀ ਮੌਤ ਹੋਈ। ਤਾਂ ਜਦੋਂ ਭਾਈ ਤਾਰੂ ਸਿੰਘ ਨੂੰ ਪਤਾ ਲੱਗਾ ਕਿ ਜ਼ਕਰੀਆ ਖਾਨ ਮਰ ਗਿਆ, ਭਾਈ ਤਾਰੂ ਸਿੰਘ ਨੇ ਹੱਥ ਜੋੜੇ ਸਾਰੀ ਸੰਗਤ ਨੂੰ ਅਤੇ ਕਹਿਣ ਲੱਗੇ, ਕਰੋ ਆਖਰੀ ਫਤਿਹ ਪ੍ਰਵਾਨ, ਆਪਾਂ ਹੁਣ ਚੱਲੇ, ਸਾਡੀ ਫਤਿਹ ਪ੍ਰਵਾਨ ਕਰਿਓ, ਆਪਾਂ ਹੁਣ ਜਾ ਰਹੇ ਹਾਂ, ਵੇ ਗਵਿੰਗ, ਆਪਾਂ ਜਾ ਰਹੇ। ਭਾਈ ਤਾਰੂ ਸਿੰਘ ਨੇ ਅੱਖਾਂ ਬੰਦ ਕੀਤੀਆਂ, ਉੱਥੇ ਹੀ ਸਰੀਰ ਛੱਡਤਾ, ਦੇ ਕਲੋਜ਼ ਦਰ ਆਈਜ਼, ਐਂਡ ਉੱਥੇ ਹੀ ਉਹਨਾਂ ਦੀ ਮੌਤ ਹੋਈ, ਸ਼ਹੀਦ ਹੋਏ। ਮੈਂ ਇੱਕ ਮਿੰਟ ਇੱਥੇ ਗੱਲ ਕੀ ਕਹਿਣੀ ਚਾਹੁੰਦਾ, ਜਿਹੜਾ ਬੰਦਾ ਗੁਰੂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ 'ਚ ਲਾਗੂ ਕਰੇ,
ਉਹ ਇਕੱਲੇ ਬੱਚੇ ਨਹੀਂ ਪਾਲਦਾ, ਉਹ ਇਹ ਸਮਝ ਲੈਂਦਾ ਕਿ ਮੈਂ ਇੱਥੇ ਦੁਨੀਆ 'ਤੇ ਕਿਉਂ ਆਇਆ। ਬੱਚੇ ਵੀ ਪਾਲਦੇ ਨੇ, ਬੱਚੇ ਅੰਡਰਸਟੈਂਡ that we actually here for a different reason. Bhai prapat manukh de huriya gobind milan ki eh teri bariya abar kaaj tere kite na kaam mil saath sangat bhaj keval naam. You here for a different reason, and je aap apna itihas pad ke samajh ke vi idhar na lage fir pyareo pata nahi kadon lagange, pata nahi kadon lagange. Society na vekho, main ek mint keh deyan, ਇੱਥੇ ਬੈਠੇ ਹੋਣਗੇ ਮੇਰੇ ਭਰਾ ਜਿਨ੍ਹਾਂ ਦੇ ਮਨ 'ਚ ਖਿਆਲ ਆ ਗਿਆ ਹੋਣਾ ਕਿ ਮੈਂ ਅੱਜ ਤੋਂ ਬਾਅਦ ਨਹੀਂ ਕੇਸ ਕੱਟਣਾ, ਮੈਂ ਨਹੀਂ ਦਾੜੀ ਕੱਟਦਾ ਅੱਜ ਤੋਂ ਬਾਅਦ। ਆ ਗਿਆ ਹੋਊਗਾ ਮਨ 'ਚ ਖਿਆਲ, ਪਰ ਨਾਲ ਹੀ ਫੁਰਨਾ ਆ ਜਾਂਦਾ ਲੋਕ ਕੀ ਕਹਿਣਗੇ, ਜੇ ਮੈਂ ਦਾੜੀ ਰੱਖ ਲਈ ਲੋਕ ਕੀ ਕਹਿਣਗੇ, ਲੋਕਾਂ ਨੇ ਤੇਰੇ ਨਾਲ ਜਾਣਾ। ਤੂੰ ਗੁਰੂ ਦਾ ਧੰਨਵਾਦ ਕਰ, ਗੁਰੂ ਦੇ ਸਰੂਪ 'ਚ ਆ, ਸਾਰੀ ਜ਼ਿੰਦਗੀ ਆਪਣੀ ਮਨ ਮਰਜ਼ੀ ਕਰਦਾ ਰਿਹਾ, ਹੁਣ ਗੁਰੂ ਦੀ ਮਰਜ਼ੀ 'ਤੇ ਤੁਰ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ ਸਾਡੇ ਭਲੇ ਵਾਸਤੇ ਕਹਿ ਰਿਹਾ। ਮਾਂ ਆਪਣੇ ਬੱਚੇ ਨੂੰ ਝਿੜਕਦੀ ਆ, ਕਿਉਂ ਝਿੜਕਦੀ ਆ, ਕਿ ਬੱਚਾ ਕੁਛ ਮਾੜਾ ਕੰਮ ਨਾ ਕਰੇ, ਚੰਗੇ ਕੰਮ ਤੇ ਲੱਗ ਜੇ, ਭਲੇ ਵਾਸਤੇ ਝਿੜਕਦੀ ਆ। ਫੋਰ ਦ ਬੈਨੀਫਿਟ ਆਫ ਦ ਕਿਡ ਦ ਮਦਰ ਸ਼ਾਊਟਸ, ਐਂਡ ਦ ਸੇਮ ਵੇ ਦ ਮਦਰ ਸ਼ਾਊਟਸ ਐਟ ਦ ਕਿਡ ਫੋਰ ਦ ਕਿਡਸ ਬੈਨੀਫਿਟ, ਦ ਸੇਮ ਵੇ ਦ ਗੁਰੂ ਸੇਜ਼ ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਸੋ ਆਓ ਪਿਆਰਿਓ ਗੱਜ ਕੇ ਹੁਣ ਇਹ ਧਾਰਨਾ 'ਚ ਬੋਲਿਓ, ਸ਼ਬਦ ਆ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਆਪਾਂ ਕੱਲ੍ਹ ਨੂੰ ਹੋਰ ਇਤਿਹਾਸ ਦੀਆਂ ਗੱਲਾਂ ਕਰਾਂਗੇ, ਇੱਥੇ ਦੋ ਦੀਵਾਨ ਬਾਕੀ ਰਹਿ ਗਏ ਨੇ ਸਾਡੇ, ਦੋ ਦੀਵਾਨ ਰਹਿ ਗਏ ਨੇ, ਕੱਲ੍ਹ ਨੂੰ ਬੁੱਧਵਾਰ ਦਾ ਅਤੇ ਵੀਰਵਾਰ ਦਾ, ਦੈਨ ਵੀ ਗਨ ਬੀ ਅਦੀਅਤ ਗੁਰਦੁਆਰਾ ਸਾਹਿਬ। ਮੈਨੂੰ ਪਤਾ ਆ ਕਿ ਥੋੜ੍ਹਿਆਂ ਵਾਸਤੇ ਥੋੜ੍ਹਿਆਂ ਨੇ ਕਹਿਣਾ ਰਸ਼ ਬਹੁਤ ਹੁੰਦਾ ਉਸ ਵੇਲੇ, ਟ੍ਰੈਫਿਕ ਬਹੁਤ ਹੁੰਦੀ ਆ, ਜਾਣਾ ਔਖਾ ਹੋ ਜਿਆ ਕਰਨਾ, ਪਰ ਸਮਾਂ ਜ਼ਰੂਰ ਕੱਢਿਓ, ਸੈਟਰਡੇ ਵਾਲੇ ਦਿਨ ਭਾਵੇਂ ਆ ਜਿਓ। ਜੇ ਕੱਲ੍ਹ ਨੂੰ ਫਰਾਈਡੇ ਨਹੀਂ ਆ ਸਕਦੇ ਪਰਸੋਂ ਨੂੰ ਨਹੀਂ, ਸੈਟਰਡੇ ਤਾਂ ਸੰਡੇ ਵਿਹਲੇ ਹੀ ਆ, ਸੈਟਰਡੇ ਥੋੜ੍ਹਾ 4 ਵਜੇ ਤੁਰ ਪਏ ਹੋ, ਦੱਸਦੇ ਨੇ ਰਸ਼ ਵਿੱਚ 2-2 ਘੰਟੇ ਵੀ ਲੱਗ ਜਾਂਦੇ, 1.5 ਘੰਟਾ ਵੀ ਲੱਗ ਸਕਦਾ, ਥੋੜ੍ਹਾ ਪਹਿਲਾਂ ਤੁਰ ਪਿਓ। ਪਰ ਪਿਆਰਿਓ ਮੈਂ ਇਹ ਚਾਹੁੰਦਾ ਦੱਸਾਂ ਕਿਉਂ ਸਾਹਿਬਜ਼ਾਦਿਆਂ ਦਾ ਪ੍ਰਸੰਗ ਅੰਮ੍ਰਿਤ ਸੰਚਾਰ ਤੋਂ ਪਹਿਲਾਂ, ਕਿਉਂਕਿ ਮੈਨੂੰ ਪਤਾ ਆ ਵੇਖੋ ਮਾਹੌਲ ਕਿੱਦਾਂ ਬਦਲ ਗਿਆ ਸੀਗਾ, ਮਾਹੌਲ ਬਦਲਦਾ ਜਦੋਂ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਆਪਣੇ ਸ਼ਹੀਦਾਂ ਨੂੰ। ਮੈਂ ਬਹੁਤ ਵਾਰ ਕਹਿੰਦਾ ਹੁੰਦਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਕਹਿਣਾ ਸੌਖਾ ਕਿ ਮੈਂ ਗੁਰੂ ਨੂੰ ਪਿਆਰ ਕਰਦਾ, ਪਰ ਬਾਬਾ ਫਤਿਹ ਸਿੰਘ ਜੀ ਪਿਆਰ ਕਰਦੇ ਸੀ, ਜਾਨ ਕੁਰਬਾਨ ਕਰ ਗਏ। ਐਕਸ਼ਨ ਸਪੀਕ ਲਾਊਡਰ ਦੈਨ ਵਰਡਸ, ਐਸ ਆਈ ਸੈਡ ਬਿਫੋਰ। ਇਹ ਕਹਿਣਾ ਨਾ ਪਵੇ ਕਿ ਮੈਂ ਸਿੱਖ ਹਾਂ, ਮੈਂ ਬਹੁਤ ਨਿਤਨੇਮੀ ਹਾਂ, ਮੈਂ ਬਹੁਤ ਹੀ ਬਾਣੀ ਪੜ੍ਹਦਾ। ਤੇਰੇ ਕੰਮਾਂ ਤੋਂ ਪਤਾ ਲੱਗੇ ਜੇ ਤੂੰ ਸਿੱਖ ਹਾਂ, ਫਿਰ ਸ਼ਰਾਬ ਕਿਉਂ ਤੇਰੇ ਨੇੜੇ ਤੇੜੇ ਆ, ਜੇ ਸਿੱਖ ਹਾਂ ਫਿਰ ਡਰੱਗਸ ਕਿਉਂ ਕਰਦਾ ਫਿਰਦਾ, ਜੇ ਸਿੱਖ ਹਾਂ ਤੈਨੂੰ ਕਹਿਣਾ ਨਾ ਪਵੇ, ਲੋਕ ਤੇਰੇ ਨਾਲ ਬੈਠ ਕੇ ਕਹਿਣ ਕਿ ਹਾਂ ਫਰੋਮ ਹਿਸ ਐਕਸ਼ਨਸ ਪਤਾ ਲੱਗਦਾ, ਜਿਹੜੀਆਂ ਗੱਲਾਂ ਕਰਦੇ ਆ, ਜਿਵੇਂ ਬਹਿੰਦੇ ਆ, ਜਿਵੇਂ ਉੱਠਦੇ ਆ, ਇਹ ਗੁਰੂ ਦੇ ਸਿੱਖ ਨੇ। ਆਖੋ ਸਤਨਾਮ, ਕਿਉਂਕਿ ਗੁਰੂ ਦੀ ਸਿੱਖਿਆ 'ਤੇ ਤੁਰਦੇ ਨੇ।